ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ, ਦੰਡੋਤ ਵੰਦਨੀ ਅਨੁਕਵਾਰ, ਸਰਬ ਕਲਾ ਸਮਰਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਸ਼ੰਕਰਾ ਨਹੀਂ ਜਾਣੇ ਪੇਵ, ਖੋਜ ਤਾਰੇ ਦੇਵ,
ਮਰਨ ਸਭੇ ਉਪਰ ਲੱਖ ਪਾਰ ਪਰਾਂ ਆਪਣੇ ਰੰਗ ਆਪ ਕਰਤਾ ਕੇਲ ਆਪ ਛੋੜਾ ਆਪੇ ਮੇਲ ਇੱਕ ਪਰ ਮੈਂ ਇੱਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਤੇਰਾ ਵਰਮਾ ਨੇ ਸਾਖੀ ਸੋ ਬੋਲਾ ਜੋ ਪੇਖਾ ਹੈ ਨਹੀਂ ਲੇਪ ਤਿਸ ਪੁੰਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਿਛਲੇ ਬਹੁਤ ਸਾਰੇ ਦਿਨਾਂ ਤੋਂ
ਗੁਰੂ ਮਹਾਰਾਜ ਦੀ ਹਜ਼ੂਰੀ 'ਚ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਪਹੁੰਚ ਕੇ ਬਹੁਤ ਸਾਰੀਆਂ ਵਿਚਾਰਾਂ ਸਰਵਣ ਕੀਤੀਆਂ ਨੇ, ਆਪਣਾ ਸਮਾਂ ਸਫਲ ਕੀਤਾ, ਚੱਲ ਕੇ ਆਏ ਹੋ, ਪੈਰ ਸਫਲੇ ਹੁੰਦੇ ਨੇ, ਸੇਵਾ ਕਰਦੇ ਹੋ, ਹੱਥ ਸਫਲੇ ਹੁੰਦੇ ਨੇ, ਨੇਤਰਾਂ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹੋ, ਨੇਤਰ ਸਫਲੇ ਹੁੰਦੇ ਨੇ, ਕੰਨਾਂ ਦੇ ਨਾਲ ਬਾਣੀ ਸੁਣਦੇ ਹੋ, ਕੰਨ ਸਫਲੇ ਹੁੰਦੇ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ 'ਚ ਧਾਰਨ ਕਰਦੇ ਹੋ, ਸਾਰਾ ਕੁਛ ਹੀ ਪਵਿੱਤਰ ਹੋ ਜਾਂਦਾ। ਸੋ ਆਪ ਹਰ ਸਾਲ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਹੁਤ ਬੜਾ ਉੱਦਮ ਕਰਦੇ ਹੋ। ਇਸ ਸਾਲ ਭਾਵੇਂ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਅਮੈਰੀਕਾ, ਇੰਗਲੈਂਡ ਵਗੈਰਾ, ਉੱਥੋਂ ਬਹੁਤ ਜ਼ਿਆਦਾ ਸੁਨੇਹੇ ਆਉਂਦੇ ਨੇ, ਪ੍ਰੇਮੀ ਵੀ ਆਉਂਦੇ ਹੈ। 2 ਸਾਲ ਤੋਂ ਲਗਾਤਾਰ, 2.5 ਸਾਲ ਤੋਂ ਕਹਿ ਰਹੇ, ਪਰ ਫਿਰ ਵੀ ਸੰਯੋਗ ਬਣੇ ਗਿਆ ਆਪ ਦੇ ਜਵਾਨਾਂ ਦਾ, ਦੂਸਰਿਆਂ ਦਾ ਵੀ ਬਣਦਾ ਨਹੀਂ। ਸੋ ਹੁਣ ਜੋ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ ਬਚਦਾ ਹੈ, ਅੱਜ ਦਾ ਦਿਨ ਹੈ, ਕੱਲ੍ਹ ਦਾ ਹੈ, ਪਰਸੋਂ ਦਾ ਹੈ, ਇਹਦੇ ਵਿੱਚ ਗੁਰਮਤ ਜੀਵਨ ਦੀ ਵਿਚਾਰ ਕਰਨੀ ਹੈ ਵੀ ਸਿੱਖ ਕਿਵੇਂ ਰਹਿੰਦਾ, ਗੁਰੂ ਨਾਲ ਇਹਦਾ ਕੀ ਤਲਕ ਹੁੰਦਾ, ਇਹ ਕਿਉਂ ਸੀਸ ਵਾਰ ਦਿੰਦਾ, ਕਿਉਂ ਸ਼ਹੀਦੀ ਪ੍ਰਾਪਤ ਕਰ ਲੈਂਦਾ, ਇਹਨੂੰ ਕੀ ਮਿਲਦਾ ਸ਼ਹੀਦੀ ਪ੍ਰਾਪਤ ਕਰਕੇ। ਇਹੋ ਜਿਹੇ ਬਹੁਤ ਸਾਰੇ ਸਾਡੇ ਸਾਹਮਣੇ ਵਿਚਾਰ ਹਨ ਜਿਨ੍ਹਾਂ ਦੇ ਉੱਤੇ ਵਿਚਾਰ ਹੋਵੇਗੀ, ਤੁਸੀਂ ਮਨ 'ਚ ਇਕਾਗਰ ਕਰਕੇ ਸੁਣਨਾ, ਉਹਦੇ ਬਾਅਦ ਫਿਰ ਅੰਤਰੰਗ ਸਤਸੰਗ ਜ਼ਰੂਰ ਕਰਨਾ। 2 ਤਰ੍ਹਾਂ ਦਾ ਹੁੰਦਾ ਹੈ, ਬਹਿਰੰਗ ਹੈ ਜੋ ਤੁਸੀਂ ਹੁਣ ਕਰ ਰਹੇ ਹੋ, ਇਹਦਾ ਫਲ ਹੈ ਕਈ ਕੋਟਿਕ ਜੱਗ ਫਲਾ ਸੁਣ ਗਾਉਣ ਹਾਰੇ ਰਿਹਾ, ਕਈ ਕਰੋੜ ਜੱਗਾਂ ਦਾ ਫਲ ਤੁਹਾਨੂੰ ਮਿਲ ਜਾਣਾ ਸਹਿ ਸੁਭਾਅ, ਨਾ ਜੱਗ ਹੋਵੇ ਨਾ ਫਲ ਮਿਲੇ। ਪਰ ਗੁਰੂ ਮਹਾਰਾਜ ਨੇ ਕਿੰਨਾ ਸੁਖੈਨ ਸਾਧਨ ਕਲਯੁਗ ਦੇ ਵਿੱਚ ਸਾਨੂੰ ਦੇ ਦਿੱਤਾ ਵੀ ਮਨ ਚਿੱਤ ਲਗਾ ਕੇ ਬਾਣੀ ਦਾ ਜੋ ਸਿਧਾਂਤ ਹੈ ਉਹਨੂੰ ਮੰਨ ਕੇ, ਮੇਰੀਆਂ ਗੱਲਾਂ ਨਹੀਂ ਮੰਨਣੀਆਂ, ਮੈਂ ਹੋ ਸਕਦਾ ਗਲਤ ਗੱਲਾਂ ਕਹਿ ਦਾ, ਲੇਕਿਨ ਜੋ ਗੁਰਬਾਣੀ ਦੀ ਆਪਾਂ ਟੇਕ ਲੈਂਦੇ ਹਾਂ ਯਥਾ ਸ਼ਕਤ, ਜਿੰਨਾ ਮੈਨੂੰ ਮਹਾਰਾਜ ਨੇ ਬਲ ਬਖਸ਼ਿਆ ਮੈਂ ਵੀ ਬੋਲਣ ਦਾ ਯਤਨ ਕਰਦਾ, ਤੁਸੀਂ ਵੀ ਸਮਝਣ ਦਾ ਯਤਨ ਕਰੋ ਕਿ ਉਹ ਬਾਣੀ ਤੋਂ ਬਿਨਾਂ ਸਾਡਾ ਉਧਾਰ ਨਹੀਂ ਹੋਣਾ, ਲੱਗ ਨਹੀਂ ਸਕਣਾ ਅਸੀਂ। ਉਹਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਗੁਰੂ ਦੇ ਲੜ ਲੱਗੇ ਹੋਏ ਹਾਂ, ਸ਼ਬਦ ਗੁਰੂ ਨੇ ਬੋਲਣਾ, ਸ਼ਬਦ ਗੁਰੂ ਨੂੰ ਮਨਾਉਣਾ ਅਤੇ ਬੁਲਾਉਣਾ ਕਿਸੇ ਭਾਗਾਂ ਵਾਲੇ ਨੂੰ, ਕਰੋੜਾਂ 'ਚੋਂ ਲੱਖਾਂ 'ਚੋਂ ਇੱਕ ਨੂੰ ਆਉਂਦਾ, ਸਾਰੇ ਨਹੀਂ ਆਪਾਂ ਜਾਣਦੇ, ਸਾਨੂੰ ਪਤਾ ਹੀ ਨਹੀਂ ਹੈ ਵੀ ਇਹ ਸ਼ਬਦ ਕੀ ਹੈ, ਕਿੱਡੀ ਸ਼ਕਤੀ ਹੈ ਇਹਦੇ ਵਿੱਚ। ਸੋ ਜਿੰਨਾ ਕੁ ਉਹਨਾਂ ਦੀ ਪ੍ਰੇਰਨਾ ਹੁੰਦੀ ਹੈ ਉਸੇ ਦੇ ਮੁਤਾਬਕ ਅਸੀਂ ਲੋਕ ਬੋਲਦੇ ਹਾਂ, ਗੱਲਾਂ ਕਰਦੇ ਹਾਂ, ਆਪਣੇ ਵੱਲੋਂ ਨਹੀਂ ਸਾਡੇ ਕੁਛ ਵੀ ਹੋਇਆ ਕਰਦਾ, ਚਾਨਣਾ ਬਾਣੀ ਦਾ ਹੋਇਆ ਕਰਦਾ, ਜੀਵਨ ਗੁਰਸਿੱਖਾਂ ਦੇ ਹੁੰਦੇ ਨੇ, ਕਹਿਣ ਦਾ ਬਲ ਸਾਨੂੰ ਗੁਰੂ ਦਿੰਦਾ, ਜਿਹਾ ਜਿਹਾ ਦਿੰਦਾ ਉਹਾ ਜਿਹਾ ਅਸੀਂ ਤੁਹਾਨੂੰ ਤੁਹਾਡੇ ਚਰਨਾਂ 'ਚ ਤੁਹਾਨੂੰ ਪੇਸ਼ ਕਰ ਦਿੰਦੇ ਹਾਂ। ਇਸ ਤਰ੍ਹਾਂ ਨਹੀਂ ਵੀ ਮੈਂ ਕੋਈ ਉਪਦੇਸ਼ ਦੇਣਾ, ਇਸ ਤਰ੍ਹਾਂ ਹੈ ਵੀ ਜੋ ਪ੍ਰੇਰਨਾ ਆਉਂਦੀ ਹੈ ਉਹਦੇ ਮੁਤਾਬਕ ਗੱਲ ਕਰੀ ਜਾਣੀ ਹੈ।
ਸੋ ਇਹਦੇ ਵਿੱਚ ਕੁਛ ਅਸੂਲ ਹੋਇਆ ਕਰਦੇ ਨੇ। ਉਹ ਇਹ ਹੈ ਕਿ ਇੱਕ ਤਾਂ ਚਿੱਤ ਬਿਰਤੀ ਨੂੰ ਇਕਾਗਰ ਕਰੋ, ਜਦ ਇਕਾਗਰਤਾ ਦੇ ਨਾਲ ਸਰਵਣ ਕਰੋਗੇ ਫਿਰ ਗੱਲ ਸਮਝ 'ਚ ਆਏ, ਸਮਝ 'ਚ ਆਈ ਹੋਈ ਗੱਲ ਨੂੰ ਫਿਰ ਵਿਚਾਰੋ, ਘਰ ਜਾ ਕੇ ਵਿਚਾਰੋ, ਰਸਤੇ ਜਾਂਦੇ ਵਿਚਾਰੋ, ਕੱਲ੍ਹ ਨੂੰ ਵਿਚਾਰੋ, ਪਰਸੋਂ ਨੂੰ। ਅੱਜ ਕੱਲ੍ਹ ਤਾਂ ਬਹੁਤ ਇਸ ਗੱਲ ਟੇਪਾਂ ਬਣ ਜਾਂਦੀਆਂ ਨੇ, ਜਦ ਵਿਹਲ ਮਿਲੇ ਜਦ ਟੇਪ ਲਾ ਲਓ। ਪਹਿਲੇ ਸਮਿਆਂ 'ਚ ਸਾਡੇ ਬ੍ਰੇਨ ਅੱਛੇ ਹੁੰਦੇ ਸੀ, ਯਾਦਦਾਸ਼ਤ ਹੁੰਦੀ, ਅਸੀਂ ਜੋ ਸੁਣ ਲੈਂਦੇ ਸੀ ਯਾਦ ਹੋ ਜਾਂਦਾ ਸੀ। ਹੁਣ ਕਿਉਂਕਿ ਸਾਡੀਆਂ ਬਿਰਤੀਆਂ ਖਿੰਡ ਗਈਆਂ, ਕਾਰੋਬਾਰ ਇੰਨਾ ਫੈਲ ਗਿਆ ਕਿ ਬਿਰਤੀਆਂ ਨੂੰ ਕਦੇ ਸਾਨੂੰ ਉਹ ਟਾਈਮ ਨਹੀਂ ਆਉਂਦਾ ਜਦ ਅਸੀਂ ਫੁਰਨੇ ਤੋਂ ਰਹਿਤ ਹੋ ਕੇ ਕਦੇ ਆਰਾਮ ਨਾਲ ਬੈਠੀਏ। ਹਰ ਵਾਰ ਸੋਚ ਹੈ, ਚਿੰਤਤ ਹੀ ਦਿਸ਼ਾ ਸਭ ਕੋਈ, ਚੇਤਾ ਏਕ ਤੇ ਸੁਖ। ਇਹ ਟੇਪ ਰਿਕਾਰਡ ਜਿਹੜੇ ਨੇ, ਕੈਸਟਾਂ ਨੇ, ਵੀਡੀਓ ਕੈਸਟਾਂ ਨੇ, ਮੁੜ ਕੇ ਜ਼ਬਾਨ ਫੇਰ ਲੱਗ ਜਾਂਦਾ। ਸੰਗਤ ਵੀ ਉਵੇਂ ਬੈਠੀ ਹੁੰਦੀ ਹੈ, ਮੈਂ ਵੀ ਉਵੇਂ ਜਿਵੇਂ ਬੋਲਦਾ, ਗੁਰੂ ਮਹਾਰਾਜ ਦੇ ਵੀ ਦਰਸ਼ਨ ਉਵੇਂ ਹੁੰਦੇ ਨੇ। ਸੋ ਸਾਇੰਸ ਦਾ ਯੁੱਗ ਹੈ, ਇਹਨੂੰ ਇਲੈਕਟ੍ਰੋਨਿਕਸ ਦਾ ਯੁੱਗ ਕਹਿੰਦੇ ਨੇ। ਬੜਾ ਇਹਦੇ ਨਾਲ ਫਾਇਦਾ ਪਿਆ ਹੋਇਆ, ਸੋ ਉਹਨੂੰ ਫੇਰ ਵਿਚਾਰ ਸਕਦੇ। ਜੋ ਬੇਨਤੀਆਂ ਇੱਥੇ ਕਰਨੀਆਂ ਨੇ ਉਹਨਾਂ ਨੂੰ ਅਨੁਭਵ ਦੇ ਮੁਤਾਬਕ ਬਾਤ ਆਉਣੀ ਹੈ, ਉਹਦੇ ਮੁਤਾਬਕ ਹੀ ਆਪਾਂ ਵਿਚਾਰਨੀ। ਸੋ ਇਸ ਕਰਕੇ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਇੱਕ ਤਾਂ ਸਮੇਂ 'ਤੇ ਆ ਗਿਆ ਕਰੋ, 1 ਵਜੇ ਨੂੰ ਆ ਜਾਓ, ਬਹੁਤ ਥੋੜ੍ਹਾ ਟਾਈਮ ਹੈ, 3 ਵਜੇ ਭੋਗ ਪੈ ਜਾਂਦਾ। ਮੈਨੂੰ ਤਾਂ ਕੋਈ ਨਹੀਂ, ਜੇ ਤੁਸੀਂ 4 ਕਹੋ ਮੈਂ 4 ਪਾ ਦਿਆ ਕਰੂੰ, ਪਰ ਤੁਸੀਂ ਉਹ ਜਾਣਾ ਦੂਰ ਦੂਰ। ਸੋ ਜਿੰਨਾ ਕੁ ਟਾਈਮ ਮਿਲਦਾ ਹੈ ਉਨੇ ਕੁ 'ਚ ਆਪਾਂ ਬਹੁਤੇ 'ਤੇ ਬਹੁਤਾ ਲਾਭ ਪ੍ਰਾਪਤ ਕਰੀਏ। ਸੋ ਆਪਾਂ ਵਿਚਾਰ ਕਰਨੀ ਹੈ ਉਹਨਾਂ ਸ਼ਹੀਦਾਂ ਬਾਰੇ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪ ਦਿੱਤਾ, ਹੋਰ ਗੁਰਸਿੱਖਾਂ ਬਾਰੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸਮਸਤ ਭੇਟ ਕਰ ਦਿੱਤਾ। ਉਹਨਾਂ ਦੀ ਜਿਹੜੀ ਕਥਾ ਹੈ ਸਾਡੇ ਵਰਗੀ ਨਹੀਂ ਹੁੰਦੀ, ਉਹਨਾਂ ਦਾ ਜੀਵਨ ਸਾਤੋਂ ਬਿਲਕੁਲ ਨਿਆਰਾ ਹੁੰਦਾ। ਕਿਉਂ ਹੁੰਦਾ ਹੈ? ਕਿਉਂਕਿ ਉਹ ਗੁਰੂ ਆਦੇਸ਼ ਦੇ ਮੁਤਾਬਕ ਚੱਲਦੇ ਨੇ, ਆਪਣੀ ਮਨਮਤ ਨਹੀਂ ਕਰਦੇ ਕਿਤੇ ਵੀ। ਉਹਦੇ ਬਾਰੇ ਐਸਾ ਗੁਰੂ ਮਹਾਰਾਜ ਨੇ ਪ੍ਰਵਾਨ ਕਰਿਆ, ਸਾਰੇ ਬੋਲਿਆ ਕਰੋ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਦਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਕਥਾ ਦਰਾਰੀ ਰੇ। ਤਿਨਕੀ ਕਥਾ ਨਰਾਰੀ ਰੇ, ਕਥਾ ਨਰਾਰੀ
ਕ੍ਰਿਸ਼ਨ ਕੀ ਕਥਾ ਨਰਾਤੀ ਰੇ ਕਥਾ ਨਰਾਤੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ। ਜਿਹੜੇ ਵਾਹਿਗੁਰੂ ਨੂੰ ਭਾ ਗਏ ਸੇਵਕ, ਉਹਨਾਂ ਦਾ ਜਿਹੜਾ ਜੀਵਨ ਆ ਉਹ ਸਾਡੇ ਨਾਲੋਂ ਵੱਖਰਾ ਹੋਇਆ ਕਰਦਾ, ਸਾਡੇ ਵਰਗਾ ਨਹੀਂ ਹੋਇਆ ਕਰਦਾ। ਇਹਦਾ ਫਰਕ ਹੈ, ਇੱਕ ਤਾਂ ਉਹ ਜੀਵਨ ਹੈ ਜਿਹੜਾ ਗੁਰੂ ਦੀ ਮੱਤ ਦੇ ਮੁਤਾਬਕ ਚੱਲਦਾ ਹੈ, ਉਹਦੇ 'ਚ ਆਪਣਾ ਫੁਰਨਾ ਕੋਈ ਨਹੀਂ ਹੁੰਦਾ, ਹੁਕਮ ਦੇ ਵਿੱਚ ਖੇਡਦਾ। ਦੂਸਰਾ ਉਹ ਜੀਵਨ ਹੈ ਜਿਹੜਾ ਆਪਣੀ ਮੱਤ ਦੇ ਮੁਤਾਬਕ ਚੱਲਦਾ, ਆਪਣੀ ਮੱਤ ਦੇ ਮੁਤਾਬਕ ਬਾਤ ਕਰਨੀ ਹੈ। ਮਿਸਾਲ ਦੇ ਤੌਰ 'ਤੇ ਗੱਲ ਸੁਖਾਲੀ ਜੀ ਹੈ, ਸਮਝ ਆ ਜਾਂਦੀ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਕਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਰਿਜ਼ਕ ਅੱਗੇ ਕਰ ਤਰਿਆ। ਰਿਜ਼ਕ ਦੇਣਾ ਵਾਹਿਗੁਰੂ ਦੇ ਹੱਥ ਵਿੱਚ ਹੈ। ਮਹਾਰਾਜ ਕਹਿੰਦੇ, ਤੂੰ ਚਿਤਬਨੀਆਂ ਕਿਉਂ ਕਰੀ ਜਾਂਦਾ, ਰਿਜ਼ਕ ਦੀ ਚਿਤਬਨੀ ਨਾ ਕਰ। ਉਹ ਹਰ ਥਾਂ ਦੇ ਉੱਤੇ ਉਹਨੇ ਬੰਦੋਬਸਤ ਕੀਤਾ ਹੋਇਆ, ਪਾਣੀ ਦੇ ਵਿੱਚ ਵੀ, ਜੰਗਲਾਂ ਦੇ ਵਿੱਚ ਵੀ, ਇੱਥੇ ਤੱਕ ਕਿ ਪੱਥਰ ਜਿੱਥੇ ਕੋਈ ਰਸਤਾ ਹੀ ਨਹੀਂ ਹੈ, ਹਵਾ ਵੀ ਨਹੀਂ ਜਾਂਦੀ, ਉੱਥੇ ਵੀ ਰਿਜ਼ਕ ਦੇ ਰਿਹਾ। ਹੁਣ ਇਹ ਗੁਰਸਿੱਖ ਦਾ ਨਿਸ਼ਚਾ, ਜਿਹੜਾ ਆਪਣੀ ਮਨ ਦੇ ਪਿੱਛੇ ਚੱਲਦਾ ਉਹ ਕਹਿੰਦਾ ਇਹ ਕਦੇ ਗੱਲ ਹੋ ਸਕਦੀ ਆ। ਆਪਣੇ ਹੱਥ ਪੈਰ ਦਿੱਤੇ ਨੇ ਸਾਨੂੰ ਰੱਬ ਨੇ, ਕੰਮ ਕਰਨ ਨੂੰ ਬੁੱਧੀ ਦਿੱਤੀ ਹੈ, ਹਿੰਮਤ ਦਿੱਤੀ ਹੈ, ਨੌਲੇਜ ਦਿੱਤੀ ਹੈ, ਟੈਕਨੀਕ ਦਿੱਤੀ ਹੈ, ਅਸੀਂ ਆਪਣੇ ਮੁਤਾਬਕ ਕਰੋ। ਉਹ ਮੈਂ ਧਾਰ ਕੇ ਸਾਰੇ ਕੰਮ ਕਰਦਾ, ਜਿਹੜਾ ਗੁਰਮੁਖ ਹੈ ਉਹ ਮੈਂ ਨਹੀਂ ਧਾਰਦਾ ਕੰਮ, ਉਹ ਵੀ ਕਰਦਾ ਸਾਰੇ, ਪਰ ਉਹ ਮੈਂ ਧਾਰਦਾ ਨਹੀਂ, ਉਹ ਹੁਕਮ 'ਚ ਚੱਲਦਾ, ਉਹਦੇ ਅੰਦਰ ਹੁਕਮ ਵਰਤਦਾ, ਸਾਡੇ ਅੰਦਰ ਹੁਕਮ ਵਰਤਦਾ, ਅਸੀਂ ਪਛਾਣਦੇ ਨਹੀਂ ਹਾਂ। ਇਸ ਕਰਕੇ ਦੋਹਾਂ ਦੀ ਕਥਾਵਾਂ ਦੇ ਵਿੱਚ ਫਰਕ ਹੋਇਆ ਕਰਦਾ, ਨਿਆਰੀਆਂ ਹੋਇਆ ਕਰਦੀਆਂ। ਗੁਰਮੁਖ ਪਿਆਰੇ ਦਾ ਜੀਵਨ ਸਾਰਾ ਹੀ ਨਿਆਰਾ ਹੁੰਦਾ,
ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਜੀਵਨ ਦੇ ਅੰਦਰ ਇੰਨੇ ਕੌਤਕ ਆਉਂਦੇ ਨੇ ਕਿ ਜੇ ਉਹਨਾਂ ਦਾ ਵਿਚਾਰ ਕਰਨ ਲੱਗੋ ਮਹੀਨਿਆਂ ਬੱਧੀ ਸਾਲਾਂ ਬੱਧੀ ਨਹੀਂ ਮੁੱਕਦਾ ਹੈ ਐਸੀਆਂ ਘਟਨਾਵਾਂ। ਗੁਰੂ ਮਹਾਰਾਜ ਜੀ ਨੇ ਜੋ ਆਪਣਾ ਜੀਵਨ ਗੁਜ਼ਾਰਿਆ ਉਹਦੇ ਉਸਨੂੰ ਜਦ ਅਸੀਂ ਬਚਪਨ ਤੋਂ ਹੀ ਵਿਚਾਰਨਾ ਸ਼ੁਰੂ ਕਰਦੇ ਹਾਂ ਤਾਂ ਬਿਲਕੁਲ ਨਿਆਰਾ ਹੈ ਸਾਰਾ ਹੀ। ਮਹਾਰਾਜ ਦਾ ਕਿਸੇ ਨਾਲ ਵੀ ਜੰਗ ਯੁੱਧ ਨਹੀਂ ਸੀ ਕਰਨਾ ਚਾਹੁੰਦੇ ਕਿਸੇ ਨਾਲ, ਕਿਉਂਕਿ ਜਿਸ ਦ੍ਰਿਸ਼ਟੀ ਦੇ ਵਿੱਚ ਉਹ ਸਾਨੂੰ ਰੱਖਣਾ ਚਾਹੁੰਦੇ ਸੀ ਉਹ ਦ੍ਰਿਸ਼ਟੀ ਨਿਆਰੀ ਹੈ, ਉਹ ਜੀਵਨ ਨਿਆਰਾ, ਉਹਦੇ 'ਚ ਕਿਸੇ ਨਾਲ ਰੌਲਾ ਰੱਪਾ ਨਹੀਂ ਪੈਂਦਾ। ਕਿਉਂਕਿ ਗੁਰਬਾਣੀ ਕਹਿੰਦੀ ਹੈ ਬਾਬਾ ਵੈਰ ਨਾ ਕਰੀਏ ਕਾਉ ਘੱਟ ਘੱਟ ਅੰਤਰ ਬਰਮ ਸਮਾਉ, ਵੈਰ ਕਰੋ ਹੀ ਨਾ ਦਿਲੋਂ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਬਣ। ਇਹ ਗੱਲ ਅਸੀਂ ਭੁੱਲ ਜਾਂਦੇ ਹਾਂ, ਵੈਰ ਸਾਡੇ ਅੰਦਰ ਆ ਜਾਂਦਾ, ਇੱਕ ਖਿਆਲ ਅਸੀਂ ਕਰਦੇ ਹਾਂ ਉਹਦਾ ਪ੍ਰਤੀਕਰਮ ਹੁੰਦਾ, ਮੁੜ ਕੇ ਉਹੀ ਖਿਆਲ ਦੂਸਰੇ ਦੇ ਮਨ 'ਚੋਂ ਆ ਜਾਂਦਾ, ਰੌਲਾ ਰੱਪਾ ਪੈਣਾ ਸ਼ੁਰੂ ਹੋ ਜਾਇਆ ਕਰ। ਦੂਸਰੀ ਗੱਲ ਮਹਾਰਾਜ ਕਹਿੰਦੇ ਫਰੀਦਾਪੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਤੇਈ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ। ਦੇਹੀ ਨੂੰ ਰੋਗ ਨਹੀਂ ਕਦੇ ਵੀ ਲੱਗੇਗਾ ਜਿਹੜਾ ਦੂਸਰੇ ਨਾਲ ਵੈਰ ਨਹੀਂ ਕਰਦਾ, ਗੁੱਸੇ ਵਿੱਚ ਨਹੀਂ ਆਉਂਦਾ, ਕਿਉਂਕਿ ਗੁੱਸਾ ਜਿਹੜਾ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਬਾਹਰ ਬੰਬ ਫਟਦਾ ਹੈ ਐਵੇਂ ਜਿਵੇਂ ਅੰਦਰ ਬੰਬ ਫਟਿਆ ਕਰਦਾ। 14 ਖਰਬ ਸੈੱਲ ਸਾਡੇ ਸਰੀਰ ਨੂੰ ਲੱਗਿਆ ਹੋਇਆ, ਉਹ ਕਿੰਨੇ ਕਰੋੜ ਨਸ਼ਟ ਕਰ ਦਿੰਦਾ ਹੈ ਕੋਈ ਪਤਾ ਨਹੀਂ ਹੈ, ਇਸ ਗੱਲ ਦਾ ਕਿਸੇ ਨੇ ਕੱਢਿਆ ਨਹੀਂ ਹੈ, ਗਿਣਤੀ ਤੋਂ ਬਾਹਰੀ ਬਾਤ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ ਕਿ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਕ੍ਰੋਧੀ ਦਾ ਅਤੇ ਕਾਮੀ ਦਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਆਗਾ ਟਲ। ਸੋ ਗੁਰੂ ਮਹਾਰਾਜ ਦਾ ਨਹੀਂ ਸੀ ਆਦੇਸ਼, ਗੁਰੂ ਮਹਾਰਾਜ ਨੇ ਤਾਂ ਧਰਮ ਦਾ ਰਾਹ ਦੱਸਣਾ ਸੀ। ਆਪ ਨੇ ਆਪਣੇ ਵਿਚਿਤਰ ਨਾਟਕ ਦੇ ਵਿੱਚ ਅੰਕਿਤ ਕੀਤਾ ਹੈ ਹਮੇ ਕਾ ਜਗਤ ਮੇ ਆਏ, ਸਾਡਾ ਸੰਸਾਰ ਦੇ ਵਿੱਚ ਆਉਣ ਦਾ ਇੱਕ ਖਾਸ ਕੰਮ ਸੀ, ਅਸੀਂ ਧਰਮ ਚਲਾਉਣਾ ਸੀ ਅਤੇ ਜਿਹੜੇ ਧਰਮ ਤੋਂ ਉਲਟ ਗੱਲਾਂ ਚੱਲੀਆਂ ਹੋਈਆਂ ਸੀ ਉਹਨਾਂ ਨੂੰ ਅਸੀਂ ਜੜ੍ਹਾਂ ਤੋਂ ਖੇਡਣਾ ਸੀ, ਜਿਹੜੇ ਨਿਸ਼ਚੇ ਪਰਮੇਸ਼ਰ ਨੂੰ ਛੱਡ ਕੇ ਹੋਰ ਨਿਸ਼ਚੇ ਆ ਗਏ ਸੀ ਸਾਡੇ ਅੰਦਰ। ਮਹਾਰਾਜ ਕਹਿੰਦੇ ਇਹ ਅਸੀਂ ਦੂਰ ਕਰਨ ਵਾਸਤੇ ਆਇਆ, ਇਹ ਜਿਹੜੀ ਅੰਧ ਵਿਸ਼ਵਾਸੀ ਹੈ ਫਜ਼ੂਲ ਗੱਲਾਂ ਬੰਦੇ ਦੇ ਮਨ ਵਿੱਚ ਪਈਆਂ ਹੋਈਆਂ ਨੇ ਉਹ ਅਸੀਂ ਦੂਰ ਕਰਨ ਆਉਣਾ, ਅਸੀਂ ਧਰਮ ਨੂੰ ਉਵਾਰਨਾ ਅਤੇ ਜਿਹੜੇ ਦੁਸ਼ਟ ਖਿਆਲ ਨੇ ਇਹਨਾਂ ਦਾ ਖਾਤਮਾ ਕਰਨਾ। ਜੰਗ ਯੁੱਧ ਮਹਾਰਾਜ ਦਾ ਪ੍ਰੋਗਰਾਮ ਨਹੀਂ ਸੀਗਾ, ਪਰ ਮਹਾਰਾਜ ਜੀ ਦੇ ਉੱਤੇ ਬਿਨਾਂ ਹੀ ਕਿਸੇ ਗੱਲ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਪਹਿਲੇ ਦੇ ਬਾਰੇ ਮਹਾਰਾਜ ਨੇ ਲਿਖਿਆ ਫਤਿਹ ਚੰਦ ਕੋਪਾ ਤਬ ਰਾਜਾ ਲੋਹ ਪੜਾ ਹੰਸੋ ਬਿਨ ਕਾਜਾ। ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਸੀ, ਤੀੜੀ ਗੜਵਾਲ ਦਾ, ਦੇਹਰਾਦੂਨ ਤੋਂ ਪਰਲਾ ਜਿਹੜਾ ਇਲਾਕਾ ਹੈ, ਗੰਗਾ ਤੋਂ ਪਾਰ ਲੰਘ ਕੇ ਰਿਸ਼ੀਕੇਸ਼ ਵਾਲਾ। ਉਹਦੀ ਲੜਕੀ ਦੀ ਸ਼ਾਦੀ ਗੁਰੂ ਮਹਾਰਾਜ ਨੇ ਉਸ ਵੇਲੇ ਦਾ 3 ਲੱਖ ਦਾ ਤੰਬੋਲ
ਗਿਫਟ ਭੇਜੇ ਉਹਦੀ ਲੜਕੀ ਵਾਸਤੇ 3 ਲੱਖ ਦੇ, ਅੱਜ ਤੁਸੀਂ 150 ਦਾ ਜਰਬ ਦੇ ਲਓ, 4.5 ਕਰੋੜ ਰੁਪਈਏ ਦੇ 200 ਸਿੰਘ ਲੈ ਕੇ ਗਿਆ ਆਪਣੀ ਲੜਕੀ ਸਮਝ ਕੇ। ਮਹਾਰਾਜ ਨੇ ਬੜਾ ਭਾਰੀ ਖਰਚ ਕਰਿਆ। ਉੱਧਰ ਪਹਾੜੀ ਜਿਹੜੇ ਸੀ ਉਹ ਕਹਿਣ ਲੱਗੇ ਵੀ ਗੁਰੂ ਦਸਵੇਂ ਪਾਤਸ਼ਾਹ ਨੂੰ ਕ੍ਰੈਡਿਟ ਨਹੀਂ ਮਿਲਣਾ ਚਾਹੀਦਾ, ਆਪਾਂ ਖੋਲੋ। ਹਮਲਾ ਕਰਨ ਦੀ ਤਿਆਰੀ ਕਰ ਲਈ। ਆਨੰਦ ਚੰਦ ਲੈ ਕੇ ਗਏ ਸੀ, ਪਤਾ ਲੱਗ ਗਿਆ ਉਹਨਾਂ ਨੂੰ, ਉਹਨਾਂ ਨੇ ਇੱਕਦਮ ਕਲੋਜ਼ ਕਰ ਲਿਆ। ਅਤੇ ਉਹਦੇ ਬਾਅਦ ਲੜਦੇ ਭਿੜਦੇ ਜਮੁਨਾ ਦਰਿਆ ਪਾਰ ਕਰਕੇ ਪੌਂਡੇ ਸਾਹਿਬ ਆ ਗਏ। ਇਹ ਕੋਈ ਮਾੜਾ ਕੰਮ ਤਾਂ ਹੈ ਨਹੀਂ ਸੀ। ਮਹਾਰਾਜ ਨੇ ਤਾਂ ਗੈਸਚਰ ਕੀਤਾ ਸੀ, ਸ਼ੁਭ ਕਾਮਨਾ ਕੀਤੀ ਸੀ। ਉਹਦਾ ਬਦਲਾ ਕੀ ਹੋਇਆ, ਇਹ ਰਾਜ ਜਿਹੜੇ ਸੀ ਅਭਿਮਾਨ ਵਿੱਚ ਆਏ ਹੋਏ ਸੀ, ਕਿਉਂਕਿ 4-5 ਅਭਿਮਾਨ ਬੜੇ ਮਾੜੇ ਨੇ। ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਰਾਜ ਹੈ ਰੂਪ ਹੈ, ਪੈਸਾ ਬਹੁਤਾ ਹੋਵੇ, ਵਿੱਦਿਆ ਪੜ੍ਹਿਆ ਹੋਇਆ ਜ਼ਿਆਦਾ ਹੋਵੇ ਅਤੇ ਗੱਲਾਂ ਬਾਤਾਂ ਦੇ ਵਿੱਚ ਬਹੁਤ ਹੋਵੇ। ਮਹਾਰਾਜ ਕਹਿੰਦੇ ਇਹ ਠੱਗ ਨੇ, ਇਹ ਨਹੀਂ ਠੱਗੀ ਜਗ ਠੱਗਿਆ, ਕਿਹਨੇ ਨਾ ਰੱਖੀ ਲੱਜ, ਇਹ ਨਾ ਠੱਗਾ ਨਹੀਂ ਸਾਰੇ ਸੰਸਾਰ ਨੂੰ ਠੱਗ ਲਿਆ, ਨਾਮ ਨਹੀਂ ਜਪਣ ਦਿੰਦੇ, ਨਸ਼ਾ ਚੜ੍ਹ ਜਾਂਦਾ ਇਹਦਾ, ਪੋਲਿਊਸ਼ਨ ਆ ਜਾਂਦੀ ਹੈ ਰਾਜ ਦੇ ਵਿੱਚ, ਆਦਮੀ ਦੀ ਬੁੱਧੀ ਗਲਤ ਹੋ ਜਾਇਆ ਕਰਦੀ ਹੈ, ਚਾਹੇ ਕੋਈ ਬੰਦਾ ਕਿਸੇ ਦਾ ਰਾਜ ਹੋਵੇ। ਫੌਜਾਂ ਲੈ ਕੇ ਮਹਾਰਾਜ ਜੀ ਦੇ ਉੱਤੇ ਚੜ੍ਹ ਜਾਂਦੇ। ਬੜੀ ਭਾਰੀ ਘਮਸਾਨ ਦੀ ਲੜਾਈ ਹੋਈ ਉਸ ਵੇਲੇ। ਗੁਰੂ ਮਹਾਰਾਜ ਨਾਲ ਮੋਢੇ ਦਾ ਮੋਢਾ ਕਿਹਨੇ ਲਾਇਆ, ਇਹ ਹਿੰਦੂ ਰਾਜੇ ਤਾਂ ਜਿੰਨੇ ਪਹਾੜੀਏ ਰਾਜੇ ਸੀ, ਇਹ ਹਿੰਦੂ ਧਰਮ ਤੇ। ਗੁਰੂ ਮਹਾਰਾਜ ਕਹਿੰਦੇ ਸੀ ਵੀ ਤੁਸੀਂ ਬਹੁਤ ਨੀਵੇਂ ਚਲੇ ਗਏ, ਗੁਲਾਮੀ ਤੁਸੀਂ ਇਖਤਿਆਰ ਕਰ ਲਈ। ਇਹ ਉਹਨਾਂ ਦਾ ਰਾਜ ਕਰਦੇ ਨੇ, ਉੱਧਰਲੇ ਪਾਸੇ ਉਹ ਵਿਰੋਧ ਕਰਦੇ ਨੇ। ਅਤੇ ਆਇਆ ਕੌਣ ਮਦਦ ਵਾਸਤੇ, 700 ਮਰੀਦ ਲੈ ਕੇ। ਉਸ ਵੇਲੇ ਪੀਰ ਬੁੱਧੂ ਸ਼ਾਹ ਆਪਣੇ 2 ਲੜਕੇ, 2 ਰਿਸ਼ਤੇਦਾਰ ਸਾਲੇ ਯੁੱਧ ਵਿੱਚ ਸ਼ਹੀਦ ਕਰਾਏ। ਉਸ ਗੁਰੂ ਮਹਾਰਾਜ ਦੇ ਸੱਚ ਦੇ ਕਾਜ ਦੇ ਨਾਲ ਮੋਢੇ ਨਾ ਮੋਢਾ ਲਾ ਕੇ ਉਹ ਖੜਿਆ। ਮਹਾਰਾਜ ਉੱਥੋਂ ਆ ਜਾਂਦੇ ਨੇ, ਯੁੱਧ ਜਿੱਤਿਆ ਗਿਆ, ਅਨੰਦਪੁਰ ਸਾਹਿਬ ਆ ਜਾਂਦੇ ਨੇ। ਫਿਰ ਹਰ ਸਾਲ ਹਮਲਾ, ਮੂੰਹ ਦੀ ਖਾਂਦੇ ਨੇ, ਮੁੜ ਜਾਂਦੇ ਨੇ। ਫਿਰ ਮਹਾਰਾਜ ਜੀ ਨੇ ਜਿਸ ਕੰਮ ਨੂੰ ਕਰਨ ਵਾਸਤੇ ਆਏ ਸੀ, ਉਹ ਸੀ ਖਾਲਸੇ ਦੀ ਸਾਜਨਾ, ਇੱਕ ਐਸਾ ਆਦਰਸ਼ ਸੰਸਾਰ ਨੂੰ ਦੇਣਾ ਜੋ ਇੱਕੋ ਹੀ ਮਨੁੱਖ ਸਰੀਰ ਦੇ ਅੰਦਰ ਹੈਰਾਨ ਕਰਨ ਵਾਲਾ ਹੋਵੇ। ਮਹਾਰਾਜ ਜੀ ਤੋਂ ਪਹਿਲਾਂ ਸਤਿਯੁਗ ਦੇ ਬੰਦਿਆਂ ਨੂੰ ਤਾਂ ਮਹਾਰਾਜ ਨੇ ਬੰਦੇ ਮੰਨਿਆ, ਕਲਯੁਗ ਦਿਆਂ ਨੂੰ ਨਹੀਂ ਮੰਨਿਆ। ਜਿਹੜੇ ਜਾਪਾ ਜਾ ਰਹੇ ਹਾਂ ਸਾਨੂੰ ਤਾਂ ਬੜਾ ਭਾਰਾ ਉਲਾਂਭਾ ਦਿੱਤਾ ਮਹਾਰਾਜ ਜੀ ਨੇ। ਕਲਮੇ ਪ੍ਰੇਤ ਜਿਨ ਰਾਮ ਨਾ ਪਛਾਤਾ, ਕਲਯੁਗ ਦੇ ਵਿੱਚ ਭੂਤ ਨੇ, ਭੂਤ ਨਹੀਂ ਆਏ ਜਿਹਨਾਂ ਨੂੰ ਰੱਬ ਦੀ ਪਛਾਣ ਨਹੀਂ ਆਈ। ਹੁਣ ਦੱਸੋ ਆਪਾਂ ਨੂੰ ਕਿਸੇ ਨੂੰ ਰੱਬ ਦੀ ਪਛਾਣ ਆਈ ਹੈ ਨਾ? ਰੱਬ ਬਾਰੇ ਅਸੀਂ ਜਾਣਦੇ ਹਾਂ, ਸੁਣਦੇ ਹਾਂ ਵੀ ਹੈਗਾ, ਸਾਖੀਆਂ ਸੁਣ ਲੈਂਦੇ ਹਾਂ, ਲੇਕਿਨ ਸਾਨੂੰ ਤਾਂ ਪਛਾਣ ਨਹੀਂ ਨਾ ਆਈ। ਮਹਾਰਾਜ ਕਹਿੰਦੇ ਜਿਹਨੂੰ ਪਛਾਣ ਨਹੀਂ ਆਈ ਪਿਆਰਿਓ, ਉਹ ਪ੍ਰੇਤ ਹੈ, ਮਨੁੱਖ ਨਾ ਕਹਿਆ ਆਪਣੇ ਆਪ ਨੂੰ ਕਹੇ। ਇੱਥੋਂ ਵੀ ਜ਼ਿਆਦਾ ਮਹਾਰਾਜ ਨੇ ਕਿਹਾ, ਆਵਣਾਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸਟੋ, ਜਿਹਨੇ ਵਾਹਿਗੁਰੂ ਨੂੰ ਨਹੀਂ ਬੁੱਝਿਆ ਉਹ ਪਸ਼ੂ ਹੈ।
ਪਸ਼ੂ ਵੀ ਢੋਰ ਗਧੇ ਨੂੰ ਕਹਿੰਦੇ ਨੇ, ਅਤੇ ਉਦੋਂ ਗਾਂ ਦੀ ਜਿਹੜੀ ਹੋਰ ਕੈਟੇਗਰੀ ਆ ਉਹ ਮਰਿਆ ਹੋਇਆ ਡੰਗਰ ਨੂੰ ਢੋਰ ਕਹਿੰਦੇ ਨੇ। ਢੋਰ ਢਬੰਤਾ ਨੀਚ ਜਾਤ ਤਿੰਨ ਤਿਆਗੀ ਮਾਇਆ। ਮਹਾਰਾਜ ਕਹਿੰਦੇ ਮਰੇ ਹੋਏ ਡੰਗਰ ਢੋਣ ਵਾਲਾ ਸੀ ਰਵਦਾਸ, ਲੇਕਿਨ ਮਾਇਆ ਦਾ ਤਿਆਗ ਕੀਤਾ ਹੋਇਆ ਸੀ, ਕਿਸੇ ਕਿਸਮ ਦੀ ਮਾਇਆ ਆਪਣੇ ਉੱਤੇ ਪੈਰ ਨਹੀਂ ਸੀ ਦਿੱਤੀ। ਉਹਦੇ ਵਿੱਚ ਸਾਡੀ ਗਿਣਤੀ ਆਉਂਦੀ ਹੈ। ਅਤੇ ਸਤਿਯੁਗ ਦੇ ਬੰਦੇ ਕਿਹੋ ਜਿਹੇ ਸੀ? ਮਹਾਰਾਜ ਕਹਿੰਦੇ ਸਤਿਯੁਗ ਪਰਮ ਹੰਸ ਵਿਚਾਰੀ ਬ੍ਰਹਮ ਗਿਆਨੀ ਸੀਗੇ ਸਤਿਯੁਗ ਦੇ ਵਿੱਚ। ਜੇ ਅਸੀਂ ਹਿਸਾਬ ਲਾਈਏ 17,28,000 ਸਾਲ ਮਨੁੱਖ ਬ੍ਰਹਮ ਗਿਆਨ ਵਿੱਚ ਰਿਹਾ, ਉੱਚਾ ਗਿਆਨ ਸੀ, ਇੱਕੋ ਵਾਰੀ ਉਪਦੇਸ਼ ਹੁੰਦਾ ਉਹਨੂੰ। ਇਹ ਕਲਯੁਗ ਦੇ ਵਿੱਚ ਹਰ ਵਕਤ ਉਪਦੇਸ਼ ਹੁੰਦਾ, ਤਾਂ ਵੀ ਕੁਛ ਨਹੀਂ, ਇਹ ਗਿਣਦਾ ਹੀ ਨਹੀਂ, ਕਿਉਂਕਿ ਬਿਰਤੀ 'ਚ ਫਰਕ ਪੈ ਗਿਆ, ਪ੍ਰੇਤ ਹੋ ਗਿਆ। ਕਲਯੁਗ ਕੋਈ ਐਸਾ ਵਜੂਦ ਨਹੀਂ ਹੈ, ਬਹੁਤ ਡਰਾਉਣਾ ਵਜੂਦ ਆ, ਉਹ ਸਾਖੀਆਂ ਦੇ ਵਿੱਚ ਆਉਂਦਾ ਸਮਝਾਉਣ ਵਾਸਤੇ, ਪ੍ਰਤੀਕ ਹੋਈ ਕਰਦੀ ਆ ਗੱਲ। ਕਲਯੁਗ ਇੱਕ ਸ਼ਕਤੀ ਹੈ, ਉਹਦੇ ਨਾਲ ਹੋਇਆ ਕਿ ਸਾਡੇ ਖਿਆਲ ਬਦਲ ਗਏ, ਉਹ ਖਿਆਲ ਨਹੀਂ ਸਾਡੇ ਰਹੇ ਜਿਹੜੇ ਪਹਿਲਾਂ ਸੀ। ਕਿੰਨੇ ਬਦਲ ਗਏ? ਜਿਸ ਵਕਤ ਕਲਯੁਗ ਨੇ ਆਪਣਾ ਪੈਰ ਰੱਖਿਆ, ਪਾਂਡਵਾਂ ਨੇ ਕ੍ਰਿਸ਼ਨ ਮਹਾਰਾਜ ਤੋਂ ਪੁੱਛਿਆ ਵੀ ਕਲਯੁਗ ਆਉਣਾ, ਕਹਿੰਦੇ ਆ ਗਿਆ ਭਾਈ। ਕਹਿੰਦੇ ਮਹਾਰਾਜ ਫਿਰ ਕੀ ਹੋਊਗਾ? ਕਹਿੰਦੇ ਖਿਆਲ ਬਦਲ ਜਾਣਗੇ, ਕਰਮ ਧਰਮ ਆਪੇ ਹੀ ਛੁੱਟ ਜਾਣਗੇ, ਪੂਜਾ ਪਾਠ ਕੋਈ ਚੀਜ਼ ਨਹੀਂ ਰਹੇਗੀ, ਭਰਾ ਭਰਾ ਦਾ ਵੈਰੀ ਹੋ ਜਾਏਗਾ, ਕਰਮ ਕਾਂਡ ਜਿਹੜੇ ਜੀਵਨ ਦੇ ਅੰਦਰ ਸੁੱਚਤਾ ਦਿੰਦੇ ਨੇ ਉਹ ਛੁੱਟ ਜਾਣਗੇ, ਇਸਤਰੀ ਦਾ ਅਤੇ ਪਤੀ ਦਾ ਪਿਆਰ ਟੁੱਟ ਜਾਏਗਾ, ਸਮਾਜ ਖੁਰਦ ਬੁਰਦ ਹੋ ਜਾਏਗਾ, ਪਰਮੇਸ਼ ਐਸੀਆਂ ਚੀਜ਼ਾਂ ਭੁਲਾਉਣ ਵਾਲੀਆਂ ਆ ਜਾਣਗੀਆਂ ਕਿ ਕਦੇ ਭੁੱਲ ਕੇ ਵੀ ਨਾਮ ਨਹੀਂ ਇਹ ਜਪੇਗਾ, ਅਤੇ ਉਹ ਸਾਰੇ ਕੰਮ ਕਰੇਗਾ ਜਿਹਦੇ ਨਾਲ ਨਰਕ ਭਰੇ ਜਾ ਸਕਦੇ ਨੇ। ਗੁਰੂ ਪੀਰ ਦੀ ਸੁਣੇਗਾ ਨਹੀਂ, ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮੰਜਾਇਆ ਸੀ ਕਿਤ ਫੇਰੇ ਚਿੱਤ। ਜਿਹੜੇ ਪ੍ਰਚਾਰ ਕਰਨਗੇ ਲੋਕਾਂ ਨੂੰ ਬਹੁਤ ਸੁਣਾਉਣਗੇ, ਲੇਕਿਨ ਆਪਦਾ ਜੀਵਨ ਬਿਲਕੁਲ ਗਲਤ ਹੋਏਗਾ। ਇਹਦਾ ਪ੍ਰਤੀਕ ਇੱਕ ਹੰਸ ਦੇ ਨਾਲ ਦਿੱਤਾ, ਜਿਸਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ। ਸਾਹਮਣੇ ਹੀਰੇ ਪਏ ਨੇ, ਹੀਰੇ ਤਾਂ ਖਾਂਦਾ ਨਹੀਂ ਹੈ, ਲੇਕਿਨ ਉਹਦੀ ਥਾਂ ਦੇ ਉੱਤੇ ਕਿਰਮ ਚੁਗ ਚੁਗ ਖਾਂਦਾ, ਕੀੜੇ ਚੁਗ ਚੁਗ ਖਾਂਦਾ। ਕਹਿੰਦੇ ਕਲਯੁਗ ਦੇ ਪ੍ਰਚਾਰਕ ਲੋਕਾਂ ਨੂੰ ਉਪਦੇਸ਼ ਦੇਣਗੇ, ਉਹਨਾਂ ਦੇ ਵੇਦ ਵੀ ਯਾਦ ਹੋਣਗੇ, ਹੋਰ ਧਰਮ ਗ੍ਰੰਥ ਵੀ ਯਾਦ ਹੋਣਗੇ, ਪਰ ਆਪਣਾ ਜੀਵਨ ਬਿਲਕੁਲ ਉਲਟ ਹੋਏਗਾ। ਪੈਸਾ ਕਮਾਉਣਗੇ, ਪੈਸੇ ਵਾਸਤੇ ਦੌੜੇ ਫਿਰਨਗੇ, ਅਤੇ ਮਦਰਾ ਮਾਸ ਆਪ ਵੀ ਖਾਣਗੇ ਅਤੇ ਦੂਜਿਆਂ ਨੂੰ ਵੀ ਕਹਿਣੇ ਵੀ ਖਾ ਲਓ, ਇਹਦੇ 'ਚ ਕੋਈ ਡਰ ਨਹੀਂ ਹੁੰਦਾ। ਪੁਸਤਕਾਂ ਦੇ ਵਿੱਚ ਮਿਲਾਵਟਾਂ ਕਰ ਦੇਣਗੇ, ਵੇਦਾਂ ਦੇ ਸਿਧਾਂਤ ਭੁੱਲ ਜਾਣਗੇ, ਕਲਯੁਗ ਦੀ ਕਿਤਾਬਾਂ ਆ ਜਾਣਗੀਆਂ, ਔਰ ਇੰਨਾ ਕੁਛ ਆ ਜਾਏਗਾ ਕਿ ਉਹਨੂੰ ਇੱਕ ਸਕਿੰਟ ਵਾਸਤੇ ਵੀ ਵਿਹਲ ਨਹੀਂ ਮਿਲਣੀ ਪ੍ਰਭੂ ਦਾ ਨਾਮ ਜਪਣ ਵਾਸਤੇ। ਉਹ ਕਹਿਣ ਲੱਗੇ ਫਿਰ ਤਾਂ ਇੱਥੇ ਰਹਿਣਾ ਔਖਾ, ਆਪਣੇ ਪੋਤਰੇ ਨੂੰ ਰਾਜ ਦੇ ਕੇ ਚਲੇ ਗਏ, ਪਹਾੜਾਂ ਵਿੱਚ ਚਲੇ ਗਏ ਹੇਮਕੁੰਡ ਦੇ ਪਾਸ, ਬੜੀ ਦੇਰ ਤਪ ਕੀਤਾ, ਅਖੀਰ ਚੱਲ ਉੱਪਰ ਨੂੰ ਜਾਂਦੇ ਹੋਏ ਬਰਫ਼ ਦੇ ਤੂਫਾਨ ਆਏ, ਉਹਨਾਂ ਦੇ ਵਿੱਚ ਸਰੀਰ ਛੱਡਤੇ ਉਹਨਾਂ ਨੇ।
ਉਹ ਪੋਤਰਾ ਜਿਹੜਾ ਸੀ ਉਹਦਾ ਨਾਮ ਸੀ ਪ੍ਰੀਸ਼ਤ, ਕਿਉਂਕਿ ਪੁੱਤਰ ਮਾਰਿਆ ਜਾ ਚੁੱਕਿਆ ਸੀ ਯੁੱਧ 'ਚ ਅਭਿਮਨਿਊ। ਉਹਦੇ ਰਾਜ ਵਿੱਚ ਕਲਯੁੱਗ ਆਉਂਦਾ, ਉਹ ਸਾਕਾਰ ਹੋ ਕੇ ਮਿਲਿਆ ਉਹਨੂੰ ਸੁਪਨੇ ਦੇ ਵਿੱਚ। ਕਹਿਣ ਲੱਗਿਆ, ਮਹਾਰਾਜ ਮੇਰੀ ਫਰਿਆਦ ਹੈ, ਮੈਨੂੰ ਰਹਿਣ ਨੂੰ ਥਾਂ ਦੇ, ਮੈਂ ਸੰਸਾਰ ਵਿੱਚ ਰਹਿਣਾ। ਕਹਿਣ ਲੱਗੇ, ਤੂੰ ਕੌਣ ਹੈ? ਕਹਿਣ ਲੱਗਿਆ, ਮੈਂ ਇਸ ਯੁੱਗ ਦਾ ਰਾਜਾ, ਮੇਰਾ ਨਾਂ ਕਲਯੁੱਗ ਹੈ। ਕੀ ਕਰੇਗਾ ਤੇਰੀ? ਉਹਨੇ ਸਾਰੀਆਂ ਗੱਲਾਂ ਦੱਸਤੀਆਂ ਜਿਹੜੀਆਂ ਮੈਂ ਪਹਿਲਾਂ ਬੇਨਤੀ ਕਰੀ ਹੈ। ਉਹ ਕਹਿਣ ਲੱਗਿਆ, ਫਿਰ ਤਾਂ ਮੈਂ ਤੈਨੂੰ ਰਹਿਣ ਨਹੀਂ ਦੇਣਾ। ਕਹਿੰਦਾ, ਮਹਾਰਾਜ ਮੈਨੂੰ ਪੰਜ ਥਾਂ ਨੇ, ਪੰਜਾਂ ਥਾਵਾਂ ਤੋਂ ਜਿੱਥੇ ਕਹੋ ਉੱਥੇ ਮੈਂ ਰਹਿ ਪਊਂਗਾ। ਕਹਿੰਦੇ, ਦੱਸ। ਕਹਿੰਦਾ, ਮੈਨੂੰ ਸ਼ਰਾਬਖਾਨਿਆਂ 'ਚ ਜਗ੍ਹਾ ਦੇ ਦਿਉ ਜਿੱਥੇ ਸ਼ਰਾਬਾਂ ਵਿਕਦੀਆਂ। ਪ੍ਰੀਸ਼ਤ ਕਹਿਣ ਲੱਗਿਆ, ਮੇਰੇ ਰਾਜ ਵਿੱਚ ਤਾਂ ਕੋਈ ਸ਼ਰਾਬ ਹੀ ਨਹੀਂ ਪੀਂਦਾ, ਸ਼ਰਾਬ ਕੋਈ ਵੇਚਦਾ ਨਹੀਂ, ਇਸ ਕਰਕੇ ਇਹ ਤਾਂ ਬਾਤ ਹੀ ਨਹੀਂ ਬਣਦੀ। ਸੋ ਹੋਰ ਦੱਸ। ਕਹਿਣ ਲੱਗਿਆ, ਮੈਨੂੰ ਬੇਸ਼ਵਾਵਾਂ ਦੇ ਦੇ ਦਿਓ ਜਿੱਥੇ ਬੇਸ਼ਵਾਵਾਂ ਦੇ ਬਾਜ਼ਾਰ ਹੋਣ। ਕਹਿਣ ਲੱਗਿਆ, ਮੇਰੇ ਰਾਜ ਵਿੱਚ ਕੋਈ ਬੇਸ਼ਵਾ ਹੀ ਨਹੀਂ ਹੈ, ਇਸ ਕਰਕੇ ਮੈਂ ਤੈਨੂੰ ਜਗ੍ਹਾ ਕਿੱਥੇ ਦੇਵਾਂ ਜਾਂ ਬੇਸ਼ਵਾ ਹੀ ਨਹੀਂ ਕੋਈ ਹੈ। ਤੀਸਰਾ ਉਹ ਕਹਿਣ ਲੱਗਿਆ ਕਿ ਮੈਨੂੰ ਫਿਰ ਜੂਏ ਖਾਨੇ ਜਿੱਥੇ ਜੂਆ ਖੇਡਦੇ ਨੇ ਉੱਥੇ ਦੇ ਦਿਓ। ਉਹ ਕਹਿਣ ਲੱਗੇ ਵੀ ਦੇਖ, ਜੂਆ ਜਿਹੜਾ ਮੇਰੇ ਦਾਦਿਆਂ ਨੇ ਖੇਡਿਆ ਸੀ ਅਤੇ ਕਿੱਡਾ ਬੜਾ ਯੁੱਧ ਹੋਇਆ, ਮੈਂ ਬਿਲਕੁਲ ਬੰਦ ਕਰ ਦਿੱਤਾ ਵੀ ਕੋਈ ਬੰਦਾ ਮੇਰੇ ਰਾਜ ਵਿੱਚ ਜੂਆ ਨਹੀਂ ਖੇਡੇਗਾ, ਇਸ ਕਰਕੇ ਜੂਏ ਖਾਨਿਆਂ ਦੇ ਵਿੱਚ ਵੀ ਤੈਨੂੰ ਨਹੀਂ ਦਿੱਤਾ ਜਾ ਸਕਦਾ। ਚੌਥਾ ਕਹਿਣ ਲੱਗਿਆ, ਮੈਨੂੰ ਭ੍ਰਿਸ਼ਟ ਤੀਰਥਾਂ 'ਤੇ ਦੇ ਦਿਓ। ਕਹਿਣ ਲੱਗੇ, ਤੀਰਥ ਭ੍ਰਿਸ਼ਟੇ ਨਹੀਂ ਹੈਗੇ, ਉੱਥੇ ਕਰਮ ਧਰਮ ਚੱਲਦੇ ਨੇ, ਕੋਈ ਤੀਰਥ ਨਹੀਂ ਐਸਾ ਜਿਹਨੂੰ ਤੂੰ ਭ੍ਰਿਸ਼ਟ ਕਹਿ ਦੇ। ਹਾਂ, ਪੰਜਵਾਂ ਥਾਂ ਦੱਸ। ਕਹਿਣ ਲੱਗਿਆ ਵੀ ਪੰਜਵਾਂ ਤਾਂ ਆਖਰੀ ਹੈ ਮਹਾਰਾਜ, ਜਵਾਬ ਨਾ ਦੇ ਦਿਓ, ਮੈਨੂੰ ਸੋਨੇ 'ਚ ਰਹਿਣ ਦੀ ਥਾਂ ਦੇ ਦਿਓ। ਕਹਿੰਦਾ, ਜਾ ਠੀਕ। ਕਹਿਣ ਲੱਗਿਆ, ਤੂੰ ਹੈ ਕੌਣ? ਉਹਨੇ ਆਪਣਾ ਸਰੂਪ ਦਿਖਾ ਤਾ, ਬੱਦਲਾਂ ਤੋਂ ਵੀ ਉੱਚਾ ਹੋ ਗਿਆ। ਕਹਿਣ ਲੱਗਿਆ, ਮੈਂ ਇਸ ਯੁੱਗ ਦਾ ਰਾਜਾ ਅਤੇ ਮੇਰਾ ਨਾਂ ਕਲਯੁੱਗ ਹੈ। ਕਹਿੰਦਾ, ਤੂੰ ਕਰੇਗਾ ਕੀ? ਕਹਿੰਦਾ, ਮੈਂ ਬੁੱਧੀ ਭ੍ਰਿਸ਼ਟ ਕਰੂੰ। ਕਿਹਦੀ ਕਰੇਗਾ? ਕਹਿੰਦਾ, ਜਿਹੜਾ ਸੋਨਾ ਸਿਰ 'ਤੇ ਰੱਖੂ। ਹੁਣ ਰਾਜੇ ਤਾਜ ਰੱਖਦੇ ਸੀ ਸਿਰਾਂ 'ਤੇ। ਕਹਿਣ ਲੱਗਿਆ, ਮੈਂ ਤੇਰੀ ਉਹ ਬੁੱਧੀ ਭ੍ਰਿਸ਼ਟ ਕਰੂੰ, ਜਿੱਦਣ ਤਾਜ ਰੱਖ ਲਿਆ ਉੱਦਣ ਹੀ ਭ੍ਰਿਸ਼ਟ ਕਰੂੰ, ਤਾਂ ਹੁਣ ਮੈਨੂੰ ਬਚਨ ਦੇ ਤਾ। ਇਹ ਤਾਜ ਰੱਖ ਕੇ ਖੇਡਣ ਵਾਸਤੇ, ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਵਣ ਵਿੱਚ, ਅਤੇ ਅੱਗੇ ਕੀ ਦੇਖਦਾ ਕਿ ਇੱਕ ਹਰਨ ਅੱਗੇ ਨਿਕਲ ਗਿਆ, ਉਹਦੇ ਪਿੱਛੇ ਘੋੜਾ ਲਾਇਆ ਹੋਇਆ। ਲਾਇਆ ਹੋਇਆ ਤਾਂ ਅੱਗੇ ਇੱਕ ਰਿਸ਼ੀ ਆ ਗਿਆ, ਉਹਨੂੰ ਪੁੱਛਣ ਲੱਗ ਗਿਆ। ਕਹਿੰਦਾ, ਮਹਾਤਮਾ ਜੀ, ਹਰਨ ਕਿੱਧਰ ਗਿਆ? ਹੁਣ ਬੁੱਧੀ ਭ੍ਰਿਸ਼ਟ ਹੋ ਗਈ, ਪਹਿਲਾਂ ਤਾਂ ਮਹਾਤਮਾ ਕੋਲ ਜਾ ਕੇ ਨਮਸਕਾਰ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ, ਉਹਦੇ ਸ਼ਿਕਾਰ ਦੀਆਂ ਗੱਲਾਂ ਪੁੱਛਣੀਆਂ। ਫਿਰ ਘੋੜੇ ਤੋਂ ਉਤਰਿਆ ਨਹੀਂ, ਉਵੇਂ ਜਿਵੇਂ ਹੈ ਉਹ ਸਮਾਧੀ ਵਿੱਚ ਸੀ, ਜਦ ਨਾਂ ਦੇਖਿਆ ਉਹਨੇ ਬੁੱਧੀ ਭ੍ਰਿਸ਼ਟ ਕਰਤੀ। ਕੋਲ ਇੱਕ ਸੱਪ ਮਰਿਆ ਪਿਆ ਸੀ, ਉਹ ਚੱਕਿਆ ਕਮਾਣ ਦੇ ਨਾਲ, ਚੁੱਕ ਕੇ ਰਿਸ਼ੀ ਦੇ ਗਲ ਵਿੱਚ ਪਾ ਤਾ। ਉਹ ਜਦ ਸਮਾਧੀ ਤੋਂ ਉਥਾਨ ਹੋਇਆ ਅਤੇ ਉਹਦਾ ਚੇਲੇ ਨੇ ਆ ਕੇ ਉਹ ਲਾਹਿਆ ਅਤੇ ਸ਼ਰਾਬ ਦੇ ਤਾ।
ਬਈ ਜਿਸ ਬੰਦੇ ਨੇ ਸੱਪ ਗਲ 'ਚ ਪਾਇਆ ਉਹ ਅੱਜ ਤੋਂ 8 ਦਿਨਾਂ ਤੋਂ ਬਾਅਦ ਸੱਪ ਲੜ ਕੇ ਮਰ ਜਾਏਗਾ। ਰਿਸ਼ੀ ਦੀ ਸਮਾਧੀ ਖੁੱਲ੍ਹੀ, ਸਾਰੀ ਗੱਲ ਦਾ ਪਤਾ ਲੱਗਿਆ। ਕਹਿਣ ਲੱਗਿਆ, ਬੇਟਾ ਸ਼ਰਾਬ ਤਾਂ ਨਹੀਂ ਦੇ ਬੈਠਿਆ? ਕਹਿੰਦਾ ਮੈਂ ਤਾਂ ਦੇਤਾ। ਕਹਿੰਦਾ ਬੜਾ ਮਾੜਾ ਕੰਮ ਕਰਿਆ। ਉਹਦਾ ਰਾਜਾ ਪਰੀਸ਼ਿਤ ਸੀ, ਜਿਹਦੇ ਰਾਜ ਦੇ ਗੁਣ ਲੋਕ ਗਾ ਰਹੇ ਨੇ, ਧਰਮੀ ਰਾਜਾ। ਕਹਿੰਦਾ ਮਹਾਰਾਜ ਫਿਰ ਇਹ ਤੁਹਾਡੇ ਸੱਪ ਕਿਉਂ ਪਾਤਾ? ਇਸੇ ਧਰਮੀ ਨੇ। ਕਹਿੰਦੇ ਉਹਨੇ ਨਹੀਂ ਪਾਇਆ, ਕਲਯੁੱਗ ਆ ਗਿਆ। ਕਲਯੁੱਗ ਵਸ ਗਿਆ ਸੋਨੇ 'ਚ, ਸੋਨੇ ਦਾ ਤਾਜ ਉਹਨੇ ਸਿਰ 'ਤੇ ਰੱਖਿਆ ਹੋਇਆ ਸੀ, ਉਹਦੀ ਬੁੱਧੀ ਭ੍ਰਿਸ਼ਟ ਕਰਕੇ ਉਹਨੇ ਪਵਾ ਤਾ। ਸੋ ਖਿਆਲ ਬਦਲ ਕੇ ਉਹ ਸੱਪ ਦੇ ਡੰਗਣ ਨਾਲੇ ਅਖੀਰ ਮਰਿਆ। ਮੇਰਾ ਜੋ ਮਤਲਬ ਹੈ ਉਹ ਹੈ, ਮਹਾਰਾਜ ਕਹਿੰਦੇ ਖਿਆਲ ਬਦਲ ਗਏ ਮਨੁੱਖ ਦੇ, ਅਤੇ ਖਿਆਲ ਬਦਲੇ ਹੋਏ ਤਾਂ ਹੁਣ ਮਨੁੱਖ ਜਿਹੜਾ ਮਹਾਰਾਜ ਕਹਿੰਦੇ ਪ੍ਰੇਤ ਬਣ ਗਿਆ। ਕੱਲ੍ਹ ਮੈਂ ਪ੍ਰੇਤ ਜਿਹਨ ਰਾਮ ਨਾ ਪਛਾਤਾ, ਜਿਹਨੇ ਪਰਮੇਸ਼ਰ ਨੂੰ ਨਹੀਂ ਪਛਾਣਿਆ ਉਹ ਪ੍ਰੇਤ ਹੈ। ਹੁਣ ਕਿੱਥੇ ਆ ਗਏ ਅਸੀਂ? ਅਸੀਂ ਕਹਿੰਦੇ ਸਾਨੂੰ ਪ੍ਰੇਤ ਕੌਣ ਕਹਿ ਸਕਦਾ? ਮਹਾਰਾਜ ਕਹਿੰਦੇ ਨੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੂਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਰਦਾਰ, ਟੱਬਰ ਦਾ ਟੱਬੇ ਭੂਤਾਂ ਦਾ ਆਉਣ ਲੱਗ ਗਏ। ਕਿਸੇ ਘਰ ਵਿੱਚ ਸ਼ਾਂਤੀ ਨਹੀਂ ਹੈ, ਕਲਾ ਵਰਤਾਈ ਪਈ ਹੈ ਕਲਯੁੱਗ। ਪੁੱਤਰ ਪਿਓ ਦੇ ਆਖੇ ਨਹੀਂ ਲੱਗਦਾ, ਬੱਚਿਆਂ ਦਾ ਆਪਣਾ ਰਾਹ ਹੈ, ਪਤਨੀ ਦਾ ਆਪਣੀ ਸੋਚ ਹੈ, ਪਤੀ ਦੀ ਆਪਣੀ ਸੋਚ ਹੈ, ਭਰਾਵਾਂ ਨਾਲ ਕਿਸੇ ਦੀ ਬਣਦੀ ਨਹੀਂ ਹੈ। ਬਾਹਰਲਾ ਬੈਰ ਤਾਂ ਛੱਡਤਾ, ਆਪਣੇ ਘਰ ਵਿੱਚ ਬੈਰ ਪਾ ਲਿਆ, ਸਿਰ ਵੱਢ ਬੈਰ ਪੈ ਗਏ। ਉਹ ਕਲਯੁੱਗ ਦਾ ਅਸਰ ਹੋ ਗਿਆ। ਅਤੇ ਹੁਣ ਜਿਹੜੇ ਸੀਗੇ ਸਤਯੁੱਗ ਦੇ ਉਹ ਪਰਮਹੰਸ ਵਿਚਾਰੀ ਸੀ। ਇਹਦੇ ਬਾਅਦ ਤ੍ਰੇਤਾ ਅਤੇ ਦੁਆਪਰ, ਤ੍ਰੇਤੇ ਦੁਆਪਰ ਮਾਨਸ ਵਰਤੇ, ਇਹਦੇ ਵਿੱਚ ਮਨੁੱਖ ਮਨੁੱਖ ਰਿਹਾ। ਬਿਰਲੇ ਹਮੇ ਮਾਰੀ ਪਰ ਹਉਮੇ ਦਾ ਰੋਗ ਬਹੁਤਾ ਪ੍ਰਬਲ ਹੋ। ਹੁਣ ਗੁਰੂ ਦਸ਼ਮੇਸ਼ ਪਿਤਾ ਜੀ ਨੇ ਉਹ ਜਿਹੜਾ ਬ੍ਰਹਮ ਗਿਆਨੀ ਮਨੁੱਖ ਸੀ ਨਾ, ਉਸ ਨੂੰ ਰਿਵਾਈਵ ਕਰਨਾ ਚਾਹੁੰਦੇ। ਅੰਗਰੇਜ਼ੀ ਦਾ ਅੱਖਰ ਹੈ ਰਿਵਾਈਵ, ਇਹਦਾ ਮਤਲਬ ਹੈ ਮੁੜ ਕੇ ਉਹੀ ਬੰਦਾ ਸੰਸਾਰ ਦੇ ਰੰਗ ਮੰਚ 'ਤੇ ਕਲਯੁੱਗ ਦੇ ਵਿੱਚ ਲਿਆਉਣਾ ਚਾਹੁੰਦੇ ਸੀ, ਕਲਯੁੱਗ ਦੇ ਵਿੱਚ ਸਤਯੁੱਗ ਵਰਤਾਉਣਾ ਚਾਹੁੰਦੇ ਸੀ। ਹੁਣ ਬੰਦੇ ਨੂੰ ਕੀ ਹੋ ਗਿਆ ਸੀ? ਬੰਦੇ ਦੇ ਚਾਰ ਟੁਕੜੇ ਹੋ ਗਏ ਸੀ। ਸਿਰ ਨੂੰ ਬ੍ਰਾਹਮਣ ਆਖਿਆ ਗਿਆ, ਛਾਤੀ ਨੂੰ ਖਸ਼ਤਰੀ, ਬਾਹਾਂ ਨੂੰ ਅਤੇ ਪੇਟ ਤੋਂ ਥੱਲੇ ਵੈਸ਼ ਕਿਹਾ ਗਿਆ, ਗੋਡਿਆਂ ਦੇ ਥੱਲੇ ਸ਼ੂਦਰ ਕਿਹਾ ਗਿਆ। ਉਹ ਚਾਰ ਬਣਾ ਤੇ ਵਰਨ, ਮਨੁੱਖ ਨੂੰ ਚਾਰ ਹਿੱਸਿਆਂ 'ਚ ਵੰਡਤਾ। ਸ਼ੂਦਰ ਨੂੰ ਕਿਹਾ ਤੂੰ ਭਜਨ ਨਹੀਂ ਕਰਨਾ, ਤੈਨੂੰ ਲੋੜ ਨਹੀਂ ਹੈ ਭਜਨ ਦੀ, ਤੈਂ ਸੇਵਾ ਕਰਨੀ ਹੈ ਤਿੰਨਾਂ ਦੀ। ਬ੍ਰਾਹਮਣ ਨੂੰ ਕਿਹਾ ਕਿ ਤੂੰ ਵੇਦ ਪੜ੍ਹਨੇ ਨੇ, ਵੇਦ ਪੜ੍ਹਾਉਣੇ ਹੈ, ਜੱਗ ਕਰਨਾ ਹੈ, ਜੱਗ ਕਰਾਉਣੇ ਨੇ, ਦਾਨ ਦੇਣਾ ਅਤੇ ਦਾਨ ਲੈਣੇ, ਤੈਂ 6 ਕੰਮ ਕਰਨੇ। ਖੱਤਰੀ ਨੂੰ ਕਿਹਾ ਤੈਂ 4 ਕੰਮ ਕਰਨੇ, ਵੇਦ ਪੜ੍ਹਨਾ ਹੈ, ਪੜ੍ਹਾਉਣਾ ਨਹੀਂ ਹੈ, ਦਾਨ ਦੇਣਾ ਲੈਣਾ ਨਹੀਂ ਹੈ, ਜੱਗ ਕਰਨਾ ਕਰਾਉਣਾ ਨਹੀਂ ਹੈ। ਜਿਹੜਾ ਵੈਸ ਸੀ ਉਹਨੂੰ ਤਿੰਨ ਕਿਹਾ, ਸ਼ੂਦਰ ਨੂੰ ਕਿਹਾ ਤਾਂ ਕੁਛ ਨਹੀਂ ਕਰਨਾ, ਤੂੰ ਇਹਨਾਂ ਦੀ ਸੇਵਾ ਕਰ। ਮਨੁੱਖ ਚਾਰ ਹਿੱਸਿਆਂ 'ਚ ਵੰਡਿਆ ਗਿਆ। ਧਿਆਨ ਨਾਲ ਮੇਰੀ ਗੱਲ ਸੁਣਿਓ, ਇਹਦਾ ਨਤੀਜਾ ਕੀ ਹੋਇਆ? ਹੌਲੀ 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 ਹੌਲੀ
ਜਿਹੜਾ ਸਿਰ ਸੀਗਾ ਉਹ ਸਾਰਿਆਂ ਨਾਲੋਂ ਚਲਾਕ ਸੀ, ਉਹ ਸੀ ਬ੍ਰਾਹਮਣ। ਉਹਨੇ ਕਲਯੁੱਗ ਦੇ ਅਸਰ ਵਿੱਚ ਆ ਕੇ ਬੰਦੇ ਕਾਬੂ ਕਰ ਲਏ, ਇਹਨਾਂ ਨੂੰ ਇੰਨਾ ਕਾਬੂ ਕਰਿਆ ਵੀ ਜੇ ਤੁਸੀਂ ਪਟਿਆਲੇ ਨੂੰ ਜਾਣਾ ਪਹਿਲਾਂ ਪੁੱਛ ਕੇ ਆਉਣਾ ਵੀ ਦਾਦਾ ਜੀ ਅੱਜ ਸੁੱਧ ਹੈ ਉੱਧਰ ਨੂੰ ਪੈਰ ਪੱਟਣ ਨੂੰ, ਔਰ ਕਹਿਣਾ ਨਹੀਂ 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 ਅੱਜ ਨਹੀਂ ਹੈ, ਤੁਰਨਾ ਰੋਕ ਦਿੱਤਾ। ਤੁਸੀਂ ਕਿਹਾ ਵੀ ਲੜਕੇ ਦੀ ਸ਼ਾਦੀ ਕਰਨੀ ਹੈ, ਕਿਹੜੀ ਤਰੀਕ ਨੂੰ ਕਰਾਂ, ਆਪਣੀ ਮਰਜ਼ੀ ਦਾ ਕੋਈ ਦਿਨ ਨਹੀਂ ਤੁਸੀਂ ਛਾਣ ਸਕਦੇ। ਉਹਨੇ ਕਿਹਾ ਵੀ ਨਹੀਂ ਇਹਨਾਂ ਦਿਨਾਂ 'ਚ, ਆਹ ਮਹੀਨੇ 'ਚ ਕਰਨਾ ਹੀ ਨਹੀਂ ਤਾਂ ਅਗਲੇ 'ਚ ਕਰਨਾ। ਅਨੇਕਾਂ ਕਿਸਮ ਦੇ ਬੰਧਨ ਪੈ ਗਏ ਜੀਵਨ ਦੇ ਉੱਤੇ, ਕਾਬੂ ਹੋ ਗਏ ਅਸੀਂ ਕਰਮ ਧਰਮ 'ਤੇ, ਫਸ ਕੇ ਨਿਕਲ ਨਹੀਂ ਸਕਦੇ। ਹੁਣ ਤਾਂ ਹੀ ਨਹੀਂ ਨਿਕਲ ਸਕਦੇ, ਅਜੇ ਵੀ ਕੋਈ ਇੱਕ ਜੋਤਸ਼ੀ ਆ ਜਾਵੇ ਪਿੰਡ, ਸਾਰਾ ਪਿੰਡ ਉਹਦੇ ਦੁਆਲੇ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਕਿਰਤ ਜਿਹੜਾ ਕਰਦਾ ਸੀ ਬੰਦਾ ਉਹਨੂੰ ਤੀਸਰੇ ਦਰਜੇ 'ਤੇ ਰੱਖਿਆ, ਪਹਿਲੇ 'ਤੇ ਪੜ੍ਹਨ ਪੜ੍ਹਾਉਣ ਵਾਲਾ, ਦੂਸਰੇ 'ਤੇ ਸ਼ਸਤਰ ਚਲਾਉਣ ਵਾਲਾ, ਤੀਸਰੇ ਦੇ ਉੱਤੇ ਜਿਹੜਾ ਕਿਰਤ ਕਰਦਾ ਸੀ। ਕਿਰਤ ਕਰਨ ਵਾਲੇ ਨੂੰ ਕਿਹਾ ਤੇਰਾ ਭਲਾ ਤਾਂ ਹੋਊਗਾ ਜੇ ਤੂੰ ਟੈਕਸ ਦੇਵੇਂਗਾ ਸ਼ਸਤਰ ਵਾਲੇ ਨੂੰ, ਅਤੇ ਬ੍ਰਾਹਮਣ ਨੂੰ ਦੇਵੇਂਗਾ ਦਾਨ, ਸ਼ੂਦਰ ਨੂੰ ਤੂੰ ਹਿੱਸਾ ਦੇਵੇਂਗਾ ਆਪਣੀ ਕਮਾਈ ਦੇ ਵਿੱਚੋਂ, ਤੇਰੇ ਹਲ ਸਮਾਰ ਦਾ ਉਹਨੂੰ ਵੀ ਦਾਣੇ ਬੰਨੇ ਹੋਏ, ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਪਿੰਡਾਂ ਦੇ ਲੋਕਾਂ ਨੂੰ। ਉਹ ਇਸ ਤਰ੍ਹਾਂ ਸੁਸਾਇਟੀ ਟੁੱਟ ਗਈ ਸੀ ਬਿਲਕੁਲ, ਮਨੁੱਖ ਚਾਰ ਟੁਕੜਿਆਂ 'ਚ ਪਿਆ ਸੀ। ਹੁਣ ਗੁਰੂ ਮਹਾਰਾਜ ਦੇ ਮੂਹਰੇ ਬੜੀ ਜ਼ਬਰਦਸਤ ਸਮੱਸਿਆ ਸੀ ਵੀ ਪਹਿਲਾਂ ਤਾਂ ਮਨੁੱਖ ਨੂੰ ਮਨੁੱਖ ਬਣਾਇਆ ਜਾਵੇ, ਗਾਂ ਵਾਲੀਆਂ ਗੱਲਾਂ ਤਾਂ ਫੇਰ ਇਹ ਚੱਲਣਗੀਆਂ। ਸੋ ਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਦੱਸਿਆ ਕਿ ਤੇਰੀ ਕਿੱਡੀ ਇੰਪੋਰਟੈਂਸ ਹੈ, ਤੂੰ ਐਵੇਂ ਜੀਵ ਜੰਤੂ ਨਹੀਂ ਹੈ, ਤੈਨੂੰ ਸਰਦਾਰੀ ਮਿਲੀ ਹੈ, ਮਨੁੱਖਾ ਜਨਮ ਮਿਲਿਆ, ਇਹਦੀ ਪਛਾਣ ਕਰ, ਪਛਾਣ ਕਰਕੇ ਬੰਦਗੀ ਕਰ। ਗੁਰੂ ਤੀਸਰੇ ਪਾਤਸ਼ਾਹ ਨੇ ਬੰਧਨ ਤੋੜਨ ਵਾਸਤੇ ਲੰਗਰ ਪੰਗਤ ਬਣਾ ਤੀ ਬਈ, ਜਿਹਨੇ ਸਾਡੇ ਦਰਸ਼ਨ ਕਰਨੇ ਆ ਪਹਿਲਾਂ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਆਵੇ। ਖਾਂਦੇ ਨਹੀਂ ਸੀ, ਜਿੱਥੇ ਸ਼ੂਦਰ ਖਾ ਜਾਵੇ ਉੱਥੇ ਕੋਈ ਬੈਠਦਾ ਹੀ ਨਹੀਂ ਸੀ, ਜੇ ਹੱਥ ਲੱਗ ਜਾਵੇ ਅਤੇ ਕੋਲ ਖਾਣਾ ਹੋਵੇ ਸਾਰਾ ਹੀ ਉਹਨੂੰ ਦੇਣਾ ਪੈਂਦਾ ਸੀ, ਪਿਤਾ ਪਿੱਠ ਦਿੱਤਾ ਸਾਰਾ। ਐਸੀ ਅਧੋ ਗਤੀ ਹੋਈ ਹੋਈ, ਕਿਹੜਾ ਸੂਰਮਾ ਜਿਹੜਾ ਮੁੜ ਕੇ ਕਰਾ ਦੂ। ਹੁਣ ਗੁਰੂ ਮਹਾਰਾਜ ਮਨੁੱਖ ਨੂੰ ਇੱਕ ਥਾਂ ਕਰਨਾ ਚਾਹੁੰਦੇ ਸੀ, ਉਹਨੇ ਕਿਹਾ ਉਹ ਸ਼ੂਦਰੋ ਤੁਸੀਂ ਕਿਉਂ ਹੀਣਤਾ ਮੰਨ ਰਹੇ ਹੋ, ਤੁਸੀਂ ਸੇਵਾ ਕਰਦੇ ਹੋ, ਤੁਹਾਨੂੰ ਪਤਾ ਸੇਵਾ ਦਾ ਕੀ ਰਿਜ਼ਲਟ ਹੁੰਦਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਿਉਂ ਨਾਨਕ ਵਾਹ ਲੜਾਈ, ਸੇਵਾ ਭਜਨ ਦੇ ਬਰਾਬਰ ਕਰ ਦਿੱਤੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਲਾ ਸਲ ਸਮਾਇ। ਕਿਰਤੀ ਨੂੰ ਕਿਹਾ ਤੂੰ ਨਹੀਨਤਾ ਨਾ ਮੰਨ, ਤੇਰਾ ਰਸਤਾ ਹੈ ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਤੂੰ ਸੰਸਾਰ ਦੀ ਪਾਲਣਾ ਕਰਦਾ, ਤੂੰ ਆਪਣਾ ਦਸਵੰਧ ਕੱਢ, 100 ਬੋਰੀ ਤੇਰੇ ਹੋ ਗਈ ਤਾਂ ਇੱਕ ਬੋਰੀ ਗੁਰੂ ਦੇ ਲੇਖੇ 'ਚ ਕੱਢ। ਕਈ ਪ੍ਰੇਮੀ ਇਸ ਗੱਲ ਨੂੰ ਸਮਝਦੇ ਨਹੀਂ ਹੈ, ਉਹ ਕਹਿੰਦੇ ਬਾਬਾ ਜੀ ਤਾਂ ਰਿਆਇਤਾਂ ਦਿੰਦਾ ਤੁਰਿਆ ਫਿਰਦਾ, ਮੈਂ ਰਿਆਇਤਾਂ ਨਹੀਂ ਦਿੰਦਾ, ਇਹ ਖੇਤੀ ਜਿਹੜੀ ਹੈ ਇਹ ਬਿਲਕੁਲ ਬਿਜ਼ਨਸ ਬਣੀ ਹੋਈ ਹੈ, ਤੁਹਾਡੇ ਟਰੈਕਟਰ ਚੱਲਦੇ ਨੇ, ਤੇਲ ਲੱਗਦੇ ਨੇ, ਲੇਬਰਾਂ ਦਿੰਦੇ ਹੋ, ਕੰਬਾਈਨਾਂ ਦੇ ਪੈਸੇ ਦਿੰਦੇ ਹੋ, ਤੁਹਾਨੂੰ ਬਚਦਾ ਕੀ ਹੈ,
ਸੌ ਬੋਰੀ 'ਚੋਂ 10 ਬੋਰੀ ਬਚੂ, ਗੇੜ ਕੇ ਦੇਖ ਲਿਓ। ਉਹ ਦਸਾਂ ਬੱਚੀਆਂ ਹੋਈਆਂ ਦੇ ਵਿੱਚ ਇੱਕ ਗੁਰੂ ਦੇ ਹੋਇਆ, ਉਹ ਮਹਾਰਾਜ ਕਹਿੰਦੇ ਉਹ ਤਾਂ ਸੰਬੰਧ ਕੱਢ ਤੂੰ, ਤੇਰਾ ਭਲਾ ਹੋ ਜਾਏਗਾ, ਤੇਰੀ ਕਿਰਤ 'ਚ ਬਰਕਤ ਪਏਗੀ, ਤੇਰੀ ਕਿਰਤ 'ਚ ਵਿਘਨ ਨਾਸ ਹੋਣਗੇ। ਸੁਕਾਲ ਖਾਏ ਕੋਈ ਛੱਤੋਂ ਦੇ, ਨਾਨਕ ਰਾਹ ਪਛਾਣ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਰ ਲੈ ਦੇ। ਕੋਈ ਛੱਤਰੀ ਜਿਹੜਾ ਸੀ ਜਿਹਨੇ ਦੇਸ਼ ਦੀ ਰਾਖੀ ਕਰਨੀ ਸੀ, ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ, ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਪਾਖਿਆ ਗਏ, ਬ੍ਰਾਹਮਣ ਨੇ ਕਾਬੂ ਕਰ ਲਿਆ। ਹੁਣ ਮਹਾਰਾਜ ਨੇ ਪੂਰਾ ਮਨੁੱਖ ਬਣਾਉਣਾ ਸੀ, ਉਹਦਾ ਕੌਤਕ ਰਚਿਆ, ਆਪਨੇ 5 ਸੀਸਾਂ ਦੀ ਮੰਗ ਕੀਤੀ, 5 ਪਿਆਰੇ ਨਿਥਰੇ ਆਪਨੇ ਸੀਸ ਲੈ ਲਏ। ਬਹੁਤ ਸਾਰੀਆਂ ਪੁਸਤਕਾਂ ਐਸਾ ਮੰਨਦੀਆਂ ਨਹੀਂ ਹੈ, ਕਹਿੰਦੇ ਮਹਾਰਾਜ ਨੇ ਤੰਬੂ ਵਿੱਚ ਬੱਕਰੇ ਬੰਨੇ ਹੋਏ ਸੀਗੇ, ਉਹ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਮਹਾਰਾਜ ਬੱਕਰੇ ਖਰੀਦਦੇ ਫਿਰਦੇ ਨੇ ਅਤੇ ਰਾਤ ਨੂੰ ਲਿਆ ਕੇ ਬੰਨੇ ਹੈ। ਰਾਤ ਨੂੰ ਤਾਂ ਜਿਹੜਾ ਛੋਟੇ ਤੋਂ ਛੋਟਾ ਸੰਤ ਆ ਉਹ ਵੀ ਇਕੱਲਾ ਨਹੀਂ ਰਹਿੰਦਾ, ਉਹਦੇ ਦੁਆਲੇ ਵੀ ਪਹਿਰੇ ਹੁੰਦੇ ਨੇ, ਉਹ ਤਾਂ ਗੁਰੂ ਮਹਾਰਾਜ ਸੀ, ਕਿੰਨੇ ਪਹਿਰੇ ਲੱਗਦੇ ਸੀ, ਉਹਨਾਂ ਦੇਖ ਲੈਂਦੇ ਵੀ ਗੁਰੂ ਸਾਹਿਬ ਰਾਤ ਨੂੰ ਬੱਕਰੇ ਖਰੀਦ ਰਹੇ ਨੇ। ਮਹਾਰਾਜ ਦੇ ਵਿੱਚ ਸਹਿਜ ਸੁਭਾਅ ਗੁਰੂਆਂ ਦੇ ਵਿੱਚ ਸਰਬ ਕਲਾ ਸਮਰੱਥ ਸੀਗੇ, ਸਤਿਗੁਰ ਮੇਰਾ ਮਾਰਚ ਵਾਲੇ, ਕੋਈ ਔਖੀ ਗੱਲ ਨਹੀਂ ਸੀ। ਬਾਬਾ ਗੁਰਦਿੱਤਾ ਤੋਂ ਗਊ ਮਰ ਗਈ ਸੀ, ਵਾਹਿਗੁਰੂ ਕਹਿ ਕੇ ਪਾਣੀ ਛਿੜਕਿਆ, ਉਹ ਗਊ ਜਿਉਂਦੀ ਹੋ ਗਈ। ਬਾਬੇ ਅਟਲ ਦੇ ਨਾਲ ਮੋਹਨ ਖੇਡਦਾ ਸੀ, ਰਾਤ ਨੂੰ ਸੱਪ ਲੜ ਕੇ ਮਰ ਗਿਆ, ਸਵੇਰੇ ਆਏ ਬਾਬਾ ਅਟਲ ਜੀ, ਕਹਿੰਦੇ ਮੋਹਨ ਤੂੰ ਸਾਡੀ ਬਾਜੀ ਦੇਣ ਦਾ ਮਾਰਾ ਪਿਆ ਹੈ। ਗਲ 'ਚ ਖੂੰਡੀ ਪਾਈ, ਉੱਠ ਕੇ ਬਹਿ ਗਿਆ, ਸੱਪ ਲੜਿਆ ਕਿਧਰੇ ਹੀ ਗਿਆ। ਇਹ ਔਖੀ ਗੱਲ ਨਹੀਂ ਸਤਸੰਗ ਜੀ, ਇਹਨੂੰ ਅਸੀਂ ਜੇ ਬਹੁਤ ਬੜੀ ਗੱਲ ਬਣਾ ਦਈਏ। ਮਹਾਰਾਜ ਦੇ ਵਿੱਚ ਪੂਰੀਆਂ ਸ਼ਕਤੀਆਂ। ਮੈਂ ਤੁਹਾਨੂੰ ਇੱਕ UP ਦੀ ਬਾਤ ਦੱਸਦਾ, ਉੱਥੇ ਥਾਰੂ ਲੋਕ ਨੇ, ਉਹ 3-4 ਲੱਖ ਦੀ ਗਿਣਤੀ ਤੋਂ ਜ਼ਿਆਦਾ ਨੇ, ਤਰਾਈ ਦੇ ਇਲਾਕੇ 'ਚ ਵੱਸਦੇ ਸੀ, ਉਹ ਨਾਨਕ ਮਤੇ ਨੂੰ ਮੰਨਦੇ ਨੇ। ਉਹ ਹਮੇਸ਼ਾ ਸ਼ਾਦੀ ਕਰਨ ਤੋਂ ਬਾਅਦ ਉੱਥੇ ਮੱਥਾ ਟਿਕਾਉਣ ਆਉਂਦੇ, ਗੁਰੂ ਤੋਂ ਮੰਨਤ ਮੰਨਦੇ ਨੇ। ਇੱਕ ਬੀਬੀ ਨੇਪਾਲ ਦੇ ਵਿੱਚ, ਨਾਲਿਆ ਨੇਪਾਲ ਉੱਥੋਂ, ਉੱਥੇ ਰਹਿੰਦੀ ਸੀ, ਉਹਨੇ ਕਿਹਾ ਹੇ ਬਾਬਾ ਨਾਨਕ, ਮੇਰੀ ਝੋਲੀ 'ਚ ਇੱਕ ਪੁੱਤਰ ਦੀ ਦਾਤ ਪਾ। ਉਹਦੇ ਪੁੱਤਰ ਹੋ ਗਿਆ, ਹੋ ਹੀ ਜਾਂਦੇ ਨੇ, ਐਸੀ ਕੋਈ ਔਖੀ ਬਾਤ ਨਹੀਂ ਹੈ, ਗੁਰੂ ਕਿਤੇ ਗਿਆ ਨਹੀਂ, ਹਾਜ਼ਰ ਨਾਜ਼ਰ ਹੈ। ਮੇਰਾ ਇੱਕ ਨੌਕਰ ਸੀ ਰਾਮ ਸਰੂਪ, ਉਹਦੇ ਘਰ ਵਾਲੀ, ਉਹ ਆਵੇਂ ਸਿਰਦਰਦ ਪੀਂਦੇ ਨੇ, ਸ਼ਰਾਬ ਵੀ ਪੀ ਲੈਂਦੇ ਨੇ। ਮੈਨੂੰ ਕਹਿਣ ਲੱਗੀ, ਬਾਬੂ ਜੀ 40-45 ਸਾਲ ਦੀ ਉਮਰ ਹੋ ਗਈ ਅਤੇ ਪੁੱਤਰ ਦੀ ਰਾਤ ਨਹੀਂ ਮਿਲੀ, ਵਾ ਤੂੰ ਨਾਨਕ ਮਤੇ ਜਾ ਕੇ ਕਹਿ। ਉਹ ਦਿਵਾਲੀ ਦੇ ਦਿਨ ਸੀ, ਟਰਾਲੀ ਮੈਂ ਦੇ ਤੀ, ਉਹਦੇ ਚਲੇ ਗਏ ਸਾਰੇ। ਮੈਂ ਨਹਾ ਧੋ ਕੇ ਕਹੀ, ਪਿੱਪਲ ਥੱਲੇ ਆ ਗਈ, ਆ ਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀ, ਕਹਿੰਦੀ ਬਾਬਾ ਇੱਕ ਪੁੱਤਰ ਲੈਣੇ ਆਈ, ਇੱਕ ਪੁੱਤਰ ਲੈਣੇ ਆਈ। ਉਹ 5-6 ਵਾਰੀ ਜਦ ਕਿਹਾ, ਜਿਹੜਾ ਗ੍ਰੰਥੀ ਚੌਰ ਕਰਦਾ ਸੀ ਉਹਨੇ ਐਂ ਸਿਰਾ ਲਾ ਤਾ, ਵਾਪਸ ਆ ਗਈ ਬੜੀ ਖੁਸ਼। ਮੈਂ ਕਿਹਾ ਕੀ ਗੱਲ, ਕਹਿੰਦੀ ਮੈਨੂੰ ਵਾਅਦਾ ਕਰ ਲਿਆ ਉਹਨਾਂ ਨੇ ਪੁੱਤਰ ਦੇਣ ਦਾ। ਸਾਰੀ ਗੱਲ ਸੁਣਾਈ, ਪਤਾ ਲੈ ਵੀ ਇਹਦੇ ਹੋ ਜਾਣਾ, ਉਹ ਸੱਚੀਆਂ ਹੋ ਗਿਆ। ਕੋਈ ਐਸੀ ਬਾਤ ਨਹੀਂ ਹੈ, ਗੁਰੂ ਦੇ ਘਰ 'ਚ ਸੱਚੇ ਸਾਹਿਬਾ ਕਿਆ ਨਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇ ਸੋ ਪਾਵੇ। ਮੰਗਣ ਦੀ ਸਾਨੂੰ ਜਾਂਚ ਨਹੀਂ ਹੈ, ਸਾਰੀਆਂ ਮੰਗਾਂ ਪੂਰੀਆਂ ਕਰਦਾ। ਸੋ ਉਹ ਬੀਬੀ ਦੇ ਪੁੱਤਰ ਹੋ ਗਿਆ, ਅਤੇ ਨੇਪਾਲ ਵਾਲੀ ਦੇ
ਤਿੰਨ ਸਾਲ ਦਾ ਹੋਇਆ ਚੜ੍ਹਾਈ ਕਰ ਗਿਆ। ਜਿਹੜਾ ਭਾਈਚਾਰਾ ਸੀ, ਮਾਂ ਬਾਪ ਸੀ, ਸੱਸ ਸਹੁਰੇ ਸੀ, ਉਹ ਕਹਿੰਦੇ ਦੇ ਸਾਨੂੰ, ਅਸੀਂ ਇਹਦਾ ਅੰਤਮ ਸੰਸਕਾਰ ਕਰੀਏ। ਕਹਿੰਦੇ ਮੈਂ ਨਹੀਂ ਦੇਣਾ, ਮੈਂ ਜਿੱਥੋਂ ਲੈ ਕੇ ਆਈ ਹਾਂ ਉੱਥੇ ਦੇਣਾ। ਉਹ ਰੇਲੂ ਜੋੜ ਲਿਆ, ਉਹਦੇ ਵਿੱਚ ਨਾਨਕ ਬੰਦੇ ਆ ਗਈ। ਉੱਥੇ ਆ ਕੇ ਸਾਡੇ ਕਮੇਟੀਆਂ ਬਣ ਚੁੱਕੀਆਂ ਸੀ, ਮੈਨੇਜਰ ਨਾਲ ਗੱਲ ਹੋਈ, ਉਹ ਮੈਨੇਜਰ ਕਹਿੰਦਾ ਮੈਂ ਨਹੀਂ ਇੱਥੇ ਰੱਖਣ ਦੇਣਾ, ਪੁਲਿਸ ਨੇ ਜਾ ਕੇ ਮੈਨੂੰ ਰਿਪੋਰਟਾਂ ਕਰੂੰ, ਇਨਕੁਆਇਰੀ ਹੋਊ, ਤਾਂ ਕਿਤੇ ਸੰਸਕਾਰ ਹੋਊ, ਅਸੀਂ ਨਹੀਂ ਇਹ ਗੱਲ ਕਰਨੀ ਹੈ, ਤੁਸੀਂ ਸਾਰੇ ਧਰ ਜਿਆ ਕਰੋਗੇ। ਅਖੀਰ ਇਹ ਹੋਇਆ ਵੀ ਉਹ ਬਰਾਂਡੇ 'ਚ ਬਹਿ ਗਈ, ਇੱਕੋ ਗੱਲ ਕਹੀ ਗਈ, ਕਹਿੰਦੀ ਬਾਬਾ ਦਿੱਤਾ ਸੀ ਲਿਆ ਕਿਉਂ, ਦਿੱਤਾ ਸੀ ਲਿਆ ਕਿਉਂ। ਜਦ ਅਸੀਂ ਨਵੇਂ ਨਵੇਂ ਗਏ ਸੀ ਉੱਥੇ, 50 ਦੀ ਗੱਲ ਹੈ, 1950 ਦੀ, ਔਰ ਸਾਰੀ ਰਾਤ ਬੈਠੀ ਰਹੀ, ਜਿਹੜਾ ਨਾਲ ਆਏ ਸੀ ਉਹ ਵਿਚਾਰੇ ਉਹ ਵੀ ਬੈਠੇ ਨੇ। ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਆਸਾ ਦੀ ਵਾਰ ਲੱਗੀ, ਜਦੋਂ ਅਰਦਾਸ ਹੋਣ ਲੱਗੀ, ਐਸਾ ਮੋਰਤ ਦਾ ਅਤੇ ਸ਼ਕਤੀ ਦਾ ਉੱਥੇ ਵੇਗ ਪਿਆ, ਅਤੇ ਜਿਸ ਵਕਤ ਮੱਥਾ ਟੇਕ ਕੇ ਜਕਾਰਾ ਬੁਲਾਉਣ ਲੱਗੇ, ਕੀ ਦੇਖਦੇ ਆ, ਉਹ ਮਰਿਆ ਹੋਇਆ 24-25 ਘੰਟੇ ਦਾ ਉਹਦਾ ਪੁੱਤਰ ਜਿਹੜਾ ਸੀ ਨਾਲੇ ਖੜ੍ਹਾ ਹੋ ਗਿਆ। ਸਾਰੀ ਸੰਗਤ ਦੇ ਅੰਦਰ ਇੱਕ ਲਹਿਰ ਦੌੜ ਗਈ ਵੀ ਦੇਖੋ ਸਤਿਗੁਰ ਮੇਰਾ ਮਾਰਚ ਵੱਲ। ਹੁਣ ਉਹ ਜੇ ਬੀਬੀ ਦੇ ਕਹੇ ਅਤੇ ਗੁਰੂ ਸਾਹਿਬ ਉਹਦਾ ਪੁੱਤਰ ਜਿਉਂਦਾ ਕਰਦੇ, ਫਿਰ ਜਦੋਂ ਗੁਰੂ ਦਸਵੇਂ ਪਾਤਸ਼ਾਹ ਸੀ ਉਹਦੇ 'ਤੇ ਕਿਉਂ ਸ਼ੱਕ ਕਰਦੇ ਹੋ? ਉਹ ਤਾਂ ਸਮਰੱਥ ਸੀ। ਨਾਮਦੇਵ ਦੀ ਗਊ ਬਿਸਮਲ ਕੀਤੀ ਹੋਈ, ਹਲਾਲ ਕੀਤੀ ਹੋਈ ਜਿਉਂਦੀ ਹੋ ਜਾਂਦੀ ਹੈ, ਦੁੱਧ ਦੇਣ ਲੱਗ ਜਾਂਦੀ ਹੈ, ਹੋਰ ਅਨੇਕਾਂ ਗੁਰਸਿੱਖਾਂ ਦੀਆਂ ਸਾਖੀਆਂ ਨੇ, ਫਿਰ ਗੁਰੂ ਦਸਵੇਂ ਪਾਤਸ਼ਾਹ 'ਤੇ ਆ ਕੇ ਸੀ ਸ਼ੱਕ ਕਰਨ ਲੱਗ ਜਾਂਦੇ। ਗੁਰੂ ਮਹਾਰਾਜ ਨੇ ਐਂ ਨਹੀਂ ਸੀ ਕਰਿਆ, ਸਾਹਮਣੇ ਹੀ ਸਾਰਿਆਂ ਦੇ ਸੀਸ ਲਏ, ਡਰ ਤਾਂ ਹੀ ਪੈਦਾ ਹੋਇਆ, ਸਾਹਮਣੇ ਹੀ ਲੈਂਦੇ। ਉਹਦੇ ਬਾਅਦ ਗੁਰੂ ਮਹਾਰਾਜ ਨੇ ਜਲ ਛਿੜਕਿਆ, ਉਹ ਸੀਸ ਜੋੜਤੇ, ਉਹ ਇੱਕ ਮੁਸਲਮਾਨ ਉੱਥੇ ਬੈਠਾ ਰੰਗਦੇਵ ਦਾ ਸੀ, ਖੁਫੀਆ ਪੁਲਿਸ ਦਾ, ਉਹਨੇ ਲਿਖਿਆ, ਕਹਿੰਦਾ ਮੈਂ ਹੈਰਾਨ ਹੋ ਗਿਆ, ਪਹਿਲਾਂ ਤਾਂ ਮੈਂ ਵੀ ਡਰੀ ਗਿਆ ਵੀ ਜੇ ਗੁਰੂ ਥੱਲੇ ਉਤਰਿਆ ਆ ਪਤਾ ਨਹੀਂ ਆਪਣੀ ਤਾਂ ਖੈਰ ਨਹੀਂ, ਪਰ ਮੈਂ ਬੈਠਾ ਰਿਹਾ, ਥੋੜ੍ਹਾ ਦੂਰ ਸੀ। ਕਹਿੰਦਾ ਮੈਂ ਹੈਰਾਨ ਰਹਿ ਗਿਆ, ਉਹ ਇੱਕੋ ਹੀ ਗੱਲ ਕਹੀ ਜਾਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਉੱਠਦਾ ਹੈ ਉੱਠ ਕੇ ਖੜ੍ਹਾ ਹੋ ਜਾਂਦਾ। ਸੋ ਗੁਰੂ ਮਹਾਰਾਜ ਨੇ ਐਸਾ ਕੌਤਕ ਵਰਤਾਇਆ, ਅੰਮ੍ਰਿਤ ਛਕਾਇਆ, ਅਤੇ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਅੰਮ੍ਰਿਤ ਲੈ ਕੇ ਪੈਦਾ ਕੀਤਾ ਹੈ, ਇਹ ਮੁਰਦਿਆਂ ਦੇ ਵਿੱਚ ਜਾਨ ਪਾਉਣ ਵਾਲਾ, ਅਸੀਂ ਇੱਕ ਇਨਕਲਾਬ ਲਿਆਉਣਾ, ਇੱਕ ਐਸਾ ਮਨੁੱਖ ਸੰਸਾਰ ਦੇ ਉੱਤੇ ਪੈਦਾ ਕਰਨਾ ਜਿਹੜਾ ਮਨੁੱਖ ਪੂਰਾ ਮਨੁੱਖ ਹੋਵੇ, ਉਹਦਾ ਨਾਂ ਅਸੀਂ ਖਾਲਸਰ। ਉਹ ਮਨੁੱਖ ਕੇਵਲ ਮਨੁੱਖ ਨਾ ਹੋਵੇ, ਰਿਸ਼ੀ ਵੀ ਹੋਵੇ। ਗੁਰੂ ਮਹਾਰਾਜ ਨੇ ਸਾਨੂੰ ਰਿਸ਼ੀ ਮੁਨੀ ਬਣਾਉਣ ਵਾਸਤੇ ਹਦਾਇਤ ਕੀਤੀ ਹੋਈ ਹੈ, ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲੈ ਜਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਮੈਂ ਦੇ ਉੱਠਦੇ ਹਰ ਨਾਮ 'ਤੇ ਆ, ਜੋ ਸਾਸਕਰਾਜ 'ਤੇ ਆਏ ਮੇਰਾ ਹਰ ਸੋ ਗੁਰਸਿੱਖ ਗੁਰੂ ਬਣ ਪਾਵੇ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਅਬਰਹਿ ਨਾਮ ਜੀ। ਪੂਰਾ ਮਨੁੱਖ ਬਣਾਉਣ ਤੋਂ ਬਾਅਦ
ਸਾਨੂੰ ਇਸ ਅੰਮ੍ਰਿਤ ਦੀ ਮਹੱਤਤਾ ਦੱਸਣ ਵਾਸਤੇ ਇਹਦੇ ਵਿੱਚ ਕੁਛ ਗੱਲਾਂ ਨੇ ਬੜੀਆਂ ਗਹਿਰੀਆਂ ਵੀ ਗੁਰੂ ਸਾਹਿਬ ਨੇ ਕਿਉਂ ਅੰਮ੍ਰਿਤ ਛਕਿਆ। ਇਹ ਅਸੀਂ ਉਹ ਅੱਡ ਅੱਡ ਜਾਤਾਂ ਦੇ ਸੀਗੇ, ਉਹਨਾਂ ਜਾਤਾਂ ਦੇ ਵਿੱਚੋਂ ਇੱਕ ਦੂਏ ਦੇ ਹੱਥੋਂ ਕੋਈ ਵੀ ਨਹੀਂ ਸੀ ਖਾਂਦਾ, ਅਤੇ ਗੁਰੂ ਮਹਾਰਾਜ ਨੇ ਕਿਹਾ ਕਿ ਅੰਮ੍ਰਿਤ ਮਹਾਂ ਪਵਿੱਤਰ ਵਾਹਿਗੁਰੂ ਦੀ ਦਾਤ ਹੈ, ਇਹਦੇ ਵਿੱਚ ਜੋ ਅੰਮ੍ਰਿਤ ਛਕਾਉਣ ਵਾਲਾ ਉਹਦੀ ਜਾਤ ਜੂਤ ਨਹੀਂ, ਉਹਦੀ ਜਾਤ ਕੀ ਆ? ਆਤਮਾ। ਆਪਾਂ ਵੀ ਆਪਣੀ ਵੀ ਆਤਮਾ ਹੀ ਹੈ, ਆਪਣੀ ਜਾਤਾਂ ਤਾਂ ਨਹੀਂ ਕੋਈ ਹੈ, ਸਾਨੂੰ ਪਛਾਣ ਨਹੀਂ, ਸਰੀਰ ਬਣੇ ਹੋਏ। ਗੁਰੂ ਮਹਾਰਾਜ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਆਪਣੇ ਨਾਲ ਰਲਾ ਲਿਆ, ਅਤੇ ਵਾਹਿਗੁਰੂ ਦੇ ਨਾਲ ਰਲਾਉਣ ਤੋਂ ਬਾਅਦ ਅੰਮ੍ਰਿਤ ਦੀ ਮੰਗ ਕੀਤੀ। ਐਸਾ ਪੜ੍ਹ ਲਓ ਤੁਸੀਂ ਪਿਆਰ ਨਾਲ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ ਜੀ।
ਬਾਹਰਲਾ ਮੰਤਰਿਆ ਹੋਇਆ ਜਲ ਛਕਾ ਕੇ ਜੋ ਸਾਡੇ ਅੰਦਰ ਅੰਮ੍ਰਿਤ ਹੈ, ਹਰੇਕ ਦੇ ਅੰਦਰ ਹੈ ਜਿੰਨੇ ਤੁਸੀਂ ਬੈਠੇ ਹੋ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ। ਸਾਨੂੰ ਤਾਂ ਨਹੀਂ ਪਤਾ ਵੀ ਸਾਡੇ ਅੰਦਰ ਅੰਮ੍ਰਿਤ ਹੈ। ਜੇ ਉਹ ਅੰਮ੍ਰਿਤ ਪ੍ਰਗਟ ਹੋ ਜਾਵੇ ਫਿਰ ਕੀ ਹੁੰਦਾ, ਉਹ ਕਦੇ ਵੀ ਨਹੀਂ ਮਰਿਆ ਕਰਦਾ, ਸਦਾ ਦਾ ਜੀਵਨ ਮਿਲ ਜਾਂਦਾ। ਉਹ ਅੰਮ੍ਰਿਤ ਦਾ ਦੂਜਾ ਨਾਮ ਹੈ ਜਿਹਨੂੰ ਅਸੀਂ ਨਾਮ ਕਹਿੰਦੇ ਹਾਂ, ਸ਼ਬਦ ਕਹਿੰਦੇ ਹਾਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨੁੱਖਾਂ ਸਾਥ ਨੰਬਰ। ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਧ ਅਨਹਤ ਹੈ ਨਾਥ, ਜਿੱਥੇ ਉਹਦਾ ਵਾਸਾ ਹੈ ਉੱਥੇ ਫੁਰਨੇ ਰਹਿ ਤੋਂ ਵਸਦਾ ਹੈ। ਅਤੇ ਉੱਥੇ ਦੂਜੀ ਹੈ ਕਿ ਉੱਥੇ ਕੌਸਮਿਕ ਸੰਗੀਤ ਆਤਮਿਕ ਬਾਜੇ ਆਪਣੇ ਆਪ ਹੀ ਵੱਜਦੇ ਨੇ। ਜਿਸ ਥਾਂ ਦੇ ਉੱਤੇ ਅੰਮ੍ਰਿਤ ਦਾ ਪਿਆਲਾ, ਉਹਨੂੰ ਪੀਣ ਵਾਸਤੇ ਜਿਵੇਂ ਤੁਸੀਂ ਕਿਸਾਨ ਲੋਕ ਜਾਣਦੇ ਹੋ, ਟਿਊਬਵੈੱਲ ਲਾਈਏ, ਪਾਣੀ ਤਾਂ ਹੈ ਅੰਦਰ ਧਰਤੀ ਦੇ, ਟਿਊਬਵੈੱਲ ਲਾਉਂਦੇ ਹਾਂ, ਰਿਫਲੈਕਸ ਵਾਲ ਫਿੱਟ ਕਰਦੇ ਹਾਂ, ਰਿਫਲੈਕਸ ਵਾਲ ਦੇ ਉੱਤੇ ਹੁੰਦੀ ਆ ਹਵਾ। ਜੇ ਮੋਟਰ ਚਲਾ ਦਿਉ, ਹਵਾ ਹੋਵੇ ਕਦੇ ਵੀ ਨਹੀਂ ਪਾਣੀ ਕੱਢਦੀ। ਜੇ ਰਿਫਲੈਕਸ ਵਾਲ ਦੇ ਉੱਤੇ ਪਾਣੀ ਪਾ ਤਾ, ਉਹ ਜਿੰਨਾ ਪਾਣੀ ਪਾਇਆ ਉਹਨਾਂ ਸੂਟਾਂ ਮਾਰ ਕੇ ਉੱਤੇ ਆ ਜਾਊ, ਫੇਰ ਪਾ ਦਿਉ, ਫੇਰ ਪਾ ਦਿਉ, ਫੇਰ ਪਾ ਦਿਉ। ਜਦ ਪਾਣੀ ਆ ਕੇ ਰਿਫਲੈਕਸ ਵਾਲ ਨਾਲ ਲੱਗ ਗਿਆ, ਉਹਦੇ ਬਾਅਦ ਆਪਣੇ ਆਪ ਹੀ ਪਾਣੀ ਚੱਲੀ ਜਾਣਾ, ਫੇਰ ਮੁੜ ਕੇ ਨਹੀਂ ਆਉਣਾ। ਆਹੀ ਤਰੀਕਾ ਇਹ ਹੈ। ਪੰਜ ਪਿਆਰੇ 15 ਵਾਰੀ ਪੰਜ ਤੂਲੀਆਂ ਬੁਲਾਉਂਦੇ ਨੇ, ਪੰਜ ਸੀਸ ਵਿੱਚ ਪਾਉਂਦੇ ਨੇ, ਪੰਜ ਨੇਤਰਾਂ ਦੇ ਵਿੱਚ। ਉਹਦੇ ਬਾਅਦ ਕਹਿੰਦੇ ਆ, ਸੁਣ ਹੁਣ ਇਹ ਜਿਹੜਾ ਅੰਮ੍ਰਿਤ ਤੇਰੇ ਅੰਦਰ ਹੈ ਉਹਨੂੰ ਕੱਢਣ ਦਾ ਅਸੀਂ ਬਟਨ ਦੱਬਦੇ ਹਾਂ, ਬੋਲ ਵਾਹਿਗੁਰੂ ਵਾਹਿਗੁਰੂ। ਮੰਤਰ ਦਿੰਦੇ ਨੇ ਨਾਲ, ਕਹਿੰਦੇ ਨੇ ਵੀ ਇਹ ਮੰਤਰ ਦਾ ਤੂੰ ਹੁਣ ਅਭਿਆਸ ਕਰੀ, ਇਹਦੇ ਕਰਨ ਦੇ ਨਾਲ ਤੇਰੇ ਅੰਦਰੋਂ ਨਾਮ ਪ੍ਰਗਟ ਹੋਵੇਗਾ। ਉਹ ਜਿਹੜਾ ਜਦੋਂ ਨਾਮ ਪ੍ਰਗਟ ਹੋ ਗਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਧ ਅਨੰਤ ਅਨਾਦ, ਕਹਿ ਨਾ ਜਾਈਏ ਚਾਰਜ ਸਮਾਧ। ਉਹ ਅੰਮ੍ਰਿਤ ਨਾਮ ਹੈ, ਉਹ ਨਾਮ ਤੇਰੇ ਅੰਦਰ ਜਦ ਪ੍ਰਗਟ ਹੋ ਗਿਆ, ਮੁੜ ਕੇ ਕਾਲ ਤੇਰੇ ਨੇੜੇ ਨਹੀਂ ਆਉਣਾ, ਸਦਾ ਦਾ ਅਮਰ ਜੀਵਨ ਵਾਹਿਗੁਰੂ ਦੀ ਦਰਗਾਹ ਵਿੱਚ ਤੇਰਾ ਵਾਸਾ ਹੋ ਜਾਵੇ। ਸੋ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਕਿਹਾ ਵੀ ਦੇਖੋ ਵਾਹਿਗੁਰੂ ਹੈ ਜਾਗਦੀ ਜੋਤ, ਇਹਨੂੰ ਕਿਸੇ ਪੱਥਰ ਵਿੱਚ ਨਾ ਜਾਣਿਓ ਵੀ ਪੱਥਰ ਹੈ, ਇਹਦਾ ਕੋਈ ਚਿੰਨ੍ਹ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਦੇ ਰੂਪ ਰੰਗ ਅਰ ਰੇਖ ਭੇਗ, ਕੋਈ ਕਹਿ ਨਾ ਸਕੇ। ਇਹ ਜੋਤ ਹੈ, ਜਾਗਦੀ ਜੋਤ ਹੈ, ਜਿਹੜੀ ਸਭ ਕੁਝ ਜਾਣਦੀ ਹੈ, ਜਿਹਨੇ ਸਾਰੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਤੁਸੀਂ ਜਦ ਵਾਹਿਗੁਰੂ ਕਹਿਣਾ ਉਹਦਾ ਧਿਆਨ ਧਰਨਾ, ਐਂ ਪੜ੍ਹ ਲਓ, ਜਪੋ ਖਾਲਸਾ ਤੁਸੀਂ ਜਾਗਦੀ ਜੋਤ, ਜਪੋ ਖਾਲਸਾ ਤੁਸੀਂ ਜਾਗਦੀ ਜੋਤ, ਜਪੋ ਖਾਲਸਾ ਤੁਸੀਂ ਜਾਗਦੀ ਜੋਤ।
ਅਨੰਤ ਜੋਤ ਜਪੈ ਨਿਸਵਾਸਰ ਏਕ ਬਿਨਾ ਮੰਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਪਤ ਗੋੜ ਨਰੈ ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਾ ਨਹਿ ਪੂਰਨ ਜੋਤ ਜਗੈ ਗਤ ਮੈਂ ਤਬ ਖਾਲ ਜੋਤ ਅਨਿਤ ਖਾਲ ਮਹਾਰਾਜ ਫਰਮਾਨ ਕਰਦੇ ਆ ਪਿਆਰਿਓ ਗੁਰਸਿੱਖੋ ਵਾਹਿਗੁਰੂ ਜਿਹੜਾ ਹੈ ਉਹ ਜਾਗਰਤ ਜੋਤ ਹੈ ਤੁਹਾਡੇ ਅੰਦਰ ਵੀ ਉਹ ਵੱਸਦਾ ਬਾਹਰ ਵੀ ਵੱਸਦਾ ਪਛਾਣੋ ਉਹਨੂੰ ਫਿਰ ਕਹੋ ਵਾਹਿਗੁਰੂ ਸਾਡਾ ਵਾਹਿਗੁਰੂ ਵਾਹਿਗੁਰੂ ਕਿਹਾ ਹੋਇਆ ਕਿਉਂ ਨਹੀਂ ਕਿਨਾਰੇ ਚੜ੍ਹਦਾ ਉਹ ਇਹ ਹੈ ਵੀ ਜਿਹਦਾ ਨਾਮ ਲੈਂਦੇ ਸਾਨੂੰ ਪਤਾ ਹੀ ਨਹੀਂ ਸਾਡਾ ਮਨ ਦੌੜਿਆ ਫਿਰਦਾ ਕਦੇ ਉੱਥੇ ਚਲੇ ਗਿਆ ਉੱਥੇ ਚਲੇ ਗਿਆ ਮੂੰਹ ਦੇ ਵਿੱਚ ਰਾਮ ਰਾਮ ਹੈ ਅਤੇ ਖਿਆਲ ਦੌੜੇ ਫਿਰਦੇ ਨੇ ਮਹਾਰਾਜ ਕਹਿੰਦੇ ਐਂ ਨਹੀਂ ਬਣਨਾ ਕੁਛ ਵੀ ਜਾਪ ਕੇ ਕੀਏ ਅਤੇ ਜੋ ਪੈ ਪਾਈਏ ਤਾਂ ਅਜਾਬ ਦੇ ਪੂਰਨਾ ਸਦੀਵ ਤੂੰ ਹੀ ਉਚਰਤਾ ਆ ਟਿੱਡਾ ਜਿਹੜਾ ਛੋਟਾ ਜਿਹਾ ਪੰਛੀ ਹੈ ਚਿੜੀ ਉਹ ਤੂੰ 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 ਕਰਦੀ ਕਹਿੰਦੇ ਉਹਨੂੰ ਰੱਬ ਮਿਲ ਜਾਏਗਾ ਐਂ ਨਹੀਂ ਮਿਲਦਾ ਜਦ ਵਾਹਿਗੁਰੂ ਕਹਿਣਾ ਤੁਸੀਂ ਵਾਹਿਗੁਰੂ ਦੀ ਪਛਾਣ ਕਰੋ ਪਹਿਲਾਂ ਜੇ ਨਹੀਂ ਜਾਣਦੇ ਚਲੋ ਸੰਤਾਂ ਦੀ ਗੱਲ ਮੰਨ ਲਓ ਸੰਤ ਕਹਿੰਦੇ ਵੀ ਤੇਰੀਆਂ ਅੱਖਾਂ ਬੰਦ ਨੇ ਤੂੰ ਮੇਰੀ ਗੱਲ ਦੇ ਉੱਤੇ ਯਕੀਨ ਕਰ ਜਿਹੜੀ ਮੈਂ ਗੱਲ ਕਹਿਣਾ ਕਿਉਂਕਿ ਤੂੰ ਕਿਸੇ ਤਰ੍ਹਾਂ ਵੀ ਨਹੀਂ ਤਾਂ ਗੱਲ ਸਮਝਣੀ ਕਹਿੰਦਾ ਦੱਸੋ ਜੀ ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਏ ਆਹ ਸਾਹਮਣੇ ਆ ਸਾਰੇ ਜੋ ਕੁਛ ਨਜ਼ਰ ਆਉਂਦਾ ਇਹ ਵਾਹਿਗੁਰੂ ਤੋਂ ਬਗੈਰ ਹੋਰ ਹੈ ਨਹੀਂ ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨੇ ਹਰ ਲਿਆ ਬੇ ਸੰਸਾਰ ਤੁਮ ਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਹੈ ਉਹ ਅੱਖ ਸਾਡੀ ਦੇ ਵਿੱਚ ਮੋਤੀਆ ਬਿੰਦ ਹੋਇਆ ਮੋਤੀਆ ਜਿਹਨੂੰ ਹੋ ਜਾਵੇ ਉਹ ਦੇਖ ਸਕਦਾ ਕਦੇ ਉਹਨੂੰ ਮੰਨਣਾ ਪੈਂਦਾ ਜਿਹਦੇ ਅੱਖਾਂ ਸਜਾਖੀਆਂ ਜੇ ਉਹ ਗੱਲ ਕਹੇ ਉਹ ਕਹਿੰਦਾ ਤੂੰ ਐਂ ਕਰ ਤੇਰੇ ਅੰਦਰ ਵੀ ਬਾਹਰ ਵੀ ਵਾਹਿਗੁਰੂ ਹੈ ਤੈਨੂੰ ਅਜੇ ਪਤਾ ਨਹੀਂ ਲੱਗਿਆ ਤੂੰ ਮੇਰੀ ਗੱਲ ਦੇ ਉੱਤੇ ਨਿਸ਼ਚਾ ਕਰਕੇ ਆਵਾਜ਼ ਦੇ ਵਾਹਿਗੁਰੂ 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 ਉਹ ਬੋਲਾ ਤਾਂ ਨਹੀਂ ਹੈ ਛੇ ਦੇ ਕੇ ਸੁਣ ਲੈਂਦਾ ਪਰ ਜ਼ਰੂਰੀ ਗੱਲ ਕਿਹੜੀ ਹੈ ਉਹ ਇਹ ਹੈ ਕਿ ਸਾਡੇ ਮਨ ਦੇ ਅੰਦਰ ਨਿਸ਼ਚਾ ਨਹੀਂ ਆਉਂਦਾ ਪ੍ਰਤੀਤ ਨਹੀਂ ਆਉਂਦੀ ਅਤੇ ਮਹਾਰਾਜ ਕਿਹਨੇ ਕਿਹਾ ਵੀ ਜੇ ਪ੍ਰਤੀਤ ਨਹੀਂ ਆਉਂਦੀ ਤਾਂ ਫਿਰ ਰੱਬ ਦਾ ਤੇਰਾ ਕੋਈ ਸੰਬੰਧ ਨਹੀਂ ਹੈ ਪ੍ਰਤੀਤ ਜ਼ਰੂਰੀ ਹੈ ਐਂ ਪੜ੍ਹ ਲਓ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਕੀ ਕਰਦੇ ਤੂੰ
ਮਨ ਗੁਰ ਕੀ ਪ੍ਰਤੀਤ। ਤਿਸ ਜਨ ਆਵੇ ਹਰ ਪ੍ਰੇਮ ਚੀਤ, ਦੂਜੇ ਤੇ ਤਾਂ ਆਉਣਾ ਹੀ ਨਹੀਂ। ਸੋ ਮੈਂ ਇੱਕ ਨੁਕਤੇ ਵੱਲ ਆਪਦਾ ਧਿਆਨ ਦਵਾ ਰਿਹਾ, ਪਾਠ ਤੁਸੀਂ ਕਰਦੇ ਹੋ, ਨਾਮ ਜਪਦੇ ਹੋ, ਉਹ ਪ੍ਰਤੀਤ ਨਹੀਂ ਸਾਹਮਣੇ। ਮਹਾਰਾਜ ਕਹਿੰਦੇ ਤੂੰ ਮੇਰੇ ਉੱਤੇ ਭਰੋਸਾ ਕਰ, ਮੈਂ ਤੈਨੂੰ ਸਹੀ ਗੱਲ ਦੱਸਦਿਆਂ, ਤੇਰੇ ਅੰਦਰ ਵੀ ਵਾਹਿਗੁਰੂ ਹੈ, ਬਾਹਰ ਵੀ ਵਾਹਿਗੁਰੂ ਹੈ। ਤੂੰ ਵਾਹਿਗੁਰੂ ਨੂੰ ਵਾਹਿਗੁਰੂ ਕਹਿ ਕੇ ਆਵਾਜ਼ ਮਾਰ, ਅੰਦਰ ਕਿੱਥੇ ਹੈ? ਕਹਿੰਦੇ ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਬਾਦਸ਼ਾਹ ਪੁਰ ਗਗਨ ਅੰਦਰ, ਅਸਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਤੇਰੇ ਅੰਦਰ ਵਾਹਿਗੁਰੂ ਨੇ ਆਪਣੇ ਰਹਿਣ ਵਾਸਤੇ ਥਾਂ ਬਣਾਇਆ ਹੋਇਆ। ਹੁਣ ਮਹਾਰਾਜ ਦੀ ਬਾਤ ਅਸੀਂ ਮੰਨੀਏ ਕਿ ਨਾ ਮੰਨੀਏ, ਫੈਸਲਾ ਕਰ ਲਓ। ਅਸੀਂ ਕਹਾਂਗੇ ਹਾਂ ਮਹਾਰਾਜ, ਅਸੀਂ ਤਾਂ ਅਣਜਾਣ ਹਾਂ, ਸਾਨੂੰ ਤਾਂ ਮੰਨਣੀ ਪੈਣੀ ਹੈ। ਮੰਨਣੀ ਪੈਣੀ ਨਹੀਂ, ਰਿਐਲਿਟੀ ਹੈ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵਾ ਬਸ ਸੰਭਾਲੇ। ਇੱਥੇ ਹੁਣ ਮਹਾਰਾਜ ਕਹਿੰਦੇ ਵੀ ਇੰਨੀਆਂ ਕੀਮਤੀ ਚੀਜ਼ਾਂ ਨੇ ਨਾ ਤੁਹਾਡੇ ਅੰਦਰ, ਉਹ ਪੰਜ ਚੋਰ ਨੇ, ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕੋ ਨਾ ਸੁਣੇ ਪੁਕਾਰਾ। ਦਿਨ ਰਾਤ ਚੀਜ਼ਾਂ ਤੁਹਾਡੀਆਂ ਲੁੱਟਦੇ ਜਾਂਦੇ। ਹੁਣ ਵਾਹਿਗੁਰੂ ਨੇ ਕੀ ਕਰਿਆ ਵੀ ਇਹ ਲੋਟਾ ਨਾ ਪੈ ਜਾਵੇ, ਜੀਵ ਅਣਜਾਣ ਹਜ਼ਾਰਾਂ ਵਾਰੀ ਮਨੁੱਖ ਬਣਿਆ, ਇਹਨੂੰ ਥੌ ਲੱਗਦਾ ਨਹੀਂ, ਕੋਈ ਦੱਸਦਾ ਨਹੀਂ, ਜੇ ਦੱਸਦਾ ਉਹਦਾ ਮੰਨਾ ਨਹੀਂ ਕਰਦਾ। ਉਹਨਾਂ ਨੇ ਇਹੋ ਜਿਹੇ ਦਰਵਾਜ਼ੇ ਲਾਤੇ ਜਿਹੜੇ ਖੁੱਲਦੇ ਹੀ ਨਹੀਂ, ਬੱਜਰ ਕਪਾਟ ਜੜੇ ਜੜ ਜਾਣ। ਬੱਜਰ ਕਪਾਟ ਕਹਿੰਦੇ ਨੇ, ਬਹੁਤ ਸਖ਼ਤ ਬੱਜਰ ਪੱਥਰ ਨੂੰ ਕਹਿੰਦੇ ਨੇ ਵੈਸੇ। ਕਹਿੰਦੇ ਐਸਾ ਦੀਵਾਰ, ਐਸੇ ਦਰਵਾਜ਼ੇ ਲਾਤੇ ਜਿਹੜੇ ਖੁੱਲਦੇ ਨਹੀਂ। ਖੁੱਲਦੇ ਕਿਵੇਂ ਨੇ? ਕਹਿੰਦੇ ਸਮਰੱਥ ਗੁਰੂ ਦੇ ਕੋਲ ਜਾਵੇ, ਉਹ ਦਿੰਦਾ ਮੰਤਰ ਦੀ ਚਾਬੀ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਉਹ ਗੁਰੂ ਚਾਬੀ ਦਿੰਦਾ। ਪੰਜ ਪਿਆਰਿਆਂ ਦੇ ਆਏ ਅਸੀਂ, ਉਹਨਾਂ ਨੇ ਚਾਬੀ ਫੜਾਤੀ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾ। ਹੁਣੇ ਵਾਹਿਗੁਰੂ ਵਾਹਿਗੁਰੂ ਕਰਕੇ ਖੁੱਲਣਾ, ਗੁਰ ਸ਼ਬਦ ਹੀ ਕੁਲਾ ਜਾਂਦਾ। ਮਹਾਰਾਜ ਨੇ ਨਾਲ ਦੱਸਤਾ ਵੀ ਗੁਰੂ ਦਾ ਜਿਹੜਾ ਸ਼ਬਦ ਹੈ, ਇੱਕ ਤਾਂ ਅਕਾਲ ਪੁਰਖ ਦਾ ਸ਼ਬਦ ਹੈ ਜਿਹਦੇ ਨਾਲ ਉਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰੀ, ਇੱਕ ਗੁਰੂ ਦਾ ਸ਼ਬਦ ਹੈ ਜਿਹੜਾ ਪੰਜ ਪਿਆਰੇ ਦਿੰਦੇ ਨੇ। ਸ਼ਬਦ ਤਾਂ ਬੇਅੰਤ ਹੈ, ਮੈਂ ਬਾਜੇ 'ਤੇ ਹੱਥ ਮਾਰਦਾ, ਆ ਵੀ ਸ਼ਬਦ ਹੈ, ਆਵਾਜ਼ ਨੂੰ ਕਹਿੰਦੇ ਆ ਸ਼ਬਦ, ਬੇਅੰਤ ਹੈ। ਪ੍ਰਕਿਰਤੀ ਦੇ ਸ਼ਬਦ ਅੱਡ ਅੱਡ ਨੇ। ਪਾਣੀ ਜਿਹੜਾ ਹੈ ਇਹ ਸ਼ਬਦ ਕਰਦਾ ਕੁਰਲ ਕੁਰਲ ਜਿਹਦੀ, ਅੱਗ ਪੱਕ ਪੱਕ ਦੀ ਕਰਦੀ ਹੈ, ਆਕਾਸ਼ ਪ੍ਰਤੀ ਧੁਨ ਹੁੰਦੀ ਹੈ। ਹਵਾ ਜਿਹੜੀ ਹੈ ਇਹ ਵੀ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਆਵਾਜ਼ ਦਿੰਦੀ ਹੈ। ਇਹ ਆਵਾਜ਼ਾਂ ਨਹੀਂ, ਗੁਰੂ ਸਾਹਿਬ ਕਹਿੰਦੇ ਗੁਰੂ ਦਾ ਸ਼ਬਦ ਹੈ ਜਿਹੜਾ ਜਿਹੜਾ ਪੰਜ ਪਿਆਰਿਆਂ ਤੋਂ ਮਿਲਿਆ, ਇਹਨੂੰ ਜਪ ਕੇ ਬੱਜਰ ਕਪਾਟ ਖੁੱਲ੍ਹ ਜਾਣਗੇ। ਜਦ ਖੁੱਲ੍ਹ ਗਏ ਫਿਰ ਪੀਤਰ ਕੋਟ ਗੁਫਾ ਕਰ ਜਾਈ, ਫਿਰ ਤੂੰ ਅੰਦਰ ਬਣੀ, ਅੰਦਰ ਤੇਰੀ ਸੁਰਤ ਨੂੰ ਨਾਮ ਨੇ ਫੜ ਲੈਣਾ। ਉਹ ਸੁਰਤ ਨੂੰ ਫੜ ਕੇ ਨਾਮ ਨੇ ਆਪਣੇ ਜਿੱਥੇ ਹੈ ਉਹਦਾ ਬਾਸਾ, ਉੱਥੇ ਨੂੰ ਉੜਨਾ ਸ਼ੁਰੂ ਕਰ ਦੇਣਾ। ਉਹਨੇ ਫਿਰ ਕਿੱਥੇ ਜਾਣਾ? ਨੌ ਘਰ ਥਾਪੇ ਹੁਕਮ ਰਸਾਈ, ਨੌ ਘਰ ਥਾਪ ਦਿੱਤੇ, ਠਾਕ ਦਿੱਤੇ, ਹੁਣ ਇਹ ਦੌੜਦੇ ਨਹੀਂ ਹੈ। ਦਸਵੇਂ ਪੁਰਖ ਲੇਖ ਪਾਰੀ, ਆਪੇ ਲੱਖ ਲਿਖਾਇਆ। ਇਹ ਸਰੀਰ ਦੇ ਵਿੱਚ ਦਸਵਾਂ ਜਿਹੜਾ ਦਰਵਾਜ਼ਾ, ਨੌ ਤਾਂ ਆਪਾਂ ਜਾਣਦੇ ਹਾਂ, ਦੋ ਕੰਨਾਂ ਦਾ ਰਾਹ ਨੂੰ ਜਾਣਦੇ ਹਾਂ, ਨੱਕ ਦੇ ਦੋ ਰਾਹ ਨੂੰ, ਅੱਖਾਂ ਦੇ ਦੋ ਰਾਹ ਨੂੰ, ਮੂੰਹ ਦੇ ਰਾਹ ਨੂੰ, ਮਲਮੂਤਰ ਦੇ ਰਾਹ ਨੂੰ, ਇਹਨਾਂ ਨੌ ਦਰਵਾਜ਼ੇ ਕਹਿੰਦੇ ਨੇ। ਉਹ ਕਹਿੰਦੇ ਇਹ ਨੌ ਦਰਵਾਜ਼ੇ ਜਿਹੜੇ ਨੇ ਸਰੀਰ ਦੇ ਚੱਲਣ ਵਾਸਤੇ ਬਣਾਏ ਹੋਏ ਨੇ,
ਲੇਕਿਨ ਜਿਹੜਾ ਇੱਕ ਦਰਵਾਜ਼ਾ ਹੋਰ ਹੈ ਉਹਦੇ 'ਚ ਪਰਮੇਸ਼ਰ ਆਪ ਰਹਿੰਦਾ ਹੈ। ਪੜ੍ਹ ਲਓ, ਨੌ ਦਰਵਾਜ਼ੇ ਕਾ ਕੋਟ ਹੈ, ਕੋਟ ਹੈ ਮਹਾਰਾਜ ਕਹਿੰਦੇ ਤੇਰੇ ਅੰਦਰ ਵਾਹਿਗੁਰੂ ਵੱਸਦਾ, ਆਹ ਰਸਤਾ। ਨਿਸ਼ਾਨੀਆਂ ਨੇ ਵੀ ਪਹਿਲਾਂ ਵਚਨ ਕਪਾਟ ਆਉਂਦੇ ਨੇ, ਉਹ ਜਿਹੜਾ ਪੰਜ ਪਿਆਰਿਆਂ ਨੇ ਮੰਤਰ ਦਿੱਤਾ ਜੇ ਤੂੰ ਜਪਦਾ ਹੈ ਉਹਦੇ ਜਪਣ ਨਾਲ ਉਹ ਖੁੱਲ ਜਾਣੀ। ਫਿਰ ਨਿਸ਼ਾਨੀ ਇਹ ਆਏਗੀ ਕਿ ਉੱਥੇ ਅਨਹਦ ਸ਼ਬਦਾਂ ਦੀ ਧੁਨੀ ਹੋਏਗੀ। ਇੱਕ ਤਾਂ ਕੰਨਾਂ ਦੇ ਹੁੰਦੀ ਹੈ, ਇਹ ਨਹੀਂ ਹੈ, ਇੱਕ ਐਵੇਂ ਹੀ ਦਿਮਾਗ ਦੀ ਖੁਸ਼ਕੀ ਨਾਲ ਹੁੰਦੀ ਹੈ, ਇਹ ਵੀ ਨਹੀਂ। ਉਹ ਤਾਂ ਮਿਊਜ਼ਿਕ ਹੁੰਦਾ, ਸਾਜ਼ ਵੱਜਦੇ ਨੇ ਉੱਥੇ, ਆ ਬਿਨਾਂ ਬਜਾਏ ਆਪੇ ਹੀ ਸੁਣਦੇ ਨੇ, ਆਦਮੀ ਮਸਤ ਹੋ ਜਾਂਦਾ। ਅਨਹਦ ਬਾਣੀ ਥਾਨ ਨਰਾਲਾ, ਤਾਂ ਕਿ ਧੁਨ ਮੋਹੇ ਗੋਪਾਲਾ, ਰੱਬ ਵੀ ਮੋਹਿਆ ਜਾਂਦਾ, ਕਹਿੰਦੇ ਇੰਨੀ ਸੋਹਣੀ ਹੈਗੀ ਆ। ਫਿਰ ਅੰਦਰ ਚਾਨਣਾ ਹੈ, ਗਿਆਨ ਦਾ ਪ੍ਰਕਾਸ਼ ਹੈ, ਉਹਦੇ ਵਿੱਚ ਦਿਸਦਾ ਕੀ ਹੈ ਵੀ ਸਾਰਿਆਂ ਦੇ ਅੰਦਰ ਇਹ ਵਾਹਿਗੁਰੂ ਹੈ, ਮੇਰੇ ਇਕੱਲੇ ਦੇ ਅੰਦਰ ਨਹੀਂ ਹੈ, ਸਭ ਦੇ ਅੰਦਰ। ਹੁਣ ਇੰਨੀ ਕੁ ਗੱਲ ਗੁਰੂ ਸਾਹਿਬ ਦੀ ਮੰਨ ਲਓ, ਇੰਨੀ ਗੱਲ ਮੰਨ ਕੇ ਵੀ ਮੇਰੇ ਅੰਦਰ ਵਾਹਿਗੁਰੂ ਹੈ, ਮੈਂ ਉਹਨੂੰ ਮਿਲਣਾ ਹੈ। ਮਿਲ ਕਿਉਂ ਨਹੀਂ ਆਉਂਦਾ? ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਇਆ ਸਿਆ, ਪਰਦਾ ਪੈ ਗਿਆ। ਜੇ ਆ ਗੱਡੀ ਦੇ ਅੰਦਰ ਜਿਹੜੀਆਂ ਪੁਰਾਣੀਆਂ ਗੱਡੀਆਂ ਹੁੰਦੀਆਂ ਨੇ ਕਾਰਾਂ, ਇਹਦੇ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਉੱਥੇ ਹੌਲੀ ਹੌਲੀ ਕਾਰਬਨ ਆ ਜਾਂਦੀ, ਹਰਾ ਰੰਗ ਜਿਹਾ ਲੱਗ ਜਾਂਦਾ ਉਹਨਾਂ ਨੂੰ ਸੁੱਚਾਂ ਨੂੰ। ਉਹ ਜੇ ਵੱਧ ਜਾਵੇ ਗੱਡੀ ਸਟਾਰਟ ਹੀ ਨਹੀਂ ਹੁੰਦੀ, ਜ਼ੋਰ ਲਾਈ ਜਾਓ, ਪੈਟਰੋਲ ਵੀ ਪਾ ਲਓ, ਹੋਰ ਵੀ ਕਰ ਲਓ, ਬੈਟਰੀ ਵੀ ਨਵੀਂ ਰੱਖ ਲਓ, ਨਹੀਂ ਗਾਹਾਂ ਕਰੰਟ ਚੱਲਦੀ ਹੋ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਸਾਡੀ ਕਰੰਟ ਦਾ ਕਨੈਕਸ਼ਨ ਟੁੱਟਿਆ ਹੋਇਆ ਹੈ। ਉਹ ਕਿਉਂ ਹੈ? ਕਿਉਂਕਿ ਸਾਡੇ ਮਨ ਦੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ। ਜਦ ਤੱਕ ਹਉਮੈ ਦੀ ਮੈਲ ਨਹੀਂ ਲੈਂਦੀ, ਉਨੀ ਦੇਰ ਤੱਕ ਗਾਹਾਂ ਗੱਲ ਚੱਲਦੀ ਨਹੀਂ। ਨੰਬਰ ਤੁਸੀਂ ਹੋਰ ਘੁਮਾਈ ਜਾਂਦੇ ਹੋ,
ਮਿਲਣਾ ਚਾਹੁੰਦੇ ਹੋ? ਵੀ ਹਾਂਜੀ ਫਲਾਣਾ ਤਾਂ ਬੋਲਿਆ ਨਹੀਂ, ਪ੍ਰਾਈਮ ਮਿਨਿਸਟਰ ਦਾ ਮੈਂ ਮਿਲਣਾ ਚਾਹੁੰਦਾ, ਨੰਬਰ ਕਿਤੇ ਹੋਰੇ ਘੁਆਈ ਜਾਂਦੇ ਹੋ, ਕੋਡ ਕਿਸੇ ਹੋਰੇ ਦੇਸ਼ ਦਾ ਵਜਾਈ ਜਾਂਦੇ, ਐਂ ਕਿਵੇਂ ਮਿਲਜੂ? ਇਹਦਾ ਸਹੀ ਤਰੀਕੇ ਨਾਲ ਸਹੀ ਬਾਤ ਜਦ ਕੀਤੀ ਜਾਂਦੀ ਆ ਉਸ ਵੇਲੇ ਕੋਈ ਰਿਜ਼ਲਟ ਹੱਥ 'ਚ ਆਇਆ ਕਰਦਾ, ਉਹੀ ਨਹੀਂ ਆਇਆ ਕਰਦਾ। ਸੋ ਮਹਾਰਾਜ ਕਹਿੰਦੇ ਕਿ ਪਿਆਰਿਆ ਤੂੰ ਸੋਚ ਕੇ ਚੱਲ, ਪਹਿਲਾਂ ਜਾਣ ਵਾਹਿਗੁਰੂ ਕੀ ਆ ਉਹਦੇ ਬਾਰੇ ਪਛਾਣ ਪੈਦਾ ਕਰ, ਉਹ ਤੇਰੇ ਅੰਦਰ ਰਹਿੰਦਾ ਬਾਹਰ ਨਹੀਂ ਰਹਿੰਦਾ, ਉਹਨੂੰ ਮਨਾ ਲੈ। ਹੁਣ ਉਹਨੂੰ ਮਨਾਉਣ ਦੇ ਵਾਸਤੇ ਮਹਾਰਾਜ ਨੇ ਕੀ ਕਰਿਆ? ਮਹਾਰਾਜ ਨੇ ਨਾਮ ਦੀ ਦਾਤ ਦਿੱਤੀ, ਸ਼ਬਦ ਦਿੱਤਾ। ਨਾਮ ਤਾਂ ਅੰਦਰ ਹੁੰਦਾ, ਇਹਨੂੰ ਅਸੀਂ ਨਾਮ ਕਹਿ ਦਿੰਦੇ ਹਾਂ, ਵੈਸੇ ਵੀ ਫਲਾਣੇ ਸੰਤਾਂ ਤੋਂ ਨਾਮ ਲਿਆ, ਉਹ ਨਾਮ ਨਹੀਂ ਉਹ ਸ਼ਬਦ ਲਿਆ ਹੁੰਦਾ, ਮੰਤਰ ਲਿਆ ਹੁੰਦਾ, ਵਾਹਿਗੁਰੂ ਗੁਰਮੰਤਰ ਹੈ ਜਾਂ ਪਹੁੰਮੈ ਕੋਈ। ਅਤੇ ਇਹੀ ਜਿਹੜਾ ਅੰਮ੍ਰਿਤ ਹੈ ਇਹਨੂੰ ਨਾਮ ਕਹਿੰਦੇ ਨੇ। ਇਹ ਕੰਮ ਕੀ ਕਰਦਾ ਹੈ? ਜਿਹੜੀ ਜਨਮਾਂ ਜਨਮਾਂਤਰਾਂ ਦੀ ਹਉਮੈ ਮੈਲ ਲੱਗ ਗਈ, ਜਿਹਦੇ ਕਰਕੇ ਅਸੀਂ ਕਹਿੰਦੇ ਹਾਂ ਨਾ ਮੈਂ ਆਹ ਗੱਲ ਨਹੀਂ ਦੂਰ ਹੁੰਦੀ, ਜ਼ੋਰ ਲਾ ਲਓ ਜਿਹਦਾ ਲੱਗਦਾ, ਚਾਹੇ ਗਿਆਨੀ ਬਣ ਜਾਵੇ, ਅਰਥ ਕਰਨ ਲੱਗ ਜਾਵੇ, ਓਨੀ ਹੋਰ ਲੱਗ ਜੂ, ਪੜ੍ਹ ਲਵੇ ਓਨੀ ਹੋਰ ਲੱਗ ਜੂ। ਬੜਾ ਭਾਰਾ ਸੰਕਟ ਹੈ ਸਾਡੇ ਸਾਹਮਣੇ ਵੀ ਹਉਮੈ ਮੈਲ ਉਤਰਦੀ ਨਹੀਂ ਹੈ, ਦਰਸ਼ਨ ਕਿਵੇਂ ਹੋਣ? ਬੈਡ ਕੰਡਕਟਰ ਵਿਚਾਲੇ ਪਾਇਆ ਹੋਇਆ, ਪਤਲਾ ਜਿਹਾ ਕਾਗਜ਼ ਪਾਇਆ ਹੋਵੇ ਡਿਸਟ੍ਰੀਬਿਊਟਰ, ਜ਼ੋਰ ਲਾ ਲਓ ਜੇ ਕਰੰਟ ਗਾਹਾਂ ਇੰਜਣ ਚਾਵੇ ਜਾਂਦੀਆਂ ਨਹੀਂ। ਇਸੇ ਤਰ੍ਹਾਂ ਦੇ ਨਾਲ ਹਉਮੈ ਦਾ ਜਿਹੜਾ ਜਜ਼ਬਾ ਹੈ ਉਹ ਹੈ ਮੈਂ ਹਾਂ, ਮੈਂ ਕਹਾਂ ਮੈਂ ਬਰਿਆਮ ਸਿੰਘ ਕਹਿੰਦੇ ਹੀ ਹਾਂ ਅਸੀਂ, ਜੇ ਕਹਿੰਦੇ ਹਾਂ ਤਾਂ ਮਹਾਰਾਜ ਕਹਿੰਦੇ ਤੁਸੀਂ ਹਉਮੈ ਦੇ ਅੰਦਰ। ਫਿਰ ਮਹਾਰਾਜ ਕਹੀਏ ਕੀ ਕਹਿੰਦੇ ਤੁਸੀਂ ਹੈ ਹੀ ਨਹੀਂ, ਕਿਉਂ ਬਣਦੇ ਹੋ ਮੈਂ? ਜਦ ਤੁਸੀਂ ਹੈ ਹੀ ਨਹੀਂ, ਇੱਥੇ ਇੱਕੋ ਵਾਹਿਗੁਰੂ ਆਪਣੇ ਰੰਗ 'ਚ ਖੇਲ ਰਿਹਾ, ਇੱਥੇ ਦੂਜਾ ਤਾਂ ਹੈ ਹੀ ਨਹੀਂ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰੱਖੇ ਤੈਸਾ ਤਿਰਨਾ, ਆਪੇ ਕਰਨ ਕਰਾਵਨ ਜੋਗ ਪ੍ਰਭ ਆਵੈ ਸੋਈ ਫਨੋਗ, ਪਥਰੇ ਉਹ ਆਪ ਹੋਏ ਅਨਕ ਥਰੰਗ। ਆ ਬੋੜ ਦਾ ਬੀਜ ਆਪੇ ਹੀ ਪਥਰ ਗਿਆ, ਪੱਤੇ ਬਣ ਗਿਆ, ਟਾਹਣੇ ਬਣ ਗਿਆ, ਜੜ੍ਹਾਂ ਬਣ ਗਈਆਂ, ਫੁੱਲ ਬਣ ਗਿਆ, ਗੋਲ ਬਣ ਗਈ। ਬੀਜ ਦੇਖਿਓ ਬਹੁਤ ਪ੍ਰਕਾਰ ਆ, ਫਲ ਪਾਕੇ ਤਾਂ ਇੱਕ ਪ੍ਰਕਾਰ ਆ। ਇਹ ਵਾਹਿਗੁਰੂ ਆਪਣੇ ਆਪ ਆਪੇ ਹੀ ਪਥਰਿਆ, ਸ਼ਬਦ ਨੇ ਆਪਣਾ ਪਸਾਰਾ ਕਰਕੇ ਆਪ ਇਹ ਸ਼ਕਲਾਂ ਧਾਰ ਲਈ। ਹੁਣ ਜਿਹਦੇ ਮਨ 'ਚ ਤਾਂ ਆ ਗਿਆ ਨਿਸ਼ਚਾ ਵੀ ਇੱਥੇ ਤਾਂ ਇੱਕੋ ਸ਼ਬਦ ਵਰਤਦਾ, ਉਹ ਤਾਂ ਜੰਮਣ ਮਰਨ ਤੋਂ ਖਿਹੜਾ ਉਹਦਾ ਛੁੱਟ ਗਿਆ, ਉਹ ਨਾਮ ਦੇ ਮੰਡਲ 'ਚ ਲੈ ਗਿਆ। ਜਿਹੜੀ ਇਹ ਸੋਝੀ ਲਗਾਤਾਰ ਰਹਿਣੀ ਹੈ ਨਾ, ਇਹਨੂੰ ਨਾਮ ਦੀ ਪ੍ਰਾਪਤੀ ਕਹਿੰਦੇ ਹੁੰਦੇ ਨੇ। ਨਾਮ ਵਸ ਗਿਆ ਹੁਣ ਇਹਦੇ ਪ੍ਰਾਣਾਂ 'ਚ, ਹੁਣ ਨਾਮ ਦੇ ਵਿੱਚ ਪਹੁੰਚ ਗਿਆ, ਨਾਮ ਦੇ ਵਿੱਚ ਨਿਵਾਸ ਕਰ ਲਿਆ। ਜਿਹੜਾ ਹੈਗਾ ਗੱਲੀ ਬਾਤੀ, ਉਹ ਅਜੇ ਗੱਲਾਂ ਬਾਤਾਂ 'ਚ ਤੁਰਿਆ ਫਿਰਦਾ, ਪਤਾ ਨਹੀਂ ਕਿੰਨੇ ਕੁ ਜਨਮੇ ਨੇ ਅਜੇ ਹੋਰ ਲੈਣੇ। ਰੱਬ ਨੇੜੇ ਤੋਂ ਨੇੜੇ ਹੈ, ਦੂਰ ਤੋਂ ਦੂਰ ਹੈ। ਨਿਸ਼ਚਾ ਹੋ ਗਿਆ, ਕਹਿੰਦਾ ਬੁੱਲਾ ਅਨਾਥ ਸ਼ਾਹ ਹੋ ਗਿਆ, ਕਹਿੰਦਾ ਕਿਵੇਂ ਆਇਆ ਭਾਈ ਗੁਰਮੁਖਾ? ਕਹਿੰਦਾ ਰੱਬ ਨੂੰ ਮਿਲਣਾ ਹੈ। ਕਹਿੰਦਾ ਵੀ ਕੋਈ ਮਸਲਾ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਸੰਸਾਰ ਦੇ ਵਿੱਚੋਂ ਮਨ ਖਿੱਚ ਕੇ ਸਾਰੇ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਜਾਣਨਾ, ਕਹਿੰਦੇ ਰੱਬ ਮਿਲ ਜਾਂਦਾ, ਕੋਈ ਔਖੀ ਬਾਤ ਨਹੀਂ ਹੈ। ਸੋ ਮਹਾਰਾਜ ਕਹਿੰਦੇ ਹਉਮੈ ਦਾ ਇਲਾਜ ਜੇ ਕੋਈ ਹੈ ਤਾਂ ਅੰਮ੍ਰਿਤ ਹੈ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜ਼ਿੰਦੜੀ ਏ, ਹਰ ਅੰਮ੍ਰਿਤ ਗੁਰਮਤਿ ਪਾਏ ਰਾਮ। ਹਉਮੈ ਮਾਇਆ ਵੇਖਾ ਹੈ ਮੇਰੀ ਜ਼ਿੰਦੜੀ ਏ, ਹਰ ਅੰਮ੍ਰਿਤ ਵੇਖ ਲੈ ਜਾਏ ਰਾਮ। ਜੇ ਅੰਮ੍ਰਿਤ ਮਿਲ ਜਾਵੇ ਤਾਂ ਇਹ ਵਿਆਹ ਲੈ ਜਾਂਦੀ ਹੈ। ਸੋ ਗੁਰੂ ਮਹਾਰਾਜ ਨੇ
ਬਾਹਰੋਂ ਅੰਮ੍ਰਿਤ ਛਕਾ ਕੇ ਅੰਦਰੋਂ ਅੰਮ੍ਰਿਤ ਦੇ ਨਾਲ ਜੋੜ ਦਿੱਤਾ। ਅਤੇ ਫਿਰ ਕਿਹਾ ਕਿ ਕਹਿੰਦੇ ਵੀ ਇਹ ਹੁਣ ਮੇਰਾ ਰੂਪ ਬਣ ਗਏ, ਮੈਂ ਤਾਂ ਦੋ ਨਹੀਂ ਹੈਗੇ। ਇਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ, ਇਹਨਾਂ ਨੇ ਹੰਗਤਾ ਛੱਡ ਕੇ ਸੀਸ ਅਰਪਣ ਕਰ ਦਿੱਤਾ। ਮੈਂ ਤਾਂ ਖਤਮ ਹੋ ਗਈ ਇਹਨਾਂ ਦੀ, ਹੁਣ ਇਹਨਾਂ 'ਚ ਰਹਿ ਕੀ ਗਿਆ? ਦੁਬਾਰਾ ਕਹਿੰਦੇ ਰਹਿ ਗਿਆ ਵਾਹਿਗੁਰੂ, ਹੋਰ ਕੋਈ ਹੈ ਹੀ ਨਹੀਂ ਇੱਥੇ। ਇਸ ਕਰਕੇ ਜਿਹੜਾ ਖਾਲਸਾ ਹੈ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਮੇਰਾ ਰੂਪ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ। ਮੇਰਾ ਰੂਪ ਖਾਲਸੇ ਨੂੰ ਜਾਣਿਓ, ਭੁੱਲ ਕੇ ਨਾ ਭੇਦ ਮਨ
ਕਿੱਡੀ ਬੜਾ ਆਦਰਸ਼ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਜਿਸ ਨੇ ਆਤਮਾ ਦੇ ਰਸ ਨੂੰ ਜਾਣ ਲਿਆ, ਆਤਮਾ ਨੂੰ ਪਛਾਣ ਲਿਆ, ਉਹ ਖਾਲਸਾ ਹੈ। ਜੇ ਮਗਰ ਲਿਖ ਲਿਆ ਵੀ ਫਲਾਣਾ ਸਿੰਘ ਖਾਲਸਾ, ਫਲਾਣਾ ਸਿੰਘ ਐਂ ਨਹੀਂ ਹੁੰਦਾ ਹੁੰਦਾ। ਜਿਹਦਾ ਸੱਚਮੁੱਚ ਖਾਲਸਾ ਉਹਨੇ ਪ੍ਰਗਟ ਕਰ ਦਿੱਤਾ, ਫਿਰ ਤਾਂ ਸਾਧ ਸੰਗਤ ਜੀ ਉਹਦੇ ਚਰਨਾਂ 'ਤੇ ਨਮਸਕਾਰਾਂ ਕਰ ਦੇਗਾ। ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਨੂੰ ਅਸੀਂ ਇਹ ਨਹੀਂ ਲੋਚਦੇ, ਇਸ ਖਾਲਸਾ ਪਦ ਨੂੰ ਸੰਸਾਰ ਦੇ ਜਿੰਨੇ ਦੇਵਤੇ ਨੇ, ਜੇ ਮੈਂ ਦੇਵਤਿਆਂ ਦੀ ਗੱਲ ਕਰਾਂ, ਕਿੰਨੇ ਲੋਕ ਨੇ, ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਦੇ ਦੇਵਤੇ ਨੇ, ਪਿੱਤਰ ਲੋਕ ਦੇ ਵੀ ਦੇਵਤੇ ਨੇ, ਫਿਰ ਸਵਰਗ ਲੋਕ ਦੇ ਦੇਵਤੇ ਨੇ, ਇੰਦਰ ਲੋਕ ਦੇ ਦੇਵਤੇ ਨੇ, ਕਰਮਦੇਵ ਲੋਕ ਦੇ ਦੇਵਤੇ ਨੇ, ਅਜਾਨਦੇਵ ਲੋਕ ਦੇ ਦੇਵਤੇ ਨੇ, ਪ੍ਰਜਾਪਤੀ ਲੋਕ ਦੇ ਦੇਵਤੇ ਨੇ, ਬ੍ਰਹਮ ਲੋਕ ਦੇ ਦੇਵਤੇ ਨੇ, ਸ਼ਿਵਲੋਕ ਦੇ ਦੇਵਤੇ ਹੈ, ਵੈਕੁੰਠ ਧਾਮ ਦੇ ਦੇਵਤੇ ਨੇ। ਇਹ ਜਿਹੜੇ ਸਾਰੇ ਦੇਵਤੇ ਨੇ, ਇਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਨਹੀਂ ਹੁੰਦਾ। ਇਹਦਾ ਤੁਹਾਡੇ ਉੱਤੇ ਵਾਹਿਗੁਰੂ ਦੀ ਐਸੀ ਕਿਰਪਾ ਹੈ ਕਿ ਸਿਰਫ ਮਨੁੱਖ ਨੂੰ ਦਰਸ਼ਨ ਹੁੰਦਾ, ਵਾਹਿਗੁਰੂ ਦਾ ਹੋਰ ਕਿਸੇ ਨੂੰ ਲਿਖਿਆ ਹੀ ਨਾ, ਵਾਹਿਗੁਰੂ ਨੇ ਆਪਣਾ ਥਾਂ ਕਿਸੇ ਨੂੰ ਦੱਸਿਆ। ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਬਰਮਾ ਵਿਸ਼ਨੂੰ ਮਹੇਸ਼ ਤਿੰਨਾਂ ਦਾ ਨਾਮ ਲਾਇਤਾ। ਜਿਵ ਤੇ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵੱਡਾ ਵਾਹਿਗੁਰੂ ਤਾਂ ਇਹਨਾਂ ਨੂੰ ਦੇਖਦਾ। ਉਹ ਸਪਰੇਅ ਨਾ ਇੱਥੇ ਕਰਿਆ ਕਰੋ, ਕੋਈ ਬੰਦਾ ਮੇਰਾ ਗੱਲ ਪੈ ਜਾਂਦਾ ਕਦੇ, ਐਸੀ ਬਾਤ ਨਾ ਕਰਿਆ ਕਰੋ ਕਦੇ। ਸੋ ਉਹਦੇ ਨਾਲ ਵਾਹਿਗੁਰੂ ਤਾਂ ਸਾਰਿਆਂ ਨੂੰ ਦੇਖਦਾ, ਤੁਹਾਨੂੰ ਵੀ ਦੇਖਦਾ, ਤੁਹਾਡੇ ਤਾਂ ਅੰਦਰ ਬੈਠਾ, ਬਾਕੀਆਂ ਦੇ ਵੀ ਅੰਦਰ ਬੈਠਾ, ਬਾਕੀਆਂ ਵਾਸਤੇ ਰਾਹ ਬੰਦ ਹੈ। ਸਿਰਫ ਜੇ ਰਸਤਾ ਖੁੱਲ੍ਹਾ ਤਾਂ ਤੁਹਾਡੇ ਵਾਸਤੇ ਖੁੱਲ੍ਹਾ, ਮਨੁੱਖ ਵਾਸਤੇ। ਇਹਦੇ ਜਨਮ ਲੰਘ ਜਾਵੇ, ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਫੇਰ ਘੁੰਮਣਾ ਪੈਂਦਾ। ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ। ਸੋ ਉਹ ਦੇਵਤਾ ਲੋਕ ਕੀ ਕਰਦੇ ਨੇ, ਪਰਮੇਸ਼ੁਰ ਦਾ ਦਰਸ਼ਨ ਕਰਨਾ ਹੁੰਦਾ ਹੈ, ਉਹ ਫਿਰ ਮਨੁੱਖ ਲੋਕ ਜਾਂਦੇ ਆ ਤੁਹਾਡੇ ਕੋਲ। ਇੱਥੇ ਜਿਹਦੇ ਅੰਦਰ ਆਤਮਾ ਸਾਕਸ਼ਾਤਕਾਰ ਹੋ ਗਿਆ ਹੁੰਦਾ, ਜਿਹਨੇ ਆਪਣੇ ਆਪ ਨੂੰ ਪਛਾਣ ਲਿਆ ਹੁੰਦਾ, ਉਹਦੀ ਦ੍ਰਿਸ਼ਟੀ ਬਦਲ ਜਾਂਦੀ, ਉਹਦੇ 'ਚ ਫਰਕ ਹੋਇਆ ਕਰਦਾ, ਉਹਨੂੰ ਹਰ ਥਾਂ ਦੇ ਉੱਤੇ ਇੱਕੋ ਹੀ ਨਜ਼ਰ ਆਉਂਦਾ ਹੈ। ਐਂ ਵੜ ਲਓ ਪਿਆਰ ਨਾਲ, ਤੂੰ ਹੀ ਮੋਇਨਾ, ਤੂੰ ਹੀ ਮੋਇਨਾ, ਤੂੰ ਹੀ ਤੁਹੀ ਮੋਹਨਾ, ਤੁਹੀ ਮੋਹਨਾ, ਤੁਹੀ ਮੋਹਨਾ, ਤੁਹੀ ਮੋਹਨਾ।
ਵਾਹਿਗੁਰੂ ਨੇ ਉਹ ਅੱਖ ਖੋਲਤੀ, ਉਹ ਸਾਰਿਆਂ ਨੂੰ ਪ੍ਰਾਪਤ ਹੈ, ਤੁਹਾਡੇ ਤੁਹਾਨੂੰ ਵੀ ਮਿਲੀ ਹੋਈ ਹੈ। ਪਰ ਹੋਇਆ ਕੀ ਹੈ, ਉਹਦੇ ਉੱਤੇ ਮੋਤੀਆ ਚੜ ਗਿਆ, ਪਰਦਾ ਚੜ ਗਿਆ। ਹੁਣ ਡਾਕਟਰ ਜਿਹੜਾ ਕਾਬਲ ਹੈ ਉਹ ਆਪਰੇਸ਼ਨ ਕਰਕੇ ਅੱਖ ਖੋਲ ਦਿੰਦਾ, ਦਿਸਣ ਲੱਗ ਜਾਂਦਾ ਅੱਖ ਦੇ ਵਿੱਚ। ਉਹ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਸੁਰਮਾ ਹੈ ਇੱਕ ਗੁਰੂ ਦੇ ਕੋਲ, ਪ੍ਰਤੀਕ ਹੁੰਦੀਆਂ ਇਹ ਗੱਲਾਂ, ਕਿਤੇ ਇੰਨਾ ਸਮਝੋ ਵੀ ਸੁਰਮਾ ਹੀ ਆ, ਉਹ ਪ੍ਰਤੀਕ ਬਣਾ ਕੇ ਗੱਲ ਸਮਝਾਉਂਦੇ। ਕਹਿੰਦੇ ਗਿਆਨ ਅਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼। ਉਹ ਹੈ ਕਿਹਦੇ ਕੋਲ, ਗੁਰੂ ਕੋਲ ਹੈ। ਗੁਰੂ ਨੇ ਆਪਰੇਸ਼ਨ ਕਰਨਾ ਹੈ ਅੱਖ ਦਾ, ਆਪਰੇਸ਼ਨ ਕਰਨਾ ਹੈ ਸ਼ਬਦ ਨਾਲ। ਸ਼ਬਦ ਨਾਲ ਜਦ ਅੱਖ ਦਾ ਮੋਤੀਆ ਬਿੰਦ ਦੂਰ ਹੋਣਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸਲਾਵੇ। ਉਹ ਉਪਦੇਸ਼ ਸੁਣ ਕੇ ਦੁਆਇਤ ਖਤਮ ਹੋ ਜਾਣੀ, ਦੁਆਇਤ ਖਤਮ ਹੋ ਕੇ ਫਿਰ ਨਜ਼ਰ ਕੀ ਆਊਗਾ, ਗੁਰੇ ਦਿਖਾਇਓ ਲੋਇਨਾ, ਈਤਾ ਹੈ ਉਤਾ ਹੈ, ਘੱਟ 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 ਘੱਟ, ਤੂੰ ਹੀ ਮੋਹ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਸੱਚਾਈਆਂ ਨੇ। ਜੇ ਤਾਂ ਇਹ ਸਮਝ 'ਚ ਆ ਜਾਣ ਸਾਡੇ, ਤਾਂ ਸਾਡਾ ਸਿੱਖ ਬਣਨਾ ਸਫਲ। ਬੰਦੇ ਸੇ ਜੇ ਭਵੇ ਵਿੱਚ ਬੰਦੀ, ਦੇਖਣ ਕੋ ਦੀਦਾਰ। ਜਿਹੜੇ ਆਪਣੇ ਆਪ ਨੂੰ ਕਿਸੇ ਡਿਸਿਪਲਿਨ 'ਚ ਲਿਆਉਂਦੇ ਨੇ ਇਸ ਆਸ਼ੇ ਨਾਲ ਕਿ ਅਸੀਂ ਵਾਹਿਗੁਰੂ ਨੂੰ ਮਿਲਣਾ, ਮਹਾਰਾਜ ਕਹਿੰਦੇ ਉਹ ਬੰਦੇ ਧੰਨ ਨੇ ਪਿਆਰੇ, ਉਹਨਾਂ ਦਾ ਇੱਥੇ ਆਉਣਾ ਸਫਲ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਸੇ ਡਿਸਿਪਲਿਨ 'ਚ ਪਾ ਲਿਆ। ਉਸ ਦੇ ਮੁਤਾਬਕ ਜਦ ਅਸੀਂ ਨਾਮ ਜਪਦੇ ਹਾਂ, ਜਪਦੇ ਜਪਦੇ ਜਦੋਂ ਇਸ ਗੱਲ ਵਾਸਤੇ ਤਿਆਰ ਹੋ ਜਾਂਦਾ ਹੈ, ਪਹਿਲਾਂ ਡਾਕਟਰ ਮੋਤੀਏ ਦਾ ਕਿਤੇ ਕਹਿੰਦਾ, ਕਹਿੰਦਾ ਜੇ ਅੱਖ ਬੰਦ ਹੋਊਗੀ ਤਾਂ ਕਰ। ਇਵੇਂ ਜਿਵੇਂ ਮਹਾਤਮਾ ਨੂੰ ਪਤਾ ਹੁੰਦਾ ਵੀ ਇਹਨੂੰ ਹੁਣ ਗੱਲ ਦੱਸਣੀ ਹੈ, ਹੁਣ ਇਹਦੀ ਸਮਝ 'ਚ ਆਜੂ, ਨਹੀਂ ਆਉਂਦੀ ਮੈਂ ਗੱਲਾਂ ਤਾਂ ਕਰੀ ਜਾਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਧਾਂਤ ਹੈ। ਕੋਈ ਪੁੱਛੇ ਵੀ ਤੁਸੀਂ ਸਿੱਖ ਬਣੇ ਹੋ, ਤੁਹਾਡਾ ਲਕਸ਼ ਕੀ ਹੈ, ਬਥੇਰੇ ਸਵਾਲ ਤੁਹਾਡੇ ਤੁਹਾਨੂੰ ਕਰਦੇ ਨੇ, ਤੁਹਾਡਾ ਕਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਸਾਨੂੰ ਪਤਾ ਹੀ ਨਹੀਂ। ਅਸੀਂ ਕਹਾਂਗੇ ਗੁਰਮੁਖ ਨਾਮ ਦਾਨ ਇਸ਼ਨਾਨ, ਬਈ ਸਾਡਾ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ। ਕਹਿੰਦੇ ਇਹ ਵੀ ਕੋਈ ਗੱਲ ਹੈ, ਇਹ ਤੁਹਾਡਾ ਸਿਧਾਂਤ ਕੀ ਹੋਇਆ, ਤੁਹਾਡਾ ਲਕਸ਼ ਕੀ ਹੋਇਆ? ਦੁਨੀਆ ਹੀ ਇਸ਼ਨਾਨ ਕਰਦੀ ਆ, ਨਾਮ ਜਪਦੀ ਆ, ਦਾਨ ਕਰਦੀ। ਫਿਰ ਅਸੀਂ ਹੋਰ ਕਹਿ ਦਾਂਗੇ ਜੀ, ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਇਹ ਵੀ ਸਾਰੀ ਦੁਨੀਆ ਕਰਦੀ ਹੈ। ਤੁਹਾਡਾ ਲਕਸ਼ ਕੀ ਹੈ, ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ? ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰਦੇ ਹੋ, ਕਿਤੇ ਪਹੁੰਚਣਾ ਵੀ ਹੈ, ਕੋਈ ਹੈ ਥਾਂ? ਮਹਾਰਾਜ ਕਹਿੰਦੇ ਦੇਖੋ, ਅਸੀਂ ਕੁਛ ਥੋਤੇ ਛਪਾ ਕੇ ਨਹੀਂ ਰੱਖਿਆ, ਇੱਥੇ ਕੇਵਲ ਵਾਹਿਗੁਰੂ ਜੀ ਸੀ, ਹੋਰ ਕੋਈ ਹੈ ਹੀ ਨਹੀਂ ਸੀ ਇੱਥੇ। ਆਹ ਦੁਨੀਆ ਤੁਹਾਨੂੰ ਜਿਹੜੀ ਨਜ਼ਰ ਆਉਂਦੀ ਹੈ ਨਾ, ਇਹ ਨਹੀਂ ਸੀਗੀ, ਕੇਵਲ ਨਿਰੰਕਾਰ ਸੀ। ਨਿਰੰਕਾਰ ਆਕਾਰ ਹੋਏ, ਜਦੋਂ ਆਕਾਰ ਧਾਰਨ ਕਰਿਆ ਵਾਹਿਗੁਰੂ ਨੇ, ਉਹਦਾ ਨਾਂ ਪਿਆ ਏਕੰਕਾਰ। ਏਕੰਕਾਰ ਉਪਾਰ ਸਦਾਇਆ, ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਏਕੰਕਾਰ ਲਿਖਿਆ, ਏਕਾ ਲਿਖਿਆ। ਹੁਣ ਏਕੰਕਾਰ ਨੇ ਜਦ ਸੰਸਾਰ ਰਚਿਆ, ਇੱਥੇ ਮਾਇਆ ਮੁਇਆ ਤਾਂ ਹੈ ਹੀ ਨਹੀਂ, ਉਹ ਪ੍ਰਕਿਰਤੀ ਉਹਦੇ ਉਹਨੇ ਆਪ ਰਚੀ ਆ ਸ਼ਬਦ ਦੇ ਨਾਲ। ਏਕੰਕਾਰੋਂ ਸ਼ਬਦ ਧੁਨ, ਧੁਨ ਹੋਈ ਇੱਕ ਜ਼ਬਰਦਸਤ, ਉਹ ਦੇਵ ਧੁਨ ਹੈ, ਪ੍ਰਕਿਰਤਕ ਧੁਨ ਨਹੀਂ ਹੈ। ਜੇ ਕੋਈ ਗਲਤੀ ਨਾਲ ਇਹ ਕਹੇ ਵੀ ਇਹੋ ਜਿਹੀ ਧੁਨ ਹੈ, ਇਹੋ ਜਿਹੀ ਧੁਨ ਹੈ, ਨਹੀਂ, ਉਹਦਾ ਨਾਂ ਅਸੀਂ ਰੱਖ ਲਿਆ ਓਂਕਾਰ।
ਏਕੰਕਾਰੋਂ ਸ਼ਬਦ ਓਂਕਾਰ ਆਕਾਰ ਬਣਾਏ। ਮਹਾਰਾਜ ਕਹਿੰਦੇ ਓਂਕਾਰ ਬਰਮਾ ਉਤਪਤ, ਓਂਕਾਰ ਕੀ ਆ ਜਿਹਨ ਚਿੱਤ, ਜਿਹੜਾ ਸਾਡੇ ਅੰਦਰ ਹੋਸ਼ ਪੈਦਾ ਹੋਈ ਨਾ, ਇਹ ਉਸੇ ਓਂਕਾਰ ਸ਼ਬਦ ਨਾਲ ਹੋਈ। ਬਰਮਾ ਵਿਸ਼ਨੂੰ ਮਹੇਸ਼ ਦੇਵਤੇ ਹੋਏ ਉਸੇ ਓਂਕਾਰ ਨਾਲ, ਓਂਕਾਰ ਵੇਦ ਨਾਲ, ਓਂਕਾਰ ਸੈਲ ਯੁਗ ਟਾਈਮ ਐਂਡ ਸਪੇਸ ਗਿਆਨ ਸਾਰਾ ਉਸ ਸ਼ਬਦ ਦੇ ਵਿੱਚੋਂ ਪੈਦਾ ਹੋਇਆ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਆ ਪ੍ਰਥਮ ਓਂਕਾਰ ਤਿੰਨ ਕਹਾ ਸੋ ਤੁਨ ਪੂਰ ਜਗਤ। ਹੁਣ ਇਸ ਸ਼ਬਦ ਨੇ ਸਾਡੇ ਅੰਦਰ ਆਹ ਜਿਹੜੇ ਵਜੂਦ ਬਣਾਤੇ ਨਾ, ਸਾਰੇ ਸ਼ਬਦ ਦੇ ਵਜੂਦ ਨੇ। ਇਹ ਜਦ ਗੱਲ ਗੁਰੂ ਮਹਾਰਾਜ ਨੇ ਗੋਰਖਨਾਥ ਨਾਲ ਕਰੀ ਸਮਝਾਈ ਉਹਨਾਂ ਨੂੰ ਵੀ ਤੁਸੀਂ ਪ੍ਰਕਿਰਤੀ ਕਿਉਂ ਮੰਨਦੇ ਹੋ, ਇੱਕ ਜੀਵ ਮੰਨਦੇ ਹੋ, ਇੱਕ ਰੱਬ ਮੰਨਦੇ ਹੋ, ਤਿੰਨ ਤਾਂ ਹੈ ਨਹੀਂ, ਇੱਥੇ ਤਾਂ ਇੱਕੋ ਹੀ ਹੈ, ਇੱਥੇ ਬਹੁਤੇ ਨਹੀਂ ਹੈਗੇ। ਪੜ੍ਹੋ ਪਿਆਰ ਨਾਲ, ਇੱਕੋ ਕਹੀਆ ਨਾਨਕਾ, ਇੱਕੋ ਕਹੀਆ ਨਾਨਕਾ, ਕਹੀਆ ਨਾਨਕਾ, ਇੱਕੋ ਕਹੀਆ ਨਾਨਕਾ, ਆਪੇ ਹੀ ਪਸਾਰਾ ਵਾਹਿਗੁਰੂ ਨੇ ਕਰਿਆ। ਪਾਰ ਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਕਰ ਰੱਖੇ ਤੈਸਾ ਤਿੰਨਾ, ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋ, ਪਸਰਿਓ ਆਪ ਹੋਏ ਅਨਕ ਤਰੰਗ ਲਿਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਆਪਣਾ। ਸੋ ਵਾਹਿਗੁਰੂ ਜੀ ਨੇ ਆਪਣਾ ਆਪ ਪਸਾਰਾ ਆਪੇ ਹੀ ਕੀਤਾ। ਏਕੰਕਾਰੋਂ ਸ਼ਬਦ ਹੁਣ ਓਂਕਾਰ ਜਗਤ ਪਾਇਆ ਬਣਾਇਆ, ਅੱਜ ਓਂਕਾਰ ਨੇ ਜਗਤ ਨੂੰ ਬਣਾਇਆ, ਕੋਈ ਚੀਜ਼ ਨਹੀਂ ਲਈ, ਸ਼ਬਦ ਦੇ ਬਲ ਨਾਲ ਸਭ ਚੀਜ਼ਾਂ ਬਣ ਗਈਆਂ। ਕੀਤਾ ਵਸਾਓ ਏਕੋ ਕਵਾਓ, ਤਿਸਦੇ ਹੋਏ ਲੱਖ ਦਰਿਆ। ਹੁਣ ਇਹ ਜਿਹੜਾ ਸਾਡਾ ਬਣ ਗਿਆ, ਸਾਨੂੰ ਗੋਰਖਨਾਥ ਨੇ ਕਿਹਾ ਹੇ ਨਾਨਕ, ਇਹ ਗੱਲ ਅਸੀਂ ਕਿਵੇਂ ਸਮਝ ਲਈਏ?
ਵਾਹਿਗੁਰੂ ਵਿੱਚ ਤਾਂ ਦੁੱਖ ਹੈ ਨਹੀਂ, ਸੰਸਾਰ ਦੁਖੀ ਤੁਰਿਆ ਫਿਰਦਾ, ਅਤੇ ਵਾਹਿਗੁਰੂ ਵਿੱਚ ਕੋਈ ਸੰਸਾਰ ਨਹੀਂ, ਆ ਸੰਸਾਰ ਸਾਨੂੰ ਸਾਹਮਣੇ ਨਜ਼ਰ ਆ ਰਿਹਾ। ਮਹਾਰਾਜ ਕਹਿੰਦੇ ਗੋਰਖਨਾਥ ਇਹ ਦੁੱਖ ਦਾ ਕਾਰਨ ਹੈ ਨਾਮ ਨੂੰ ਭੁੱਲਣਾ, ਅਤੇ ਸੰਸਾਰ ਤਾਂ ਬਣਦਾ ਜੇ ਹਉਮੈ ਆ ਜਾਵੇ। ਕਿਤ ਕਿਤ ਬਿਰਧ ਜਗ ਉਪਜੇ ਪੁਰਖਾ, ਕਿਤ ਕਿਤ ਬਿਰਧ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਉਹ ਦੁਆਇਤ ਆ ਜਾਂਦੀ ਹੈ। ਸਾਡਾ ਸਿਧਾਂਤ ਕੀ ਹੈ, ਜੇ ਯਾਦ ਰੱਖਣਾ ਪੜ੍ਹੋ ਪਿਆਰ ਨਾਲ। ਆਦਿ ਵਾਹੇ ਗੁਰੂ ਜਗਾਦ, ਵਾਹੇ ਗੁਰੂ ਹੈ ਵਾਹੇ ਗੁਰੂ ਮੋਤੀ ਵਾਹੇ ਗੁਰੂ। ਸੱਚ ਹੈ ਵੀ ਸੱਚ, ਨਾਨਕ ਉਸੇ ਵੀ ਸੱਚ। ਸੋ ਜਿਹਨੂੰ ਇਹਦੀ ਗੱਲ ਸਮਝ ਆ ਗਈ ਨਾ, ਜਿਹਦੇ ਹਿਰਦੇ 'ਚ ਪੱਕੀ ਤਰ੍ਹਾਂ ਬੈਠ ਗਿਆ, ਉਹਨੂੰ ਬਰਮ ਗਿਆਨੀ ਕਹਿੰਦੇ ਨੇ। ਉਹਦੇ ਵਾਸਤੇ ਦੂਜਾ ਖਤਮ ਹੋ ਗਿਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ, ਇੱਕ ਮਹਾਨ ਯੁੱਧ ਹੋ ਰਿਹਾ, ਬਹੁਤ ਸਖ਼ਤ ਯੁੱਧ ਹੋਇਆ, ਕਿਉਂਕਿ ਉਸ ਵੇਲੇ ਔਰੰਗਜ਼ੇਬ ਨੇ ਜਦ ਦੇਖਿਆ ਵੀ ਫੌਜ ਜਾਂਦੀ ਹੈ, ਹਾਰ ਜਾਂਦੀ ਹੈ, ਸਾਢੇ 14 ਲੜਾਈਆਂ ਹੋਈਆਂ ਗੁਰੂ ਸਾਹਿਬ ਨਾਲ, ਫੌਜ ਜਾਂਦੀ ਆ, ਹਾਰਿਆ ਹੁੰਦੀ ਆ, ਫੌਜ ਜਾਂਦੀ ਆ। ਉਹ ਐਡਾ ਬੜਾ ਸਮਰਾਟ ਹਿੰਦੁਸਤਾਨ ਦਾ, ਅਤੇ ਗਿਣਤੀ ਉਹਦੀ 30 ਲੱਖ ਦੇ ਕਰੀਬ ਸੀ ਫੌਜ ਦੀ, 20 ਲੱਖ ਤਾਂ ਫੌਜ ਉਹਦੀ ਦੱਖਣ 'ਚ ਫਸੀ ਹੋਈ ਸੀ ਸੇਵਾ ਜੀ ਮਰੱਟੇ ਦੇ ਨਾਲ। ਇੱਥੇ ਪਿਸ਼ਾਵਰ ਤੋਂ ਲੈ ਕੇ ਮੁਲਤਾਨ ਦਾ ਸੂਬਾ, ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ, ਅਤੇ ਇੱਧਰਲੇ ਕਸੂਰ ਦਾ ਸੂਬਾ, ਰਾਜਸਥਾਨ 'ਚ ਪਹਾੜੀ ਸਾ 22 ਧਾਰ ਦੇ ਰਾਜਿਆਂ ਨੂੰ ਸਾਰਿਆਂ ਨੂੰ ਕਹਿਤਾ ਬਈ ਫੌਜਾਂ ਲਾਓ ਗੁਰੂ ਗੋਬਿੰਦ ਸਿੰਘ ਨੂੰ। ਹੁਣ ਫੈਸਲਾ ਕੁੰਨ ਜੰਗ ਕਰਕੇ ਜਾਂ ਗ੍ਰਿਫਤਾਰ ਕਰ ਲੈਣਾ ਜਾਂ ਸ਼ਹੀਦ ਕਰ ਦੇਣਾ। ਬਹੁਤ ਵੱਡਾ ਹੱਲਾ ਕੀਤਾ ਗਿਆ ਅਤੇ ਮਹਾਰਾਜ ਨੇ ਇਹਨਾਂ ਦੀ ਗਿਣਤੀ 10 ਲੱਖ ਲਿਖੀ ਆ ਵੀ 10 ਲੱਖ ਫੌਜ ਸਾਡੇ ਖਿਲਾਫ ਡਿਪਲੋਏ ਕੀਤੀ ਹੋਈ ਸੀ। ਉਹਨੇ ਕਰਿਆ ਕੀ ਸੀ, ਥਾਂ ਥਾਂ 'ਤੇ ਨਾਕੇ ਲਾਏ ਹੋਏ ਸੀ। ਪਿਸ਼ਾਵਰ ਤੋਂ ਹੀ ਸ਼ੁਰੂ ਹੋ ਜਾਂਦਾ ਸੀ, ਸਿੱਖ ਦੀ ਮੂਵਮੈਂਟ ਟੋਟਲੀ ਬੰਦ ਕਰਤੀ ਸੀ, ਸਿੱਖ ਕਿਤੇ ਨਹੀਂ ਸੀ ਹਿੱਲ ਸਕਦਾ। ਉਹ ਜੰਗ ਤੋਂ ਪਹਿਲਾਂ ਗੁਰੂ ਮਹਾਰਾਜ ਕੋਲ ਤਕਰੀਬਨ 5,000 ਤੋਂ ਲੈ ਕੇ 10,000 ਤੱਕ ਸਿੰਘ ਇਕੱਠੇ ਹੋਏ ਸੀ, ਉੱਧਰ 10 ਲੱਖ। ਹੁਣ 10,000 ਦੇ ਅੰਦਾਜ਼ਾ ਲਾ ਲਓ ਵੀ ਕਿੰਨਾ ਕਿੰਨਾ ਹੋ ਗਿਆ। ਇੱਕ ਬੰਦੇ ਨੂੰ 100 ਬੰਦਾ ਆਉਂਦਾ ਸੀ। 6 ਮਹੀਨੇ ਹੋ ਗਏ ਕੋਈ ਫੈਸਲਾ ਨਹੀਂ ਹੋਣ ਚਾਹੁੰਦਾ, ਐਡਾ ਭਾਰਾ ਜੁੱਧ। ਅੱਜ ਬਹੁਤ ਵੱਡਾ ਹੱਲਾ ਹੋਇਆ, ਪਹਿਲਾਂ ਉਹ ਵਧਿਆ ਆਏ, ਉਹਦੇ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਨਾਲ ਲੈ ਕੇ ਅਜਿਹਾ ਹੱਲਾ ਕੀਤਾ ਕਿ ਪਿੱਛੇ ਹਟਾ ਦਿੱਤੇ। ਉਹਨਾਂ ਨੇ ਇੱਕ ਗੱਲ ਨੋਟ ਕਰੀ ਵੀ ਇੱਕ ਗੁਰੂ ਦਾ ਸਿੱਖ ਮਾਸੇ ਚੱਕੀ ਫਿਰਦਾ, ਉਹ ਜਦ ਫੌਜਾਂ ਹਟ ਰਹੀਆਂ ਸੀ ਜਦ ਨਹੀਂ ਹਟਿਆ, ਜਦ ਅਸੀਂ ਉੱਧਰ ਨੂੰ ਵੱਧ ਕੇ ਜਦ ਨਹੀਂ ਹਟਿਆ, ਉੱਥੇ ਹੀ ਉਸੇ ਖੂਹ ਤੋਂ ਪਾਣੀ ਲਿਆਉਂਦਾ ਪਲਾਈ ਜਾਂਦਾ ਜਿਹੜਾ ਪੂਰੇ ਆ ਜਾਂਦਾ। ਸ਼ਾਮ ਨੂੰ ਜਦ ਗੁਰੂ ਮਹਾਰਾਜ ਨੇ ਯੁੱਧ ਦਾ ਹਾਲ ਪੁੱਛਿਆ, ਉਸ ਵੇਲੇ ਕਹਿਣ ਲੱਗੇ ਮਹਾਰਾਜ ਯੁੱਧ ਤਾਂ ਤੇਰੇ ਖਾਲਸੇ ਨੇ ਬਹੁਤ
ਜਾਨਾ ਹੋਰ ਹੋਲ ਕੇ ਕੀਤਾ। ਪਰ ਇੱਕ ਆਪਣੀ ਫੌਜ ਦੇ ਵਿੱਚ ਸਾਧ ਹੈ ਘਨੱਈਏ ਨਾਮ ਦਾ, ਆਪਨੇ ਇੱਕ ਵਾਰੀ ਉਹਨੂੰ ਕਿਹਾ ਸੀ ਵੀ ਸ਼ਸਤਰ ਪਹਿਨ, ਉਹਨੇ ਕਿਰਪਾਨ ਦਾ ਮੁੱਠਾ ਪਿਛਲੇ ਪਾਸੇ ਕਰ ਲਿਆ ਸੀ। ਜਦ ਆਪਨੇ ਬੁਲਾ ਕੇ ਪੁੱਛਿਆ, ਉਹਨੇ ਕਿਹਾ ਵੀ ਸੱਚੇ ਪਾਤਸ਼ਾਹ ਮੈਂ, ਮੇਰੇ ਕੋਲ ਜਲ ਪਿਲਾਉਣ ਦੀ ਸੇਵਾ ਹੈ ਅਤੇ ਕਿਰਪਾਨ ਦਾ ਮੁੱਠਾ ਮੈਂ ਤਾਂ ਪਿੱਛੇ ਨੂੰ ਕਰਿਆ ਵੀ ਜੇ ਕਿਸੇ ਨੇ ਮੈਨੂੰ ਮਾਰਨਾ ਹੋਇਆ ਉਹ ਆਪਣੀ ਨਾ ਕੱਢੇ, ਮੇਰੇ ਵਾਲੀ ਉਹ ਕੱਢ ਕੇ ਮਾਰ ਦੇ। ਮਹਾਰਾਜ ਕਹਿੰਦੇ ਫੇਰ ਹੁਣ ਕੀ ਕਰਦਾ ਉਹ? ਕਹਿੰਦੇ ਮਹਾਰਾਜ ਉਹ ਪਾਣੀ ਪਿਲਾਉਂਦਾ, ਉਹਨਾਂ ਨੂੰ ਬੁਲਾਈ ਜਾਂਦਾ। ਕਹਿੰਦੇ ਤੁਹਾਨੂੰ ਨਹੀਂ, ਕਹਿੰਦੇ ਸਾਨੂੰ ਵੀ ਬੁਲਾ ਦਿੰਦਾ, ਜਿਹੜਾ ਹਾਕ ਮਾਰਦਾ ਉਹਨੂੰ ਬੁਲਾ ਦਿੰਦਾ। ਪਰ ਸਾਨੂੰ ਰੰਜ ਬੜਾ ਇਸ ਗੱਲ 'ਤੇ ਵੀ ਉਹ ਕੀ ਗੱਲ ਹੈ, ਕਿਉਂ ਇਹ ਗੱਲ ਕਰ। ਮਹਾਰਾਜ ਨੇ ਇਹ ਪੁਆਇੰਟ ਸਮਝਾਉਣਾ ਸੀ, ਕਹਿੰਦੇ ਜਾਓ ਘਨੱਈਏ ਨੂੰ ਲੈ ਕੇ ਆਓ, ਸਾਡੇ ਪੇਸ਼ ਕਰੋ। ਉਸ ਵੇਲੇ ਦੋ ਸਿੰਘ ਚੱਲ ਪੈਂਦੇ ਨੇ ਅੱਗੇ ਜਾ ਕੇ ਮੈਦਾਨ ਜੰਗ 'ਚ ਕੀ ਰਹਿੰਦੇ ਨੇ, ਪਾਲਕੀਆਂ ਦੇ ਵਿੱਚ ਆਪਣੇ ਆਪਣੇ ਜ਼ਖਮੀਆਂ ਨੂੰ ਚੱਕਦੇ ਫਿਰਦੇ। ਜਿੱਥੋਂ ਹਾਇ ਦੀ ਆਵਾਜ਼ ਆਉਂਦੀ ਹੈ, ਮਾੜਾ ਜਿਹਾ ਹਿੱਲਦਾ, ਉਹਨੂੰ ਪਾਲਕੀ 'ਚ ਪਾ ਲੈਂਦੇ ਨੇ, ਚੱਕ ਲੈਂਦੇ ਨੇ, ਦੂਈ ਪਾਲਕੀ ਆ ਜਾਂਦੀ ਹੈ, ਤੀਹ ਆ ਜਾਂਦੀ ਹੈ। ਇੱਧਰ ਸਿੰਘ ਵੀ ਐਵੇਂ ਕਰ ਰਹੇ ਨੇ, ਉਹ ਵੀ ਐਵੇਂ ਕਰ ਰਹੇ ਨੇ। ਉਹਨਾਂ ਦੀ ਸਵਾਲ ਹੁੰਦੀ ਹੈ, ਉਸ ਵੇਲੇ ਹਨੇਰੇ ਦੇ ਵਿੱਚ ਕੁਛ ਪਤਾ ਨਹੀਂ ਲੱਗਦਾ, ਮਸਾਲਾ ਲਈ ਫਿਰਦੇ, ਲੇਕਿਨ ਇੱਕ ਥਾਂ ਦੇ ਉੱਤੋਂ ਆਵਾਜ਼ ਆ ਰਹੀ ਹੈ। ਪਛਾਣ ਲਿਆ ਵੀ ਇਹ ਭਾਈ ਘਨੱਈਏ ਦੀ ਆਵਾਜ਼ ਹੈ, ਇਸ ਤਰ੍ਹਾਂ ਆਵਾਜ਼ ਆਉਂਦੀ ਹੈ। ਪੜ੍ਹੋ ਪਿਆਰ ਨਾਲ ਸਾਰੇ, ਮੈਂ ਕੀ ਜਾਣਾ ਜਾਣਾ
ਸ਼ਹਿਰ ਨੂੰ ਜਾ ਰਹੇ ਨੇ। ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਹਾਂ, ਆਵਾਜ਼ ਬੰਦ ਹੋ ਗਈ। ਉਹਨੇ ਪਾਣੀ ਪਾਇਆ, ਕਿਸੇ ਦੀ ਦੰਦਲ ਖੋਲ੍ਹੀ ਹੈ, ਅਤੇ ਉਹਦੇ ਬਾਅਦ ਆਵਾਜ਼ ਆਈ, ਤੂੰ ਕੌਣ ਹੈ? ਕਹਿਣ ਲੱਗਿਆ, ਮੈਂ ਕੋਈ ਵੀ ਨਹੀਂ ਹਾਂ। ਕਹਿੰਦੇ ਫੇਰ? ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਅਦਨਾ ਜਿਹਾ ਸਿੱਖ ਹਾਂ। ਤੂੰ ਪਾਣੀ ਪਛਾਣ ਕੇ ਪਿਲਾ ਰਿਹਾ, ਤੈਨੂੰ ਪਤਾ ਤੂੰ ਕਿਹਨੂੰ ਪਾਣੀ ਪਿਲਾ ਰਿਹਾ? ਉਹ ਕਹਿੰਦਾ ਹਾਂ, ਮੈਨੂੰ ਪਤਾ ਹੈ ਵੀ ਮੈਂ ਆਪਣੇ ਗੁਰੂ ਨੂੰ ਇਹ ਪਾਣੀ ਪਿਲਾ ਰਿਹਾ, ਮੈਂ ਕਿਸੇ ਨੂੰ ਨਹੀਂ ਪਾਣੀ ਪਿਲਾਉਂਦਾ। ਕਹਿੰਦਾ ਨੌ ਕੀ ਹੈ? ਕਹਿੰਦੇ ਕਨ੍ਹਈਆ ਕਹਿੰਦੇ ਨੇ। ਕਹਿੰਦੇ ਕਨ੍ਹਈਆ, ਮੈਂ ਉਹ ਜਰਨੈਲ ਹਾਂ ਜਿਹੜਾ ਅੱਜ ਬੀੜਾ ਚੁੱਕ ਕੇ ਆਇਆ ਸੀ ਵੀ ਜਾਂ ਗੁਰੂ ਨੂੰ ਸ਼ਹੀਦ ਕਰ ਦੇਣਾ ਅਤੇ ਜਾਂ ਮੈਂ ਜਿਉਂਦਾ ਫੜ ਕੇ ਲਿਆਉਣਾ। ਕਹਿੰਦੇ ਕੋਈ ਹੋਵੇ, ਮੇਰਾ ਗੁਰੂ ਇਹ ਖੇਲਦਾ ਹੈ। ਕਥੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਥੋਂ ਚਿੰਤ ਹੋਏ ਕਿ ਸੋਭਤ ਅਚੇਤ, ਕਥੋਂ ਭਖਾਰੀ ਹੋਏ ਕਿ ਮੰਗਤ ਫਿਰਤ ਭੀ, ਕਹੋ ਮਹਾਂਦਾਨ ਹੋਏ ਕਿ ਮੰਗਿਓ ਧਨ ਦੇ, ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੋ ਮਹਾਰਾਜਨ ਤੇ ਛੀਨ ਛਿਤ ਲੇ ਤੋ, ਕਹੋ ਵੇਦ ਰੀਤ, ਕਹੋ ਤਾਂਸ ਵਿਪਰੀਤ, ਕਹੋ ਤਿਰਗੁਣ ਅਤੀਤ, ਕਹੋ ਸਰਗੁਣ ਸਵੇ। ਸਾਰੇ ਰੰਗਾਂ 'ਚ ਮੇਰਾ ਮਾਲਕ ਇਹ ਖੇਲਦਾ। ਭਾਈ ਕਨ੍ਹਈਆ, ਤੁਹਾਨੂੰ ਸਾਡੇ ਨਾਲ ਦੁਆਇਸ਼ ਨਹੀਂ ਹੈ, ਤੇਰੇ ਮਨ 'ਚ ਗੁੱਸਾ ਨਹੀਂ ਆਇਆ ਇਹ ਸੁਣ ਕੇ ਕਿ ਮੈਂ ਉਹ ਜਰਨੈਲ ਹਾਂ? ਉਹ ਕਹਿੰਦਾ ਪਿਆਰਿਆ, ਸਾਡੇ ਗੁਰੂ ਨੇ ਸਾਡੇ ਨੇਤਰ ਖੋਲ੍ਹਤੇ, ਨੇਤਰ ਖੋਲ੍ਹਣ ਤੋਂ ਬਾਅਦ ਸਾਡਾ ਜਿਹੜਾ ਸਾਰਾ ਆਊਟਲੁੱਕ ਸੀ ਉਹ ਬਦਲ ਗਿਆ। ਨਾ ਦਿਸੇ ਬਗਾਨਾ ਜੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਦਿਸੇ ਬਗਾਨਾ ਹੋ, ਨਾ ਕੋਈ ਬੈਰੀ। ਸਾਧ ਸੰਗਤ ਹੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਘ ਹਮ ਕੋ ਬਣਾ। ਖਾਨ ਸਾਹਿਬ, ਮੇਰੇ ਸਤਿਗੁਰੂ ਦੱਸਦੇ ਨੇ ਵੀ ਇੱਥੇ ਕੋਈ ਬੈਰੀ ਨਹੀਂ ਹੈ, ਇੱਥੇ ਤਾਂ ਪਰਮੇਸ਼ੁਰ ਦੀ ਜੋਤ। ਬਾਕੀ ਜੋ ਪ੍ਰੈਕਟੀਕਲੀ ਚਾਹੁੰਦਾ ਉਹ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ,
ਇੱਕ ਦਿਨ ਤੁਹਾਡੇ ਯੁੱਧ ਦੇ ਅੰਦਰ ਤੁਹਾਡੀਆਂ ਫੌਜਾਂ ਪਿੱਛੇ ਹਟ ਗਈਆਂ ਅਤੇ ਬੜਾ ਜਿਹੜਾ ਜਰਨੈਲ ਸੀ ਉਹਦੇ ਘਰ ਵਾਲੀ ਰਹਿ ਗਈ ਉੱਥੇ, ਉਹ ਸਿੰਘਾਂ ਦੇ ਘੇਰੇ ਵਿੱਚ ਆ ਬੜੀ ਪਰੇਸ਼ਾਨ ਹੋਈ ਅਤੇ ਸਿੰਘਾਂ ਨੇ ਕਿਹਾ ਬੀਬਾ ਤੂੰ ਫਿਕਰ ਨਾ ਕਰ, ਸਾਡੇ ਗੁਰੂ ਨੇ ਸਾਡੇ ਨੇਤਰ ਖੋਲ੍ਹੇ ਹੋਏ ਨੇ, ਇਹ ਇਹ ਭੁੱਲੇ ਹੋਏ ਬੰਦਿਆਂ ਦੇ ਵਿੱਚ ਹੁੰਦਾ, ਕਿਸੇ ਨੂੰ ਤਕਲੀਫ ਦੇਣੀ, ਖਾਲਸਾ ਕਿਸੇ ਨੂੰ ਤਕਲੀਫ ਨਹੀਂ ਦਿੰਦਾ, ਖਾਲਸਾ ਸਹੀ ਇਰਾਦੇ ਨਾਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ, ਤੂੰ ਨਾ ਫਿਕਰ। ਪਰਦੇ ਦੇ ਵਿੱਚ ਸੀ, ਕਹਿਣ ਲੱਗੇ ਦੇਖੋ ਜੰਗ ਮੈਦਾਨ ਹੈ, ਜੰਗ ਦਾ ਬੰਦੇ ਮਰੇ ਪਏ ਨੇ, ਡਰ ਹੁੰਦਾ ਅਤੇ ਖਾਲਸਾ ਦੂਰ ਤੱਕ ਖਾਲਸਾ ਫੌਜਾਂ ਵੱਧ ਗਈਆਂ, ਤੁਸੀਂ ਇਹ ਪਾਲਕੀ 'ਚ ਬੈਠੋ। ਪਾਲਕੀ 'ਚ ਬਹਿ ਜਾਂਦੀ ਹੈ, ਗੁਰੂ ਮਹਾਰਾਜ ਨੇ ਦੇਖਿਆ ਵੀ ਪਾਲਕੀ 'ਚ ਸਿੰਘ ਕੁਛ ਲਈ ਆ ਰਹੇ, ਕਹਿਣ ਲੱਗੇ ਸਿੰਘੋ ਕੀ ਬਾਤ ਹੈ? ਕਹਿਣ ਲੱਗੇ ਮਹਾਰਾਜ ਜਿਹੜਾ ਜਰਨੈਲ ਅੱਜ ਬਹੁਤ ਵੱਧ ਵੱਧ ਕੇ ਲੜਦਾ ਸੀ ਉਹਦੀਆਂ ਫੌਜਾਂ ਪਿੱਛੇ ਹਟ ਗਈਆਂ, ਇਹ ਬੀਬੀ ਉਹਦੇ ਘਰੋਂ ਹੈ, ਜੰਗ ਮੈਦਾਨ ਦੇ ਮੈਦਾਨੇ ਜੰਗ ਵਿੱਚ ਕੋਈ ਹੈ ਨਹੀਂ, ਸੁੰਨਾ ਹੋ ਗਿਆ ਸੀ, ਇਸ ਕਰਕੇ ਅਸੀਂ ਪਾਲਕੀ ਵਿੱਚ ਲਿਆ। ਕਹਿੰਦੇ ਪਹਿਲਾਂ ਇੱਕ ਗੱਲ ਦੱਸੋ ਵੀ ਕਿਸੇ ਨੇ ਪਾਲਕੀ ਦਾ ਪੱਲਾ ਤਾਂ ਨਹੀਂ ਚੱਕਿਆ? ਕਹੇ ਨਾ ਸੱਚੇ ਪਾਤਸ਼ਾਹ। ਕਹਿੰਦੇ ਤਨ ਸਿੱਖੀ ਤਨ ਸਿੱਖੀ। ਮਹਾਰਾਜ ਕਹਿਣ ਲੱਗੇ ਬੇਟਾ ਨਿਛੰਗ ਹੋ ਕੇ ਉਤਰਿਆ, ਆਪਣੀਆਂ ਮਾਤਾਵਾਂ ਦੇ ਕੋਲ ਰਹੋ, ਜੰਗ ਦਾ ਕੋਈ ਥੋੜ੍ਹਾ ਬਹੁਤਾ ਠੀਕ ਹੋਏਗਾ, ਜਦ ਸਾਨੂੰ ਪਹਿਲਾਂ ਮੌਕਾ ਮਿਲਿਆ ਉਸੇ ਵੇਲੇ ਤੈਨੂੰ ਛੱਡ ਆਵਾਂਗੇ। ਮਾਤਾ ਜੀ ਦੇ ਪਾਸ ਭੇਜ ਦਿੱਤਾ, ਹਦਾਇਤ ਕਰਦੀ ਕਿ ਆਪਣੀ ਬੱਚੀ ਹੈ, ਕਿੰਨਾ ਕਿੱਥੇ ਗੁਰੂ ਸਾਹਿਬ ਸਾਨੂੰ ਲਿਜਾਣਾ ਚਾਹੁੰਦੇ ਨੇ। ਉਹਦੇ ਬਾਅਦ ਕੁਛ ਠੰਡ ਜੀ ਹੋਈ, ਉਸ ਵੇਲੇ ਮਹਾਰਾਜ ਨੂੰ ਪਤਾ ਲੱਗਿਆ ਵੀ ਜੀ ਉਹ ਬੜੇ ਪਰੇਸ਼ਾਨੀਆਂ 'ਚ ਨੇ, ਟੋਲਦੇ ਫਿਰਦੇ ਨੇ, ਕੁਛ ਪਤਾ ਨਹੀਂ ਲੱਗਦਾ, ਸਾਡਾ ਜਿਹੜਾ ਸੂਈਆਂ ਉਹਨੇ ਆ ਕੇ ਦੱਸਿਆ। ਮਹਾਰਾਜ ਕਹਿੰਦੇ ਐਂ ਕਰੋ, ਪਾਲਕੀ ਦੇ ਵਿੱਚ ਬੀਬੀ ਨੂੰ ਲੈ ਜਾਓ, ਉਸ ਜਰਨੈਲ ਦੇ ਹਵਾਲੇ ਕਰਕੇ ਆਓ। ਜਦੋਂ ਜਾਣ ਲੱਗੇ ਕਹਿੰਦੇ ਬੇਟੀ ਜੇ ਪਿਤਾ ਦੇ ਘਰ ਤੋਂ ਕੋਈ ਲੜਕੀ ਤੁਰਦੀ ਆ ਉਹ ਖਾਲੀ ਹੱਥ ਨਹੀਂ ਜਾਇਆ ਕਰਦੀ। ਉਸ ਵੇਲੇ ਮਹਾਰਾਜ ਨੇ ਰੇਸ਼ਮ ਦੇ ਵਸਤਰ, ਸੋਨੇ ਦੇ ਗਹਿਣੇ ਪਾਲਕੀ ਵਿੱਚ ਰੱਖਤੇ, ਜਿਸ ਤਰ੍ਹਾਂ ਆਪਣੀਆਂ ਲੜਕੀਆਂ ਤੋਰੀ ਦੀਆਂ, ਲੈ ਬੇਟਾ ਤੂੰ ਜਾ, ਹੁਣ ਤੂੰ ਆਪਣੇ ਪਿਤਾ ਦੇ ਘਰੋਂ ਜਾ ਰਹੀ ਹੈ। ਉੱਥੇ ਜਾ ਕੇ ਜਦ ਸਿੰਘਾਂ ਨੇ ਦੱਸ ਦਿੱਤਾ ਵੀ ਅਸੀਂ ਛੱਡਣਾ ਆ, ਉਹਨੂੰ ਉਤਾਰ ਦਿੱਤਾ ਜਾ ਕੇ ਜਿੱਥੇ ਉਹਨਾਂ ਦਾ ਕੈਂਪ ਸੀ। ਉਸ ਵੇਲੇ ਉਸਨੇ ਜਰਨੈਲ ਨੇ ਆ ਕੇ ਗੱਲ ਕਰੀ, ਕਹਿਣ ਲੱਗਿਆ ਵੀ ਦੱਸ ਕੀ ਹੋਇਆ? ਉਹ ਕਹਿੰਦੀ ਕੀ ਹੋਇਆ, ਮੈਂ ਤਾਂ ਖੁਦਾ ਦੇ ਘਰ 'ਚੋਂ ਆਈ ਹਾਂ, ਤੁਸੀਂ ਲੋਕ ਤਾਂ ਇਹਨਾਂ ਨਾਲ ਇੰਨਾ ਯੁੱਧ ਕਰਦੇ ਹੋ, ਉਹ ਤਾਂ ਬਿਲਕੁਲ ਮੈਨੂੰ ਅੱਬਾ ਜਾਨ ਲੱਗੇ, ਜੈਸਾ ਮੇਰਾ ਅੱਬਾ ਜਿਹਾ ਜਿਹਾ ਮੇਰੀਆਂ ਅੰਮਾ ਐਸਾ ਹੀ ਮੇਰੇ ਨਾਲ ਸਲੂਕ ਹੋਇਆ। ਗੁਰੂ ਦਾ ਫਰਿਸ਼ਤਾ ਹੈ, ਖੁਦਾ ਹੈ, ਤੁਸੀਂ ਖੁਦਾ ਦੇ ਨਾਲ ਲੜਾਈਆਂ ਕਰ ਰਹੇ ਹੋ, ਕਹੇ ਮੈਨੂੰ ਬਾਕਾਇਦਾ ਤੋਰਿਆ ਜਿਵੇਂ ਲੜਕੀਆਂ ਘਰ 'ਚੋਂ ਤੋਰੀ ਦੀਆਂ ਦੀ। ਸਿੱਖਾਂ ਨੂੰ ਕਿਹਾ ਵੀ ਕਿਸੇ ਨੇ ਪਰਦਾ ਤਾਂ ਨਹੀਂ ਸੀ ਚੁੱਕਿਆ, ਇਹ ਤਾਂ ਫਰਿਸ਼ਤੇ ਨੇ ਜਿਹੜੇ ਆਪਣੇ ਨਾਲ ਲੜਾਈ ਲੜ ਰਹੇ ਨੇ, ਤੁਸੀਂ ਚੜ੍ਹ ਚੜ੍ਹ ਆਉਂਦੇ ਹੋ, ਇਹ ਉਹਦਾ ਜਵਾਬ ਦੇ ਹੀ ਜਾਂਦੇ ਨੇ। ਸੋ ਇਸ ਤਰ੍ਹਾਂ ਭਾਈ ਕਨੱਈਆ ਕਹਿਣ ਲੱਗਿਆ ਕਿ ਖਾਨ ਸਾਹਿਬ ਗੁਰਸਿੱਖਾਂ ਦੇ ਅੰਦਰ ਦੁਆਇਤ ਖਤਮ ਕਰ ਦਿੱਤੀ ਗੁਰੂ ਨੇ, ਸਿੱਖਾਂ ਵਾਸਤੇ ਸਾਰੇ ਹੀ ਪਰਮੇਸ਼ੁਰ ਦਾ ਰੂਪ ਹੈ,
ਦੂਸਰਾ ਨਹੀਂ ਨਜ਼ਰ ਆਉਂਦਾ। ਐ ਪੜ੍ਹ ਲਓ, ਇੱਕ ਨੂਰੇ ਲਾਦਾ ਜੀ ਸਾਰੀ ਦੁਨੀਆ, ਸਾਰੀ ਦੁਨੀਆ ਨੂਰੇ ਲਾਦਾ ਜੀ, ਸਾਰੀ ਦੁਨੀਆ, ਸਾਰੀ ਦੁਨੀਆ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾਗ ਉਪਜਿਆ, ਕੌਣ ਭਲੇ ਕੋ ਬੰਦੇ। ਕਹਿਣ ਲੱਗੇ ਨੋ ਖਾਨ ਸਾਹਿਬ, ਜੋ ਤਾਲੀਮ ਸਾਨੂੰ ਗੁਰੂ ਮਹਾਰਾਜ ਨੇ ਦਿੱਤੀ ਹੈ, ਉਹਨਾਂ ਨੇ ਸਾਡੇ ਨੇਤਰ ਖੋਲ੍ਹਤੇ ਅਤੇ ਸਾਨੂੰ ਤਾਂ ਇੱਥੇ ਇੱਕ ਪਰਮੇਸ਼ੁਰ ਤੋਂ ਬਗੈਰ ਹੋਰ ਨਜ਼ਰ ਆਉਣ ਤੋਂ ਹਟ ਗਏ। ਹੈਰਾਨ ਹੋ ਗਿਆ ਕਨ੍ਹਈਆ, ਫਿਰ ਤਾਂ ਅਸੀਂ ਪਾਗਲੇ ਹੋਏ ਜਿਹੜੇ ਐਸੇ ਗੁਰੂ ਨਾਲ ਲਾ ਕੇ ਵਾਰ ਵਾਰ ਫੌਜਾਂ ਚੜ੍ਹ ਚੜ੍ਹ ਕੇ ਮੱਥਾ ਲਾਉਣਾ। ਪਿਆਰਿਆ ਤਾਂ ਮੇਰੇ ਵੀ ਨੇਤਰ ਖੋਲ੍ਹ ਦਿੱਤੇ, ਤਾਂ ਪਾਣੀ ਨਹੀਂ ਪਿਲਾਇਆ ਮੈਨੂੰ, ਆਵੇ ਹੱਥ ਪਿਲਾ ਦਿੱਤਾ। ਮੇਰੇ ਅੰਦਰੋਂ ਵੈਰ ਭਾਵ ਖਤਮ ਹੋ ਗਿਆ, ਗੁਰੂ ਦੇ ਸਮੇਸ਼ ਪਿਤਾ ਦਾ ਪਿਆਰ ਮੇਰੇ ਹਿਰਦੇ ਲਵਾ ਲਵ ਭਰ ਗਿਆ। ਮੈਂ ਨੌਕਰੀ ਵੀ ਛੱਡ ਦੇਣੀ ਹੈ, ਮੈਂ ਤਾਂ ਸਾਰੀ ਜ਼ਿੰਦਗੀ ਸੇਵਾ ਕਰਾਂਗਾ ਇਸ ਘਰ ਦੀ, ਜਿਹਦੇ ਵਿੱਚ ਇੰਨੀ ਅਪਣੱਤ ਹੈ। ਮੈਦਾਨੇ ਜੰਗ 'ਚ ਪਿਆ ਮੈਂ, ਇੱਥੇ ਹੀ ਮਰ ਜਾਣਾ ਸੀ ਮੈਂ, ਅਤੇ ਤੂੰ ਮੈਨੂੰ ਪੁਰਾਣਾ ਦਾ ਦਾਨ ਦਿੰਦਾ। ਉਸ ਵੇਲੇ ਉਹ ਗੁਰਸਿੱਖ ਆ ਗਏ, ਉਹਨਾਂ ਨੇ ਕਿਹਾ ਕਨ੍ਹਈਆ ਤੁਹਾਨੂੰ ਗੁਰੂ ਮਹਾਰਾਜ ਬੁਲਾਉਂਦੇ। ਪਾਣੀ ਪਿਲਾਇਆ, ਦੰਦਲ ਖੋਲ੍ਹੀ, ਧੰਨਵਾਦ ਉਸਨੇ ਕਰਿਆ, ਪਤਾ ਪੁੱਛਿਆ ਵੀ ਕਿੱਥੇ ਰਹਿੰਦੇ। ਉਸ ਵੇਲੇ ਰਾਤ ਕਾਫੀ ਜਾ ਚੁੱਕੀ ਹੈ, ਗੁਰੂ ਦਸਵੇਂ ਪਾਤਸ਼ਾਹ ਦੇ ਦੁਆਲੇ ਜਥੇਦਾਰ ਬੈਠੇ ਨੇ ਸਾਰੇ, ਜਿਹਨੇ ਮਹਾਰਾਜ ਨੇ ਥਾਂ ਥਾਂ 'ਤੇ ਲਾਏ ਹੋਏ ਸੀ, ਅਤੇ ਉੱਥੇ ਜਾ ਕੇ ਭਾਈ ਕਨ੍ਹਈਏ ਨੇ ਨਮਸਕਾਰ ਕੀਤੀ, ਦੋਵੇਂ ਹੱਥ ਜੋੜੇ, ਸਾਹਮਣੇ ਖੜ੍ਹਾ ਹੋ ਗਿਆ। ਕਹਿੰਦੇ ਕਨ੍ਹਈਆ ਖਾਲਸਾ ਸ਼ਿਕਾਇਤ ਕਰਦਾ ਤੇਰੀ, ਸੱਚੇ ਪਾਤਸ਼ਾਹ ਮੈਂ ਤਾਂ ਸਦਾ ਹੀ ਔਗਣਾਂ ਦੇ ਨਾਲ ਭਰਿਆ ਹੋਇਆ, ਦੱਸੋ ਬਈ। ਕਹਿੰਦੇ ਮਹਾਰਾਜ ਇਹ ਪਾਣੀ ਬੁਲਾ ਰਿਹਾ ਸੀ ਦੁਸ਼ਮਣ ਫੌਜਾਂ ਨੂੰ। ਕਹਿੰਦੇ ਤੂੰ ਮੁਗਲ ਫੌਜਾਂ ਨੂੰ ਪਾਣੀ ਬੁਲਾਉਂਦਾ ਸੀ? ਕਹਿੰਦਾ ਨਹੀਂ ਮਹਾਰਾਜ। ਮਹਾਰਾਜ ਤੋਂ ਤਾਂ ਡਰਦਾ, ਹੁਣ ਗਲਤ ਗੱਲ ਕਹਿ ਰਿਹਾ। ਮਹਾਰਾਜ ਕਹਿੰਦੇ ਤੁਸੀਂ ਚੁੱਪ ਰਹੋ, ਤੁਹਾਡੀ ਮੈਂ ਗੱਲ ਸੁਣ। ਫਿਰ ਪਹਾੜੀ ਫੌਜਾਂ ਨੂੰ ਪਾਣੀ ਬੁਲਾਉਂਦਾ ਸੀ? ਕਹਿੰਦਾ ਨਹੀਂ ਮਹਾਰਾਜ। ਫਿਰ ਤਾਂ ਖਾਲਸਾ ਫੌਜਾਂ ਨੂੰ ਇਹ ਪਾਣੀ ਬੁਲਾਉਂਦਾ ਰਿਹਾ ਸਾਰਾ ਦਿਨ? ਕਹਿੰਦਾ ਨਹੀਂ ਮਹਾਰਾਜ। ਫਿਰ ਕਨ੍ਹਈਆ ਤੈਂ ਪਾਣੀ ਕਿਹਨੂੰ ਬੁਲਾਇਆ? ਕਹਿਣ ਲੱਗਿਆ ਪਾਤਸ਼ਾਹ, ਜਦੋਂ ਮੇਰੇ ਅੱਖਾਂ ਦੇ ਅੰਦਰ ਮੋਤੀਆ ਬਿੰਦ ਸੀ, ਮੈਨੂੰ ਵੀ ਦਿੰਦਾ ਸੀ ਵੀ ਆਹ ਮੁਸਲਮਾਨ ਹੈ, ਇਹ ਪਾਪੀ ਹੈ, ਇਹ ਪੁੰਨੀ ਹੈ, ਪਰ ਪਾਤਸ਼ਾਹ ਜਦ ਤੱਕ ਮੇਰੇ ਨੇਤਰ ਖੋਲ੍ਹ ਦਿੱਤੇ, ਮੈਨੂੰ ਆਤਮਾ ਦਾ ਦਰਸ਼ਨ ਕਰਾ ਦਿੱਤਾ, ਪਰਮੇਸ਼ੁਰ ਦਾ ਦਰਸ਼ਨ ਹੋ ਗਿਆ, ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਗਿਆ। ਪਾਤਸ਼ਾਹ ਉਸ ਵੇਲੇ ਤੋਂ ਬਾਅਦ ਮੈਨੂੰ ਜੇ ਕੁਛ ਦਿਸਦਾ ਹੈ,
ਉਹ ਤੂੰ ਹੀ ਦਿਸਦਾ, ਹੋਰ ਕੋਈ ਦਿਸਦਾ ਨਹੀਂ ਹੈ। ਐ ਪੜ੍ਹ ਲਓ ਸਾਰੇ। ਗੁਰਾਂ ਨੇ ਮੇਰੇ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਕਿਸੇ ਤਿਆਈ, ਤੂਤ ਨਹੀਂ ਵਿਛੜਾ ਜੋ ਸੰਗੀ ਗਨੀ ਆ, ਬਿਨ ਰਜਾ ਜੋ ਨੇਕ ਮੈਂ ਸਵਾਲ ਪੁੱਛਣੀ। ਹੇ ਪਾਤਸ਼ਾਹ, ਜਦ ਮੇਰੇ ਨੇਤਰ ਬੰਦ ਸੀ ਮੈਨੂੰ ਚੰਗੇ ਅਤੇ ਬੁਰੇ ਨਜ਼ਰ ਆਉਂਦੇ ਸੀ, ਪਰ ਜਦ ਤਾਂ ਅੰਮ੍ਰਿਤ ਦੀ ਦਾਤ ਦੇ ਕੇ ਹਉਮੈ ਮੇਰੇ ਅੰਦਰੋਂ ਖਤਮ ਕਰ ਦਿੱਤੀ, ਉਸ ਵੇਲੇ ਮੈਨੂੰ ਕੀ ਦਿਸਿਆ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ,
ਗੋਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਸਾਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਇੱਕੋ ਸਰਵਣ ਸਰੋਤ। ਪਾਸਿਆ 'ਚ ਤਾਂ ਹੈ ਹੀ ਨਹੀਂ ਤੇਰੇ ਬਗੈਰ ਕੋਈ। ਆਦ ਸੱਚ ਜੁਗਾਦ ਸੱਚ ਹੈ ਭਈ ਸੱਚ, ਨਾਨਕ ਹੋਸੀ ਵੀ। ਮਹਾਰਾਜ ਨੇ ਉੱਠ ਕੇ ਬੁੱਕਲ 'ਚ ਲੈ ਲਿਆ, ਕਹਿੰਦੇ ਕਨ੍ਹਈਆ ਤਨ ਤਨ ਸਿੱਖੀ, ਨਿਹਾਲ ਨਿਹਾਲ ਨਿਹਾਲ। ਹੁਕਮ ਦੇਤਾ, ਕਹਿੰਦੇ ਪੱਟੀਆਂ ਵੀ ਲੈ ਕੇ ਆਓ ਅਤੇ ਮਲਮ ਦੀ ਵੀ ਲੈ ਕੇ ਆਓ। ਕਹਿੰਦੇ ਲੈ ਕਨ੍ਹਈਆ, ਤੈਂ ਸਿੱਖੀ ਨੂੰ ਸਹੀ ਸਰੂਪ 'ਚ ਵਿਛਾ ਲਿਆ। ਅਸੀਂ ਜੋ ਖਾਲਸਾ ਆਦਰਸ਼ ਲਿਆਂਦਾ ਸੰਸਾਰ ਦੇ ਉੱਤੇ, ਉਹ ਆਹੀ ਹੈ ਜਿਹੜੇ ਤੈਂ ਪਛਾਣ ਲਿਆ। ਹੁਣ ਇਹ ਕਰੀ ਵੀ ਅੱਗੇ ਵਾਸਤੇ ਮੈਨੂੰ ਇਕੱਲਾ ਪਾਣੀ ਨਾ ਪਿਲਾਈ, ਅਤੇ ਮੇਰੇ ਜ਼ਖਮ ਸਾਫ਼ ਕਰਕੇ ਉਹਨਾਂ 'ਚ ਮੱਲਮ ਭਰੀ ਅਤੇ ਉਹਦੇ ਬਾਅਦ ਪੱਟੀ ਬੰਨੀ। ਤੇਰੀ ਸੇਵਾ ਜਿਹੜੀ ਹੈ ਥਾਂ ਪਈ, ਹੁਣ ਤੂੰ ਸੰਸਾਰ ਦੁਖੀ ਹੈ ਉੱਥੇ ਜਾ ਕੇ ਸੇਵਾ ਕਰ, ਸੰਸਾਰ ਨੂੰ ਦਾ ਅੰਧਕਾਰ ਜਿਹੜਾ ਉਹ ਦੂਰ ਕਰ। ਕਹਿਣ ਲੱਗੇ ਗੁਰਸਿੱਖੋ, ਕਨ੍ਹਈਆ ਪਾਣੀ ਨਹੀਂ ਸੀ ਪਿਲਾਉਂਦਾ, ਕਨ੍ਹਈਆ ਜਿਹੜਾ ਕੰਮ ਕਰਦਾ ਸੀ ਇਹਦੇ ਨੇਤਰਾਂ 'ਚੋਂ ਅਮਰ ਦੀ ਵਰਖਾ ਹੁੰਦੀ ਸੀ, ਜਿਸ ਦੇ ਉੱਤੇ ਇਹਦੀ ਦ੍ਰਿਸ਼ਟੀ ਪੈਂਦੀ ਸੀ ਉਹਦੇ ਅੰਦਰੋਂ ਵੈਰ ਭਾਵ ਦੁਸ਼ਮਣੀ ਮਾੜੇ ਖਿਆਲ ਸਭ ਕੱਢ ਦਿੰਦਾ ਸੀ, ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਇਹਦੇ ਹੱਥਾਂ ਨਾਲ ਛੋਹਿਆ ਹੋਇਆ ਜਿਹੜਾ ਜਲ ਸੀ ਉਹ ਆਵੇ ਹਿਆਤ ਸੀ, ਨਵੀਂ ਜ਼ਿੰਦਗੀ ਦਿੰਦਾ ਜਾਂਦਾ ਸੀ। ਸੋ ਗੁਰਸਿੱਖੀ ਦਾ ਜੋ ਸਿਧਾਂਤ ਹੈ, ਐਸੇ ਜੋ ਗੁਰਸਿੱਖ ਨੇ ਇਹਨਾਂ ਨੂੰ ਅਸੀਂ ਖਾਲਸਾ ਕਹਿੰਦੇ ਹਾਂ। ਉਹਦੇ ਵਿੱਚ ਤਾਂ ਮੇਰੇ ਵਿੱਚ ਫਰਕ ਨਹੀਂ ਹੈ, ਆਤਮ ਰਸ ਦੇ ਜਾਨ ਹੀ ਸੋਹੈ ਖਾਲਸ ਦੇ, ਬ੍ਰਹਮ ਹੈ ਮੋਹ ਹੈ ਤਾਸ ਮੈਂ ਰਚਕ ਨਹੀਂ। ਇਹ ਸਮਰੱਥ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ। ਸੋ ਇਸ ਕਰਕੇ ਜਿਹੜੇ ਮੈਂ ਖਾਲਸੇ ਦੀ ਬਾਤ ਕਰੀ ਸੀ ਵੀ ਇਹ ਦੇਵਤਿਆਂ ਨੂੰ ਵਾਹਿਗੁਰੂ ਤਾਂ ਨਜ਼ਰ ਆਉਂਦਾ ਨਹੀਂ ਹੈ, ਕਿਉਂਕਿ ਵਾਹਿਗੁਰੂ ਨੇ ਨਿਆਣੇ ਨਹੀਂ ਦਿੱਤੇ। ਹੁਣ ਇਹ ਨਜ਼ਰ ਆਉਂਦਾ ਕਿੱਥੋਂ ਹੈ? ਉਹ ਇਸ ਸੰਸਾਰ 'ਚ ਆਉਂਦੇ ਨੇ, ਇਹ ਦੁਕਾਨਾਂ ਜਾ ਕੇ ਬਹਿੰਦੇ ਨੇ, ਐਸੀ ਬਾਤ ਨਹੀਂ ਵੀ ਨਹੀਂ ਬਹਿੰਦੇ, ਸੁਣਦੇ ਨੇ ਬੈਠ ਕੇ, ਅਤੇ ਉਹ ਖੋਜਦੇ ਫਿਰਦੇ ਨੇ ਬਈ ਉਹ ਵਜੂਦ ਸਾਨੂੰ ਲੱਭ ਜਾਵੇ ਜਿੱਥੇ ਖਾਲਸਾ ਜੋਤ ਦਾ ਪ੍ਰਕਾਸ਼ ਹੈ, ਆਤਮ ਰਸਤਾ ਜਿੱਥੇ ਫੁਵਾਰਾ ਚੱਲਦਾ, ਅਤੇ ਉਹਨੂੰ ਮਹਾਰਾਜ ਕਹਿੰਦੇ ਖੋਜਦੇ ਫਿਰਦੇ ਨੇ। ਐਂ ਪੜ੍ਹ ਲਓ, ਸ਼ਿਵ ਜੀ ਖੋਜਦੇ ਫਿਰਦੇ ਬਰਮ ਗਿਆਨੀ, ਖੋਜੇ ਮਹੇਸ਼ਰ ਨਾਨਕ ਬਰਮ ਗਿਆਨੀ ਆਪ। ਕਹਿੰਦੇ ਦੇਖੋ ਖਾਲਸਾ ਜੀ, ਅੱਜ ਤੋਂ ਜੇ ਤੁਸੀਂ ਦਾਨ ਦੇਣਾ ਸੇਵਾ ਕਰਨੀ ਹੈ ਤਾਂ ਇਹ ਜਿਹੜਾ ਅਸੀਂ ਖਾਲਸਾ ਆਦਰਸ਼ ਲਿਆਂਦਾ ਇਹਨਾਂ ਦੀ ਸੇਵਾ ਕਰੀ ਹੋਈ ਮੈਨੂੰ ਪਹੁੰਚਦੀ ਹੈ।
ਸੇਵ ਕਰੀ ਇਹਨੇ ਹੀ ਕੀ ਪਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਪਲੋ, ਅਰ ਆਨ ਕੋ ਦਾਨ ਨਾ ਲਾਗਤ ਨੀ ਕੋ, ਅੱਗੇ ਫਲੇ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਹੀ ਕੋ। ਸੋ ਮਹਾਰਾਜ ਕਹਿਣ ਲੱਗੇ ਜੁੱਧ ਜਿੱਤੇ ਇਨ ਹੀ ਕੇ ਪ੍ਰਸਾਦ, ਇਨ ਹੀ ਕੇ ਕਿਰਪਾ ਸੋ ਦਾਨ ਕਰੇ, ਇਹਨਾਂ ਦੀ ਕਿਰਪਾ ਨਾਲ ਇਹ ਸਾਰਾ ਹੋਇਆ। ਮੇਰੇ ਕੋਲ ਜਿਹੜਾ ਹੈ ਤਨ ਹੈ, ਤਨ ਹੈ ਮਨ ਹੈ, ਮੈਂ ਸਾਰਾ ਹੀ ਇਹਨਾਂ ਦੇ ਅਰਪਣ ਕਰਦਾ। ਮੋਗ ਰਹਿ ਮੈਂ ਤਨ ਤੇ ਮਨ ਤੇ, ਸਿਰ ਲਓ ਤਨ ਹੈ ਸਭ ਹੀ ਇਹਨੀ, ਇਹਨਾਂ ਦੀ ਕਿਰਪਾ ਦੇ ਨਾਲ ਇਹ ਯੁੱਧ ਜਿੱਤੇ ਇਨ ਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅੱਗ ਓਗ ਟਰੇ ਇਨ ਹੀ ਕੇ ਪ੍ਰਸਾਦ, ਇਨ ਹੀ ਕੇ ਪ੍ਰਸਾਦ ਫੁਨ ਧਾਮ ਪਰ, ਇਨਹੀ ਕੇ ਪ੍ਰਸਾਦ ਸੋ ਵਿੱਦਿਆ ਲਈ, ਇਨਹੀ ਕੀ ਕਿਰਪਾ ਸਜੇ ਹਮ ਨਹੀਂ ਮੋਸੋ, ਇਨਹੀ ਕੀ ਕਿਰਪਾ ਕੇ ਸਜੇ ਹਮੈ ਨਹੀਂ ਮੋਸੋ ਗਰੀਬ ਕਰੋੜ ਪਰੇ। ਸੋ ਇਹ ਖਾਲਸਾ ਆਦਰਸ਼ ਹੈ ਜਿਸਦਾ ਮੈਂ ਅੱਜ ਜ਼ਿਕਰ ਕਰਿਆ, ਇਹਨੂੰ ਲਿਆਓ ਧਿਆਨ 'ਚ। ਮਹਾਰਾਜ ਨੇ ਪੂਰਨ ਮਨੁੱਖ ਬਣਾਉਂਦਾ। ਕਈ ਕਹਿੰਦੇ ਨੇ ਜੀ ਮਹਾਰਾਜ ਨੇ ਨਵੀਂ ਬਾਤ ਤੋਰਤੀ, ਨਵੀਂ ਨਹੀਂ ਤੋਰੀ ਮਹਾਰਾਜ ਨੇ, ਤਾਂ ਜਿਹੜੀ ਟੁੱਟੀ ਹੋਈ ਗੱਲ ਸੀ ਉਹਨੂੰ ਜੋੜ ਕੇ ਮੁੜ ਕੇ ਕਰਾਮਾਤ ਕਰ ਦਿੱਤੀ। ਆ ਵਿਸਾਖੀ ਵਾਲਾ ਪੈਂਫਲਟ ਇੱਥੇ ਮਿਲਦਾ, ਉਹ ਇੰਗਲਿਸ਼ ਵਿੱਚ ਹੈ, 20,000 ਬਾਹਰ ਨੂੰ ਗਿਆ, ਦੁਨੀਆ ਭਰ ਨੇ ਪੜ੍ਹਿਆ, ਇੰਟਰਨੈਟ 'ਤੇ ਆਇਆ ਅਤੇ ਉਹਦਾ ਅਸਰ ਕੀ ਹੋਇਆ, ਇੱਕ ਅੰਗਰੇਜ਼ ਨੇ ਚਿੱਠੀ ਲਿਖੀ, ਕਹਿਣ ਲੱਗਿਆ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਸੱਚਖੰਡ 'ਚ ਜਾਣਾ ਚਾਹੁੰਦਾ, ਮੈਨੂੰ ਵੀ ਪਹੁੰਚਾ ਸਕਦੇ ਹੋ? ਤੁਹਾਡੇ ਕੋਲ ਐਡਾ ਆਦਰਸ਼, ਨਰੋਆ ਆਦਰਸ਼ ਹੈ, ਇਹਨੂੰ ਸਮਝੋ, ਇਹਨੂੰ ਹੇਠਾਂ ਹੇਠਾਂ ਨਾ ਸਮਝੋ, ਸਸਤਾ ਜਿਹਾ। ਗੁਰੂ ਮਹਾਰਾਜ ਨੇ ਹਉਮੈ ਦਾ ਨਾਸ਼ ਕਰਨ ਵਾਸਤੇ ਅੰਮ੍ਰਿਤ ਨਾਮ ਦਿੱਤਾ ਅਤੇ ਅੰਮ੍ਰਿਤ ਦੀ ਕਿਰਿਆ ਕੀਤੀ, ਉਹ ਤਾਂ ਹੈ ਵੀ ਇਹ ਮਨੁੱਖ ਨੂੰ ਬ੍ਰਹਮ ਗਿਆਨੀ ਬਣਾ ਦੀ, ਰੱਬ ਬਣਾ ਦੀ। ਸੋ ਇਹੀ ਕਰਾਮਾਤ ਸੀ ਗੁਰੂ ਮਹਾਰਾਜ ਦੀ, ਜਿਹੜਾ ਮਹਾਰਾਜ ਨੇ ਕਿਹਾ ਹੁਣ ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰਮਤ ਧਾਰਨ ਕਰਨ ਨਾਲ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਹਉਮੈ ਮਾਇਆ ਬਿਖ ਹੈ ਮੇਰੀ ਜ਼ਿੰਦਗੀ, ਇਹ ਹਉਮੈ ਅਤੇ ਮਾਇਆ ਦੇ ਵਿੱਚ ਅਸੀਂ ਰੁਲਦੇ ਫਿਰਦੇ ਹਾਂ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਇਹ ਅੰਮ੍ਰਿਤ ਦੀ ਦਾਤ ਸ਼ੁਰੂ ਹੁੰਦੀ ਹੈ ਪੰਜ ਪਿਆਰਿਆਂ ਤੋਂ। ਪੰਜ ਪਿਆਰੇ ਦੇਖਦੇ ਨੇ ਵੀ ਇਹਨੂੰ ਦਾਤ ਦੇਈਏ ਜਾਂ ਨਾ ਦੇਈਏ, ਉਹਨੂੰ ਦਾਤ ਕੀ ਮਿਲਦੀ ਹੈ, ਉਹਨੂੰ ਚਾਬੀ ਫੜਾ ਦਿੰਦੇ ਨੇ ਵੀ ਆਹ ਲੈ ਵਾਹਿਗੁਰੂ ਮੰਤਰ, ਇਹ ਤੂੰ ਵਾਹਿਗੁਰੂ 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 ਕਰੀ ਜਾਈ, ਤੇਰੀ ਸੰਤਾਂ ਨਾਲ ਮਿਲ ਕੇ ਪੁੱਛ ਲਈ ਝੂਠ ਸੁਖਾਲਾ ਹੋ ਜਾਵੇ। ਸੁਰਤ ਨੂੰ ਸ਼ਬਦ ਦੇ ਨਾਲ ਜੋੜ ਲਈ, ਤੈਨੂੰ ਇੜਾ ਪਿੰਗਲਾ ਸੁਖਨਾ ਵਿੱਚ ਜਾਣ ਦੀ ਲੋੜ ਨਹੀਂ ਹੈ, ਤੈਨੂੰ ਪਚੰਗਾ ਨਾੜੀ ਖੋਲਣ ਦੀ ਲੋੜ ਨਹੀਂ, ਤੈਨੂੰ ਕੁੰਡਲਨੀ ਜਾਗਰਤ ਕਰਨ ਦੀ ਲੋੜ ਨਹੀਂ ਗੁਰਸਿੱਖਾ, ਤੈਨੂੰ ਚੱਕਰਾਂ 'ਚ ਲੰਘਣ ਦੀ ਜੋੜ ਨਹੀਂ। ਪਹਿਲਾ ਚੱਕਰ ਮੂਲ ਧਾਰ ਚੱਕਰ ਹੁੰਦਾ ਹੈ, ਦੂਸਰੇ ਨੂੰ ਅਧਿਸ਼ਠਾਨ ਚੱਕਰ ਕਹਿੰਦੇ ਨੇ, ਤੀਸਰੇ ਨੂੰ ਮਣੀਪੂਰਵਕ ਆਖਦੇ ਨੇ, ਚੌਥੇ ਨੂੰ ਅਨਾਹਤ ਆਖਦੇ ਨੇ, ਪੰਜਵੇਂ ਨੂੰ ਬਿਸ਼ੁੱਧ ਆਖਦੇ ਨੇ, ਛੇਵੇਂ ਨੂੰ ਆਗਿਆ ਚੱਕਰ ਆਖਦੇ। ਉਹ ਰੀੜ੍ਹ ਦੀ ਹੱਡੀ ਸੁਖਮਨਾ ਨਾੜੀ ਦੇ ਚੱਕਰ ਨੇ, ਸਵਾਸ ਨਾਲ ਖੁੱਲਿਆ, ਤੈਨੂੰ ਨਹੀਂ ਲੋੜ ਇਹਨਾਂ ਚੀਜ਼ਾਂ ਦੀ, ਤੈਂ ਕੀ ਕਰਨਾ, ਸੁਰਤ ਤੇਰੇ ਅੰਦਰ ਹੈ, ਜਾਣਦਾ ਨਾ ਹੋਸ਼, ਉਹ ਹੋਸ਼ ਨੂੰ ਵਾਹਿਗੁਰੂ ਮੰਤਰ ਨਾਲ ਲਾ ਦੇ, ਜਦ ਲਾ ਦੇਗਾ ਹੋਸ਼ ਹੈ ਤਕੜੀ, ਜਦੋਂ ਹੰਬਲਾ ਮਾਰ ਕੇ ਉੱਠੂ ਤੇਰੀ ਸੁਰਤ ਸ਼ਬਦ ਜਿਹੜਾ ਹੈ ਇਹ ਦਸਵੇਂ ਦੁਆਰ ਤੋਂ ਆ ਰਿਹਾ, ਇਹ ਸ਼ਬਦ ਦੀ ਧੁਨ ਨੇ ਉਹਨੂੰ ਸੁਰਤ ਨੂੰ ਫੜ ਕੇ ਦਸਵੇਂ ਦੁਆਰ 'ਚ ਲੈ ਜਾਣਾ। ਸੁਰਤ ਜਿਹੜੀ ਇੰਨੀ ਸੂਖਸ਼ਮ ਹੈ ਉਹਨੂੰ ਕਿਸੇ ਨਾੜੀਆਂ 'ਚ ਹੀ ਲੰਘਣ ਦੀ ਲੋੜ ਨਹੀਂ ਹੈ,
ਨਾਲੀਆਂ ਦੇ ਵਿੱਚ ਲੰਘਣਾ ਅੱਜ ਕੱਲ੍ਹ ਯੁੱਗ ਦੇ ਜ਼ਮਾਨੇ 'ਚ ਬੜਾ ਹੀ ਮੁਸ਼ਕਲ ਹੈ। ਕੋਈ ਦਿਨ ਤੁਸੀਂ ਹਜ਼ਾਰਾਂ ਬੰਦੇ ਬੈਠੇ ਹੋ, ਇੱਕ ਬੰਦਾ ਨਹੀਂ ਲੰਘ ਸਕਦਾ। ਸੁਰਤ ਦੇ ਨਾਲ ਤੁਸੀਂ ਸਾਰੇ ਹੀ ਲੰਘ ਸਕਦੇ ਹੋ। ਸੁਰਤ ਸੂਛਮ ਹੈ, ਉਹ ਦਸਵੇਂ ਦੁਆਰ 'ਚ ਪਹੁੰਚ ਜਾਂਦੀ ਹੈ, ਅੰਦਰ ਗਿਆਨ ਪ੍ਰਗਟ ਹੋ ਜਾਂਦਾ, ਵਾਹਿਗੁਰੂ ਹਰ ਘੱਟ ਦੇ ਵਿੱਚ ਨਜ਼ਰ ਆਉਣ ਲੱਗ ਜਾਂਦਾ। ਸੋ ਇਹ ਜਿਹਦੇ ਇਹ ਹਾਲਤ ਹੋਵੇ ਉਹਨੂੰ ਖਾਲਸਾ ਕਹਿੰਦੇ ਨੇ। ਅਤੇ ਗੁਰੂ ਮਹਾਰਾਜ ਨੇ ਅੰਮ੍ਰਿਤ ਦਾ ਜੋ ਕ੍ਰਿਸ਼ਮਾ ਵਰਤਾਇਆ ਉਹ ਇਸ ਮਨੁੱਖ ਨੂੰ ਪੂਰਾ ਕਰਕੇ ਰੱਬ ਬਣਾਉਣ ਦਾ ਸੀਗਾ। ਸਤਿਸੰਗ ਜੀ, ਸਮਾਂ ਬਹੁਤ ਹੋ ਗਿਆ, ਇੱਥੇ ਹੀ ਮੈਂ ਸਮਾਪਤ ਕਰਦਾ। ਕੱਲ੍ਹ ਨੂੰ ਆਪਾਂ ਇਸ 'ਤੇ ਅੱਗੇ ਚੱਲਾਂਗੇ ਵੀ ਖਾਲਸਾ ਹੋ ਕੇ ਉਹਦਾ ਕਰਤੱਵ ਕੀ ਹੁੰਦਾ, ਉਹ ਰਹਿੰਦਾ ਕਿਵੇਂ ਹੈ ਦੁਨੀਆ 'ਚ, ਬੋਲਦਾ ਕਿਵੇਂ ਹੈ, ਖਾਂਦਾ ਪੀਂਦਾ ਕਿਵੇਂ ਹੈ, ਪਿਆਰ ਕਿਵੇਂ ਕਰਦਾ। ਬੇਅੰਤ ਗੱਲਾਂ ਨੇ, ਇਹ ਤਾਂ ਮਹੀਨਾ ਭਰ ਕਰੀ ਚੱਲੋ, ਟਾਈਮ ਮੁੱਕ ਜਾਂਦੇ ਨੇ, ਬਚਨ ਨਹੀਂ ਮੁੱਕਦੇ। ਸੋ ਇਸ ਕਰਕੇ ਹੁਣ ਸਾਰੇ ਪ੍ਰਮੀ ਗੁਰਸਤੋਤਰ 'ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਜਿਹੜੀ ਹੈ ਪਵਿੱਤਰ ਕਰ ਲਓ।